ਜਨਾਬੇ ਉਮਰ ਦਾ ਆਖਰੀ ਵੇਲਾ ਆ ਗਿਆ। ਜਨਾਬੇ ਉਮਰ ਨੇ ਆਪਣੇ ਪੁੱਤਰ ਨੂੰ ਕੋਲ ਬੁਲਾ ਲਿਆ ਵੇ। ਆਓ ਜਨਾਬੀ ਉਮਰ ਦੀ ਸ਼ਹਾਦਤ ਸੁਣਨ ਵਾਲਿਓ, ਇੱਕ ਮੁਹਰਮ ਮੇਰੇ ਜਨਾਬੀ ਉਮਰ ਦੀ ਸ਼ਹਾਦਤ ਦਾ ਦਿਹਾੜਾ ਹੈ। ਜਨਾਬੀ ਉਮਰ ਕੌਣ ਉਮਰ ਹੈ? ਜਨਾਬੇ ਖਤਾਬ ਦਾ ਪੁੱਤਰ ਉਮਰ ਹੈ, ਉਮਰ ਇਬਨੇ ਖਤਾਬ ਉਮਰ ਹੈ। ਹਜ਼ਰਾ ਜੁਮਲੇ ਸੁਣਿਆ ਰੇ, ਜਦੋਂ ਹੀ ਆਖਰੀ ਵੇਲਾ ਆਇਆ ਫਰਮਾਇਆ ਮੇਰਿਆ ਬੱਚਿਆ ਜੀ ਅੱਬੂ ਜੀ ਆਰਡਰ ਕਰਿਆ ਰੇ, ਫਰਮਾਇਆ ਜਾਓ ਅੰਮੀ ਆਇਸ਼ਾ ਦੇ ਕੋਲ ਜਾਓ, ਜਾ ਕੇ ਆਪਣੀ ਮਾਂ ਆਇਸ਼ਾ ਨੂੰ ਆਖਿਆ ਰੇ, ਮੇਰੀ ਅੰਮੀ ਆਇਸ਼ਾ ਨੂੰ ਆਖਿਆ ਰੇ, ਅੰਮੀ ਆਇਸ਼ਾ ਜੀ ਅਗਰ ਤੁਹਾਡੀ ਇਜਾਜ਼ਤ ਹੋਵੇ ਮੇਰਾ ਬਾਬਾ ਆਪਣੇ ਯਾਰਾਂ ਦੇ ਨਾਲ ਲੇਟਣਾ ਜਾ ਰਿਹਾ। ਆਏ ਹਾਏ ਹਾਏ ਬਾਬਾ ਜੁਮਲੇ ਸੁਣਿਆ ਜੇ ਤੇਰੀ ਰੂਹ ਨਾ ਕੰਬੀ ਤੇ ਗੱਲ ਕਰੀ। ਜਨਾਬੇ ਆਇਸ਼ਾ ਕੋਲ ਅਬਦੁੱਲਾ ਗਏ ਨੇ, ਹਰਜ ਕੀਤੀ ਅੰਮੀ ਜਾਣ ਮੇਰੇ ਬਾਬੇ ਦੀ ਆਖਰੀ ਖਾਸ਼, ਮੇਰੇ ਅੱਬਾ ਹਜ਼ੂਰ ਦੀ ਆਖਰੀ ਤਮੰਨਾ ਹੈ, ਹੋਏ ਮੇਰੀ ਕਬਰ ਨਬੀ ਦੇ ਹੁਜਰੇ 'ਚ ਬਣੇ, ਉਮਰ ਦਾ ਰੋਜ਼ਾ ਅਬੂ ਬਕਰ ਸਦੀਕ ਦੇ ਨਾਲ ਹੋਵੇ। ਜਨਾਬੇ ਆਇਸ਼ਾ ਸੁਣ ਕੇ ਰੋਣ ਲੱਗ ਪਈਆਂ ਨੇ, ਫਰਮਾਇਆ ਅਬਦੁੱਲਾ ਇਹ ਜਗ੍ਹਾ ਤੇ ਮੈਂ ਆਪਣੇ ਵਾਸਤੇ ਰੱਖੀ ਹੋਈ ਸੀ, ਮੈਂ ਆਖਿਆ ਮੈਂ ਆਪਣੇ ਬਾਬੇ ਦੇ ਨਾਲ ਲੇਟਾਂਗੀ, ਮੈਂ ਆਪਣੇ ਸ਼ੋਹਰ ਮੁਸਤਫਾ ਦੇ ਨਾਲ ਮੇਰੀ ਕਬਰ ਬਣੇਗੀ। ਫਰਮਾਇਆ ਅਬਦੁੱਲਾ ਮੈਂ ਆਪਣੇ ਤੋਂ ਜ਼ਿਆਦਾ ਉਮਰ ਨੂੰ ਤਰਜੀਹ ਦੇਣੀ ਆ, ਆਪਣੇ ਬਾਬੇ ਉਮਰ ਨੂੰ ਆਖਿਆ ਰੇ ਜਾਓ ਤੁਹਾਨੂੰ ਮੈਂ ਇਜਾਜ਼ਤ ਦੇਣੀ ਆ। ਬਾਬਾ ਜੁਮਲੇ ਸੁਣ ਜਾਇਆ ਰੇ, ਜਨਾਬੇ ਅਬਦੁੱਲਾ ਨੇ ਆ ਕੇ ਆਪਣੇ ਬਾਬੇ ਦੇ ਹੱਥ ਫੜ ਲੈਣੇ, ਹਰਜ ਕੀਤੀ ਬਾਬਾ ਜਾਨੀ ਜਨਾਬੇ ਆਇਸ਼ਾ ਨੇ ਇਜਾਜ਼ਤ ਦੇ ਦਿੱਤੀ ਹੈ। ਮੁਸਲਮਾਨ ਬਾਈਓ ਜੁਮਲੇ ਜ਼ਾਇਆ ਨਾ ਕਰਿਆ ਰੇ, ਜਨਾਬੇ ਉਮਰ ਦੇ ਅਥਰੂ ਆ ਗਏ ਨੇ। ਅਬਦੁੱਲਾ ਆਉਂਦੇ ਨੇ, ਅੱਬਾ ਜੀ ਰੋਂਦੇ ਕਿਉਂ? ਫਰਮਾਇਆ ਪੁੱਤਰਾ ਅੱਜ ਮੇਰਾ ਯਾਰ ਅਬੂ ਬਕਰ ਕੋਈ ਨਹੀਂ, ਅੱਜ ਮੇਰਾ ਹਬੀਬ ਮੁਹੰਮਦ ਕੋਈ ਨਹੀਂ, ਅੱਜ ਮੇਰਾ ਯਾਰ ਵੀ ਕੋਈ ਨਹੀਂ, ਅੱਜ ਮੇਰਾ ਸੱਜਣ ਵੀ ਕੋਈ ਨਹੀਂ, ਅੱਜ ਮੈਨੂੰ ਸੀਨੇ ਲਾਉਣ ਵਾਲਾ ਵੀ ਕੋਈ ਨਹੀਂ, ਅੱਜ ਉਮਰ ਨੂੰ ਜੱਫਾ ਮਾਰਨ ਵਾਲਾ ਵੀ ਕੋਈ ਨਹੀਂ। ਹੋਏ ਵੈਲਫੇਅਰ ਸੁਸਾਇਟੀ ਵਾਲਿਆ ਜੁਮਲੇ ਸੁਣਿਆ ਨੇ, ਜਨਾਬੇ ਉਮਰ ਦੀ ਸ਼ਹਾਦਤ ਦਾ ਵੇਲਾ ਆਉਣ ਵਾਲਾ ਵੇ। ਹਜ਼ਰਾ ਜੁਮਲੇ ਸੁਣਿਆ ਨੇ, ਜਨਾਬੇ ਉਮਰ ਦਾ ਆਖਰੀ ਲਮਹਾ ਹੈ। ਜਦੋਂ ਜਨਾਬੇ ਉਮਰ ਦੀ ਸ਼ਹਾਦਤ ਹੋਈ ਹੈ, ਜਨਾਬ ਦਾ ਜਨਾਜ਼ਾ ਹੀ ਉਠਾਇਆ ਗਿਆ ਹੈ, ਜਨਾਬੇ ਮੁਸਤਫਾ ਦੇ ਹੁਜਰੇ ਦੇ ਸਾਹਮਣੇ ਆਇਆ ਵੇ। ਫਰਮਾਇਆ ਕਮਲੀ ਵਾਲੇ ਆ, ਇੱਕ ਯਾਰ ਅੰਦਰ ਇੱਕ ਯਾਰ ਬੰਨੇ। ਬਾਬਾ ਜੁਮਲੇ ਜ਼ਾਇਆ ਨਾ ਕਰੀ, ਇੱਕ ਯਾਰ ਅੰਦਰ ਇੱਕ ਯਾਰ ਬੰਨੇ। ਉਮਰ ਇਬਨੇ ਖਤਾਬ ਤੁਹਾਡੇ ਬੂਵੇ ਤੇ ਆਇਆ, ਉਮਰ ਇਬਨੇ ਖਤਾਬ ਤੁਹਾਡੇ ਦਰਵਾਜ਼ੇ ਤੇ ਆਇਆ, ਸੋਹਣਿਆ ਦਰਵਾਜ਼ਾ ਖੋਲੋ, ਹਾਜੀ ਉਮਰ ਆਇਆ ਜੇ, ਹਾਜੀ ਉਮਰ ਆਇਆ ਜੇ। ਓਏ ਸਿਆਲਕੋਟ ਦੇ ਰਹਿਣ ਵਾਲਿਓ, ਲੋਕੋ ਜੁਮਲੇ ਸੁਣਿਆ ਨੇ, ਦਰਵਾਜ਼ਾ ਖੁੱਲ ਗਿਆ, ਜਨਾਬੀ ਉਮਰ ਦੀ ਮਈਅਤ ਅੰਦਰ ਆਈ ਹੈ। ਐ ਨਬੀ ਪਾਕ ਦਾ ਰੋਜ਼ਾ ਹੈ, ਨਾਲ ਅਬੂ ਬਕਰ ਸਦੀਕ ਦਾ ਰੋਜ਼ਾ ਹੈ, ਨਾਲ ਉਮਰੇ ਫਰੋਗ ਦਾ ਰੋਜ਼ਾ ਹੈ। ਅੱਜ ਵੀ ਮੁਸਲਮਾਨ ਜਾਂਦੇ ਨੇ, ਅੱਜ ਵੀ ਸਾਰੀ ਦੁਨੀਆ ਦੇ ਲੋਕ ਜਾਂਦੇ ਨੇ। ਬਾਬਾ ਜੀ ਸਭ ਨਾਲੋਂ ਪਹਿਲਾਂ ਨਬੀ ਨੂੰ ਸਲਾਮ ਆਉਂਦੇ ਨੇ, ਇੱਧਰ ਵੇਖੀ, ਸਭ ਨਾਲੋਂ ਪਹਿਲਾਂ ਮੁਹੰਮਦ ਨੂੰ ਸਲਾਮ ਆਉਂਦੇ ਨੇ, ਉਸ ਤੋਂ ਬਾਅਦ ਅਬੂ ਬਕਰ ਸਦੀਕ ਨੂੰ ਸਲਾਮ ਆਉਂਦੇ ਨੇ, ਉਸ ਤੋਂ ਬਾਅਦ ਮੌਲਾ ਉਮਰ ਨੂੰ ਸਲਾਮ ਆਉਂਦੇ ਨੇ। ਮੈਂ ਕਿਹਾ ਸੜਦਾ ਏ ਤੇ ਸੜ ਜਾ, ਮੜਦਾ ਏ ਤੇ ਮਰ ਜਾ, ਹੇ ਗਵਾਈ ਮਜ਼ਾਰ ਪੇ ਦਿੰਦੇ ਨੇ, ਮੁਹੰਮਦ ਇਹਨਾਂ ਦਾ ਏ, ਇਹ ਮੁਹੰਮਦ ਦੇ ਨੇ। ਇੱਥੇ ਜੁਮਲੇ ਸੁਣੀ ਜ਼ਰਾ। ਅੱਜ ਅਸੀਂ ਸਾਰੇ ਹਜ਼ਰਾਤ ਅਜ਼ੀਮ ਸ਼ਾਨ ਸਲਾਨਾ ਸ਼ਾਨ ਸਹਾਬਾ
ਉਹ ਅਹਿਲੇ ਬੈਤ ਕਾਨਫਰੰਸ ਸਿਆਲਕੋਟ ਦੇ ਅੰਦਰ ਤਸ਼ਰੀਫ ਫਰਮਾਵਾਂ। ਪੂਰੀ ਮਿਲਾਦ ਵੈਲਫੇਅਰ ਆਰਗਨਾਈਜੇਸ਼ਨ ਸਿਆਲਕੋਟ ਜਿਨ੍ਹਾਂ ਨੇ ਅੱਜ ਦੀ ਬਜ਼ਮ ਦਾ ਇਨਕਾਦ ਕੀਤਾ, ਇਹਤਮਾਮ ਕੀਤਾ, ਦੁਆ ਗੋਵਾਂ ਅੱਲਾਹ ਕਰੀਮ ਵੈਲਫੇਅਰ ਆਰਗਨਾਈਜੇਸ਼ਨ ਮਿਲਾਦ ਕਮੇਟੀ, ਅੱਲਾਹ ਕਰੀਮ ਸਭ ਦੇ ਰਿਜ਼ਕ ਅੰਦਰ, ਮਾਲ ਅੰਦਰ, ਜਾਨ ਅੰਦਰ ਬਰਕਤਾਂ ਅਤਾ ਫਰਮਾਏ। ਮਾਸ਼ਾਅੱਲਾ, ਖੂਬਸੂਰਤ ਮਹਿਫਲ, ਖੂਬਸੂਰਤ ਲੋਕ ਤਸ਼ਰੀਫ ਫਰਮਾ ਨੇ। ਦੁਆ ਕਰਨਾ ਵਾਂ ਕਿ ਅੱਲਾਹ ਕਰੀਮ ਜਿਹੜੇ ਬੰਦੇ ਮਹਿਫਲ ਦੇ ਅੰਦਰ, ਬਜ਼ੁਰਗ ਆਏ, ਨੌਜਵਾਨ ਆਏ, ਬੱਚੇ ਆਏ, ਅੱਲਾਹ ਸਭ ਦਾ ਆਉਣਾ ਮਿਲ ਬੈਠਣਾ ਆਪਣੀ ਪਾਕ ਬਾਰਗਾਹ ਦੇ ਅੰਦਰ ਕਬੂਲ ਫਰਮਾਏ। ਔਰ ਜਿਨ੍ਹਾਂ ਨੇ ਮੈਨੂੰ ਹੁਕਮ ਫਰਮਾਇਆ, ਬੜੀ ਮੁਹੱਬਤ ਹੈ ਇਹਨਾਂ ਦੇ ਨਾਲ, ਔਰ ਇੱਕ ਤਲਕ ਹੈ, ਪੁਰਾਣਾ ਤਲਕ, ਜਿਨ੍ਹਾਂ ਦੀ ਬਿਨਾਹ 'ਤੇ ਅਲਹਮਦੁਲਿਲਾ ਇਹ ਬੜੀ ਮੁਹੱਬਤ ਫਰਮਾਉਂਦੇ ਨੇ। ਅੱਲਾਹ ਕਰੀਮ ਇਹਨਾਂ ਦੀ ਮੁਹੱਬਤ ਨੂੰ ਸਲਾਮਤੀ ਅਤਾ ਫਰਮਾਏ। ਮੈਂ ਬਿਲਾ ਤਮਹੀਦ ਹੀ ਆਪਣੀ ਗੁਫ਼ਤਗੂ ਦਾ ਆਗਾਜ਼ ਕਰਨ ਵਾਲਾ, ਤੁਸੀਂ ਬੜੀ ਮੁਹੱਬਤ ਨਾਲ ਤਸ਼ਰੀਫ ਫਰਮਾਓ। ਬਾਬਾ ਜੀ, ਮੁਹਰਮ ਦਾ ਮਹੀਨਾ ਜਾਰੀ ਉਸਾਰੀ ਹੈ। ਮੈਂ ਦੋ ਮੌਜੂ ਤੁਹਾਡੇ ਸਾਹਮਣੇ ਬਿਆਨ ਕਰਨੇ ਨੇ। ਸਭ ਨਾਲੋਂ ਪਹਿਲਾਂ ਖਲੀਫਾ ਦੌਮ ਅਮੀਰ ਉਲ ਮੋਮਿਨੀਨ, ਇੱਕ ਵਾਰੀ ਗੱਜ ਕੇ ਬੋਲੋ ਸਿਆਲਕੋਟ ਵਾਲੇ, ਸੁਬਹਾਨ ਅੱਲਾਹ। ਖਲੀਫਾ ਦੌਮ ਅਮੀਰ ਉਲ ਮੋਮਿਨੀਨ ਖਲੀਫਤੁਲ ਮੁਸਲਿਮੀਨ ਹਜ਼ਰਤ ਸੈਯਦਨਾ ਉਮਰ ਇਬਨ ਖਤਾਬ ਰਜ਼ੀ ਅੱਲਾਹੁ ਤਾਲਾ ਅਨਹੋ, ਆਪ ਦੀ ਸ਼ਹਾਦਤ ਦਾ ਦਿਨ ਵੀ ਹੈ 1 ਮੁਹਰਮ। ਉਸ ਮੁਨਾਸਬਤ ਦੇ ਨਾਲ ਆਪ ਦੀ ਸ਼ਹਾਦਤ ਵੀ ਬਿਆਨ ਕਰਾਂਗੇ, ਔਰ ਉਸ ਤੋਂ ਬਾਅਦ ਕਰਬਲਾ ਵਾਲਿਆਂ ਦੀ ਯਾਦ ਵੀ ਮਨਾਵਾਂਗੇ। ਅਤੇ ਇਨਸ਼ਾਅੱਲਾ ਤੁਹਾਡੀਆਂ ਅੱਖਾਂ ਨਮ ਹੋ ਗਈਆਂ, ਤੁਹਾਡੀ ਅੱਖਾਂ ਦਾ ਵੁਜ਼ੂ ਹੋ ਗਿਆ। ਸਿਆਲਕੋਟ ਵਾਲਿਓ, ਇੱਕ ਵੁਜ਼ੂ ਹੁੰਦਾ ਜਿਹੜਾ ਜ਼ਾਹਰੀ ਤੌਰ 'ਤੇ ਇਨਸਾਨ ਕਰਦਾ, ਜ਼ਰਾ ਤਵੱਜੋ ਫਰਮਾਇਆ ਜੇ, ਬੰਦਾ ਕੁਲੀ ਕਰਦਾ, ਨੱਕ 'ਚ ਪਾਣੀ ਪਾਉਂਦਾ, ਹੱਥ ਧੋਂਦਾ, ਬਾਜ਼ੂ ਧੋਂਦਾ, ਮਸਾ ਕਰਦਾ, ਚਿਹਰਾ ਧੋਂਦਾ, ਪੈਰ ਧੋਂਦਾ, ਇਹ ਵੀ ਜ਼ਾਹਰੀ ਵੁਜ਼ੂ ਕਰਨਾ, ਜ਼ਾਹਰੀ ਆਜ਼ਾਦ ਆ ਧੋਣਾ, ਵੁਜ਼ੂ ਕਰਨਾ, ਇਹ ਸਾਰੀ ਇੰਤਜ਼ਾਮੀਆਂ ਤਸ਼ਰੀਫ ਫਰਮਾਏ, ਜ਼ਰਾ ਤਵੱਜੋ ਫਰਮਾਇਆ ਜੇ। ਇੱਕ ਬਾਬਾ ਜੀ ਵੁਜ਼ੂ ਹੁੰਦਾ ਦਿਲ ਦਾ ਅਤੇ ਅੱਖਾਂ ਦਾ। ਅੱਖਾਂ ਦਾ ਵੁਜ਼ੂ ਕੀ ਹੈ ਕਿ ਅਗਰ ਤੇਰੀ ਅੱਖ ਦਾ ਇੱਕ ਅਥਰੂ ਵੀ ਡਿੱਗ ਪਿਆ ਤਾਂ ਸਮਝ ਤੇਰੀਆਂ ਅੱਖਾਂ ਦਾ ਵੁਜ਼ੂ ਹੋ ਗਿਆ। ਅਤੇ ਦਿਲ ਦਾ ਵੁਜ਼ੂ ਕੀ ਹੈ ਕਿ ਅਗਰ ਦਿਲ ਦੇ ਅੰਦਰ ਬੰਦੇ ਨੂੰ ਸਕੂਨ ਆ ਜਾਏ, ਦਿਲ ਦੇ ਅੰਦਰ ਬੰਦੇ ਨੂੰ ਚੈਨ ਆ ਜਾਏ ਕਿ ਬੰਦਾ ਮਹਿਫਲ ਤੋਂ ਉੱਠਣ ਤੋਂ ਪਹਿਲੇ ਪਹਿਲੇ ਬੰਦੇ ਨੂੰ ਪਤਾ ਲੱਗੇ ਵੀ ਮੈਂ ਕਿਸੇ ਜਗ੍ਹਾ 'ਤੇ ਬੈਠਾ ਸਾਂ ਅਤੇ ਸਾਈਆਂ ਨੇ ਕਰਮ ਕਮਾਇਆ ਹੋਇਆ ਹੈ। ਹਾਏ ਹਾਏ ਹਾਏ, ਤਵੱਜੋ, ਸਾਈਆਂ ਨੇ ਕਰਮ ਹੈ ਕਮਾਇਆ ਹੋਇਆ, ਅਤੇ ਫਿਰ ਬਾਬਾ ਜੀ ਬਹਿਣ ਦਾ ਵੀ ਲੁਤਫ ਆਉਂਦਾ, ਫਿਰ ਤਕਰੀਰ ਕਰਨ ਦਾ ਵੀ ਮਜ਼ਾ ਆਉਂਦਾ, ਅਤੇ ਤਕਰੀਰ ਸੁਣਨ ਦਾ ਵੀ ਮਜ਼ਾ ਆਉਂਦਾ ਜਦੋਂ ਸਾਈਂ ਮਿਹਰਬਾਨੀਆਂ ਕਰਨ। ਇੱਧਰ ਤਵੱਜੋ ਫਰਮਾਇਆ ਜੇ। ਬਾਬਾ ਜੀ, ਰੱਬੇ ਕਾਬਾ ਦੀ ਇੱਜ਼ਤ ਦੀ ਕਸਮ ਹੈ, ਇਹ ਜਿਸ ਘਰ ਪ੍ਰੋਗਰਾਮ ਹੋ ਰਿਹਾ, ਅੱਲਾ ਇਸ ਘਰ ਦੇ ਅੰਦਰ ਬਰਕਤਾਂ ਕਰੇ, ਸਾਰੇ ਬੋਲੋ ਆਮੀਨ। ਜਿਹੜਾ ਕਾਰੋਬਾਰ ਕਰ ਰਹੇ ਨੇ, ਅੱਲਾ ਉਸ ਕਾਰੋਬਾਰ ਅੰਦਰ ਬਰਕਤਾਂ ਫਰਮਾਏ। ਬਾਬਾ ਜੀ, ਬੜੀ ਵੱਡੀ ਗੱਲ ਹੈ, ਕੋਈ ਕਿਸੇ ਸਿਆਸੀ ਬੰਦੇ ਦਾ ਜਲਸਾ ਕਰਵਾਵੇ ਨਾ, ਅਤੇ ਸਿਆਸੀ ਬੰਦਾ ਸਾਰੀ ਜ਼ਿੰਦਗੀ ਉਹਨੂੰ ਯਾਦ ਰੱਖਦਾ ਕਿ ਯਾਰ ਇਹਨਾਂ ਫਲਾਣੀ ਗਲੀ 'ਚ ਮੇਰਾ ਜਲਸਾ ਕਰਾਇਆ ਸੀ। ਮੈਂ ਨਾ, ਇਹ ਮੁਹੱਲੇ ਦਾ ਨਾਂ ਕੀ ਹੈ ਜੀ? ਹਬੀਬਪੁਰਾ ਵਾਲਿਓ, ਤੁਹਾਡਾ ਨਾਮ ਮੁਹੱਲੇ ਦਾ ਵੀ ਕਿੱਡਾ ਸੋਹਣਾ ਹੈ। ਹਜ਼ਰਤ ਤਵੱਜੋ ਫਰਮਾਇਓ, ਮੈਂ ਨਾ, ਤੁਸੀਂ ਅੱਜ ਹਜ਼ਰਤ ਉਮਰ ਦੀ ਯਾਦ ਵਿੱਚ ਇਹ ਬਜ਼ਮ ਸਜਾਈ, ਕਰਬਲਾ ਦੇ ਵਾਰਸਾਂ ਦੀ ਯਾਦ ਅੰਦਰ ਇਹ ਬਜ਼ਮ ਸਜਾਈ, ਮੈਂ ਨਾ ਜ਼ਹਰਾ ਦੇ ਪੁੱਤਰ ਨਹੀਂ ਸਾਨੂੰ ਯਾਦ ਕਰਨਗੇ ਕਿਆਮਤ ਵਾਲੇ ਦਿਨ ਕਿ ਅੱਜ ਬਹਿ ਕੇ ਕਿ ਸਾਡੀ ਬਜ਼ਮ ਸਜਾਈ, ਜ਼ਿਕਰ ਕੀਤਾ, ਚਰਚਾ ਕੀਤਾ। ਰੱਬੇ ਕਾਬਾ ਦੀ ਇੱਜ਼ਤ ਦੀ ਕਸਮ, ਕਾਇਨਾਤ ਵਾਲਿਆ ਤਵੱਜੋ ਫਰਮਾਈ, ਕੌਣ ਉਮਰ ਇਬਨ ਖਤਾਬ?
ਮੇਰਾ ਦਿਲ ਕਰਦਾ ਕਿ ਮੈਂ ਪਹਿਲਾਂ ਜਨਾਬ ਉਮਰ ਦਾ ਜ਼ਿਕਰ ਕਰਾਂ ਅਤੇ ਫਿਰ ਸੈਯਦਨਾ ਇਮਾਮੇ ਹੁਸੈਨ ਦਾ ਜ਼ਿਕਰ ਕਰਾਂ। ਰੱਬੇ ਕਾਬਾ ਦੀ ਇੱਜ਼ਤ ਦੀ ਕਸਮ ਹੈ, ਅਸੀਂ ਆਲੇ ਸੁਨਤ ਹਾਂ, ਸਾਡਾ ਅਕੀਦਾ ਹੈ, ਅਸੀਂ ਨਬੀ ਦੇ ਸਾਹਬਾਂ ਨੂੰ ਵੀ ਸਲਾਮ ਕਰਨੇ ਹਾਂ, ਅਸੀਂ ਨਬੀ ਦੀ ਆਲ ਨੂੰ ਵੀ। ਇਹ ਤੁਹਾਡਾ ਟਾਈਟਲ ਵੇਖੋ ਨਾ, ਮਹਿਫਲ ਦਾ ਟਾਈਟਲ ਹੀ ਕੈਸਾ ਹੈ, ਐ ਅਹਿਲੇ ਬੈਤ ਦੀ ਸ਼ਾਨ ਵੀ ਅਤੇ ਸਹਾਬਾ ਦੀ ਵੀ। ਇਹ ਹੀ ਸਿਰਾਤ ਮੁਸਤਕੀਮ ਹੈ, ਇਹ ਹੀ ਕੁਰਾਨ ਦਾ ਮਨਹਜ ਹੈ, ਇਹ ਹੀ ਅਹਿਲ ਸੁਨਤ ਦਾ ਤਰੀਕਾ ਹੈ ਕਿ ਅਸੀਂ ਸਹਾਬਾ ਇਕਰਾਮ ਨੂੰ ਵੀ ਸਲਾਮ ਕਰਨੇ ਹਾਂ ਅਤੇ ਨਬੀ ਦੀ ਆਲ ਨੂੰ ਵੀ ਸਲਾਮ ਹੈ ਕਰਨੇ, ਅਸੀਂ ਹਰ ਨੂੰ ਸਲਾਮ ਕਰਨੇ ਹਾਂ। ਇੱਧਰ ਤਵੱਜੋ ਫਰਮਾਇਆ ਜੇ ਬਾਬਾ ਜੀ, ਜਿਹੜਾ ਬੰਦਾ ਅਹਿਲੇ ਬੈਤ ਨੂੰ ਫੜ ਕੇ ਅਤੇ ਸਹਾਬਾ ਨੂੰ ਛੱਡ ਦੇ ਉਹ ਵੀ ਸਿੱਧੇ ਰਸਤੇ 'ਤੇ ਨਹੀਂ, ਅਤੇ ਜਿਹੜਾ ਸਹਾਬਾ ਨੂੰ ਜਫਾ ਮਾਰ ਕੇ ਅਹਿਲੇ ਬੈਤ ਨੂੰ ਛੱਡ ਦੇ ਉਹ ਵੀ ਸਿੱਧੇ ਰਸਤੇ 'ਤੇ ਨਹੀਂ। ਸਿੱਧੇ ਰਸਤੇ 'ਤੇ ਉਹ ਹੀ ਬੰਦਾ ਹੋਵੇਗਾ ਜਿਹੜਾ ਆਲੇ ਨਬੀ ਨਾਲ ਵੀ ਪਿਆਰ ਕਰੇਗਾ, ਉਲਾਦੇ ਅਲੀ ਨਾਲ ਵੀ ਪਿਆਰ ਕਰੇਗਾ, ਅਤੇ ਚੌਵਾਂ ਨਾਲ ਵੀ ਪਿਆਰ ਕਰੇਗਾ, ਅਤੇ ਪੰਜਾਂ ਨਾਲ ਵੀ ਪਿਆਰ ਕਰੇਗਾ। ਮਾਸ਼ਾਅੱਲਾ, ਅੱਜ ਮੁਹਰਮ ਦੀ ਰਾਤ ਦੂਸਰੀ ਸ਼ੁਰੂ ਹੋ ਗਈ ਹੈ, ਜੁਮਲੇ ਸਮਾਧ ਫਰਮਾਇਓ। ਮੈਂ ਚਾਹੁੰਦਾ ਬਰਕਤ ਹੋ ਜਾਏ ਇਸ ਮਹਿਫਲ ਵਿੱਚ। ਇਹ ਤਿੰਨ ਕੈਮਰੇ ਲੱਗੇ ਨੇ, ਸੁਬਾਹ ਹੀ ਤੁਹਾਡੀ ਵੀਡੀਓ ਪੂਰੀ ਦੁਨੀਆ 'ਤੇ ਚੱਲ ਜਾਣੀ ਹੈ, ਅਤੇ ਮੈਂ ਕਹਿੰਦਾ ਕਿ ਜਿੱਥੇ ਵੀ ਆਵਾਜ਼ ਆਵੇ ਤਾਂ ਲੋਕ ਆਖਣ ਵਾਕਈ ਹਬੀਬਪੁਰ ਵਾਲਿਆਂ ਨੇ ਮਹਿਫਲ ਦਾ ਮੁੱਲ ਪਾਇਆ, ਵਾਕਈ ਮੁਹੱਬਤ ਨਾਲ ਬੈਠੇ। ਬਾਬਾ ਜੀ, ਜਿਨ੍ਹਾਂ ਦੀ ਜੰਨਤੀ ਹੋਣ ਦੀ ਬਿਸ਼ਾਰਤ ਨਬੀ ਪਾਕ ਦੇਣ, ਅਸ਼ਰਾ ਮੁਬਸ਼ਰਾ, ਅਸ਼ਰਾ ਮੁਬਸ਼ਰਾ, ਅਸ਼ਰਾ ਕਹਿੰਦੇ ਨੇ ਦਸ ਨੂੰ, ਅਤੇ ਮੁਬਸ਼ਰਾ ਕਹਿੰਦੇ ਨੇ ਜਿਨ੍ਹਾਂ ਨੂੰ ਬਿਸ਼ਾਰਤ ਦਿੱਤੀ ਗਈ ਹੋਵੇ। ਨਬੀ ਪਾਕ ਨੇ 10 ਸਹਾਬਾਂ ਨੂੰ ਜੰਨਤ ਦੀ ਬਿਸ਼ਾਰਤ ਦਿੱਤੀ ਹੈ। ਕਿੰਨੀਆਂ ਸਹਾਬਾਂ ਨੂੰ? 10 ਸਹਾਬਾਂ ਨੂੰ ਜੰਨਤ ਦੀ ਬਿਸ਼ਾਰਤ ਦਿੱਤੀ ਹੈ। ਉਹਨਾਂ 10 ਵਿੱਚੋਂ ਪਹਿਲੇ ਨੰਬਰ 'ਤੇ ਹਜ਼ਰਤ ਅਬੂ ਬਕਰ ਸਦੀਕ ਨੇ, ਦੂਸਰੇ ਨੰਬਰ 'ਤੇ ਹਜ਼ਰਤ ਉਮਰੇ ਫਾਰੂਕ ਨੇ ਜਿਨ੍ਹਾਂ ਨੂੰ ਅੱਲਾ ਨੇ ਬਿਸ਼ਾਰਤ ਦਿੱਤੀ, ਫਿਰ ਹਜ਼ਰਤ ਉਸਮਾਨ, ਫਿਰ ਹਜ਼ਰਤ ਮੌਲਾ ਅਲੀ, ਫਿਰ ਸਾਦ ਬਿਨ ਅਬੀ ਵਕਾਸ। ਬਾਬਾ ਜੀ, ਇਹ ਉਹ ਸਹਾਬੀ ਨੇ, ਹਬੀਬਪੁਰ ਵਾਲਿਆ ਜ਼ਰਾ ਸੁਲਤਾਨੀ ਨੂੰ ਜ਼ਰਾ ਦਰਦ ਦਿਲ ਨਾ ਸੁਣੀ, ਇਹ ਉਹ ਸਹਾਬੀ ਨੇ ਜਿਨ੍ਹਾਂ ਨੂੰ ਨਬੀ ਨੇ ਫਰਮਾਇਆ ਜਾਣਦੀ ਹੈ। ਓਏ, ਅੱਜ ਕਿਸੇ ਨੂੰ ਦਾਤਾ ਸਾਹਿਬ ਕਹਿ ਦੇਣਾ ਤੂੰ ਜਾਣਦੀ ਹੈ, ਕਿਸੇ ਨੂੰ ਬਾਬਾ ਫਰੀਦ ਕਹਿ ਦੇਣਾ ਤੂੰ ਜਾਣਦੀ ਹੈ, ਉਹ ਕਿਸੇ ਨੂੰ ਬਾਬਾ ਜੀ ਸੁਲਤਾਨ ਬਹੁ ਵਾਲੇ ਪੀਰ ਕਹਿ ਦੇਣ ਕਿ ਤੂੰ ਜਾਣਦੀ ਹੈ, ਕਿਸੇ ਨੂੰ ਜਮਾਤ ਅਲੀ ਸ਼ਾਹ ਸਾਹਿਬ ਕਹਿ ਦੇਣ ਤੂੰ ਜਾਣਦੀ ਹੈ, ਅਤੇ ਲੋਕ ਆਉਂਦੇ ਨੇ ਸਾਡੇ ਨਾਲ ਦਾ ਕਿਹੜਾ ਜੇ। ਮੈਂ ਕਿਹਾ ਭਾਅ ਜੀ ਕੀ ਹੋਇਆ? ਆਂਦਾ ਸਾਡੇ ਪੀਰਾਂ ਨੇ ਸਾਨੂੰ ਆਖਿਆ ਤੁਸੀਂ ਜਾਣਦੀ ਹੋ, ਸਾਡੇ ਸੈਯਦਾਂ ਨੇ ਆਖਿਆ ਤੁਸੀਂ ਜਾਣਦੀ ਹੋ, ਅਤੇ ਮੈਂ ਕਿਹਾ ਇਹ ਹੱਥ ਬਣ ਕੇ ਇਲਤਮਾਸ ਸੁਨੀ ਮੌਲਵੀ ਪਿਆ ਕਰਦਾ ਹੈ, ਇਹ ਤੇਰਾ ਪੀਰ ਅਤੇ ਤੇਰਾ ਸੈਯਦ ਕਿਸੇ ਨੂੰ ਜੰਨਤ ਦੀ ਖੁਸ਼ਖਬਰੀ ਦੇਵੇ, ਕਿਸੇ ਨੂੰ ਜੰਨਤ ਦੀ ਮੁਬਾਰਕ ਦੇਵੇ, ਉਹਦੀ ਅੱਡੀ ਜ਼ਮੀਨ 'ਤੇ ਨਹੀਂ ਲੱਗਦੀ, ਅਤੇ ਜਿਹਨੂੰ ਪੀਰਾਂ ਦੇ ਪੀਰ ਮੁਹੰਮਦ ਅਰਬੀ ਨੇ ਜੰਨਤ ਦੀ ਬਿਸ਼ਾਰਤ ਦਿੱਤੀ ਹੈ ਜੀ, ਜਿਹਨੂੰ ਜੰਨਤ ਦੀ ਬਿਸ਼ਾਰਤ ਮੁਸਤਫਾ ਦਿੱਤੀ ਹੈ, ਸਹਰਾ ਦੇ ਬਾਵੇ ਦਿੱਤੀ ਹੈ, ਹਸਨੈਨ ਦੇ ਨਾਨੀ ਦਿੱਤੀ ਹੈ, ਜੰਨਤ ਦੀ ਬਿਸ਼ਾਰਤ ਦੇ ਕੇ ਫਰਮਾਇਆ ਅਬੂ ਬਕਰ ਫਿਲ ਜੰਨਾ, ਉਸਮਾਨ ਫਿਲ ਜੰਨਾ, ਉਮਰ ਫਿਲ ਜੰਨਾ, ਅਲੀ ਫਿਲ ਜੰਨਾ। ਮੈਂ ਕਿਹਾ ਸਜਣਾ, ਫਿਰ ਮੰਨਣਾ ਪੈਣਾ ਹੈ, ਹਾਲ ਇਲਾਨ ਕੁਰਾਨ ਕਹਿ ਰਿਹਾ ਰਜ਼ੀ ਅੱਲਾਹੁ ਅਨਹੁਮ ਵ ਰਦੂ ਅਨ, ਫਰਮਾਇਆ ਇਹ ਅੱਲਾਹ ਤੂੰ ਰਾਜ਼ੀ ਹੋ ਗਏ, ਅੱਲਾਹ ਇਹਨਾਂ ਤੋਂ ਰਾਜ਼ੀ ਹੋ ਗਿਆ, ਹੇ ਰੱਬ ਤੂੰ ਰਾਜ਼ੀ ਹੋ ਗਏ, ਰੱਬ ਇਹਨਾਂ ਤੋਂ ਰਾਜ਼ੀ ਹੋ ਗਿਆ, ਹੇ ਹਲਲ ਇਲਾਨ ਅੱਜ ਹਬੀਬ ਪੂਰਾ ਦੇ ਮੱਲੇ ਵਿੱਚ ਬਹਿ ਗਏ, ਹਲਲ ਇਲਾਨ ਸੁਲਤਾਨੀ ਕਹਿ ਰਿਹਾ ਹੈ ਬਣੇ ਯਾਰ ਨਬੀ ਦੇ ਆ ਯਾਰ, ਇੰਜ ਨਹੀਂ ਮੈਤਲਾ ਸਾਹਿਬ ਅੱਲਾ ਦੀ ਕਸਮ ਹੈ ਹੱਥ ਬੁਲਾਂਦੀ ਕਰਨਾ ਹੀ, ਇੱਕ ਵਾਰੀ ਜਨਾਬੀ ਉਮਰ ਦੇ ਨਾਂ ਦੇ, ਇੱਕ ਵਾਰੀ ਦਮਾ ਦੇ ਰਸੂਲ ਦੇ ਨਾਂ ਦੇ, ਇੱਕ ਵਾਰੀ ਉਮਰ ਇਬਨੇ ਖਤਾਬ ਦੇ ਨਾਂ ਦੇ, ਇੱਕ ਵਾਰੀ ਮੌਲਾ ਉਮਰ ਦੇ ਨਾਂ ਦੇ, ਇੱਕ ਵਾਰੀ ਹੱਥ ਬੁਲਾਂਦੀ ਕਰਕੇ ਪੂਰਾ ਮਹੱਲਾ ਆਖੇ ਹੈ ਬਣੇ ਯਾਰ ਨਬੀ ਦੇ ਆ ਯਾਰ।
ਬਣ ਯਾਰ ਨਬੀ ਦੇ ਯਾਰਾ, ਇੱਧਰ ਦੇਖਣਾ ਹੀ ਹੈ, ਬਣ ਯਾਰ ਨਬੀ ਦੇ ਯਾਰਾ ਦਾ, ਬਣ ਯਾਰ ਨਬੀ ਦੇ ਹੱਥ ਬੁਲੰਦ ਕਰ ਸੁਣੀਆਂ, ਬਣ ਯਾਰ ਨਬੀ ਦੇ ਯਾਰਾ ਦਾ, ਬਣ ਯਾਰ ਨਬੀ ਦੇ ਯਾਰਾ ਦਾ। ਰਜ਼ੀ ਅੱਲਾਹ ਅਨਹੁਮ ਵਰਦਾਨ, ਫਰਮਾਇਆ ਮੇਰਾ ਅਬੂ ਬਕਰ ਵੀ ਜਨਦੀ, ਫਰਮਾਇਆ ਮੇਰਾ ਉਮਰ ਵੀ ਜਨਦੀ, ਫਰਮਾਇਆ ਮੇਰਾ ਉਸਮਾਨ ਵੀ ਜਨਦੀ, ਫਰਮਾਇਆ ਮੇਰਾ ਅਲੀ ਵੀ ਜਨਦੀ। ਓਏ ਸੁਣਿਓ ਤੁਹਾਨੂੰ ਲੱਖ ਮੁਬਾਰਕ ਹੋਏ, ਹੈ ਕੌਣ ਉਮਰ, ਹੈ ਕੌਣ ਉਮਰ ਸੁਣਿਆ ਨੇ। ਬਾਬਾ ਜੀ ਲੋਕੀ ਨਬੀ ਦੇ ਮੁਰੀਦ ਹੋਏ ਨੇ, ਲੋਕੀ ਮੁਹੰਮਦ ਮੁਰੀਦ ਹੋਏ ਨੇ, ਜਿਹੜਾ ਆਉਂਦਾ ਨਬੀ ਦਾ ਕਲਮਾ ਪੜਦਾ, ਇੱਧਰ ਵੇਖੀ, ਜਿਹੜਾ ਆਇਆ ਨਬੀ ਦੀ ਮੁਰੀਦ ਬਣਿਆ, ਜਿਹੜਾ ਆਇਆ ਮੁਹੰਮਦ ਮੁਰੀਦ ਬਣਿਆ। ਹਬੀਬ ਪੂਰਾ ਅਲੀਆ, ਇਹ ਮੇਰਾ ਉਮਰ ਹੋਵੇ, ਜਿਹੜਾ ਮੁਰੀਦ ਵੀ ਹੈ ਮੁਰਾਦ ਵੀ ਹੈ। ਜੀ ਬਾਬਾ ਜੁਮਲੇ ਸੁਣਿਆ, ਮੇਰੇ ਸੋਹਣੇ ਮੁਹੰਮਦ ਨੇ ਦੁਆਵਾਂ ਮੰਗੀਆਂ, ਫਰਮਾਇਆ ਮੌਲਾ ਮੈਨੂੰ ਦੁਆਈ ਉਮਰਾਂ ਵਿੱਚੋਂ ਇੱਕ ਉਮਰ ਦੇ ਦੇ, ਮੈਨੂੰ ਦੁਆਈ ਉਮਰਾਂ ਵਿੱਚੋਂ ਇੱਕ ਉਮਰ ਦੇ ਦੇ। ਹਜੇ ਰਾਤ ਨੂੰ ਮੇਰੇ ਨਬੀ ਨੇ ਦੁਆ ਕੀਤੀ ਹੈ। ਬਾਬਾ ਜੀ ਜੁਮਲੇ ਸੁਣਿਆ, ਇਧਰੋਂ ਸੁਬਾ ਹੋਈ, ਹੱਲਾ ਨੇ ਜਨਾਬੀ ਉਮਰ ਦਾ ਦਿਲ ਬਦਲ ਛੱਡਿਆ, ਇੱਥੇ ਮੁਹੰਮਦ ਦੀ ਦੁਆ ਹੋਈ ਆ, ਇੱਥੇ ਅਰਬੀ ਦੀ ਦੁਆ ਹੋਈ ਆ, ਇੱਥੇ ਕਮਲੀ ਵਾਲੇ ਨੇ ਦੁਆਵਾਂ ਮੰਗੀਆਂ। ਫਰਮਾਇਆ ਮੌਲਾ ਮੈਨੂੰ ਉਮਰ ਦੇ ਦੇ, ਬਾਬਾ ਜੀ ਜੁਮਲੇ ਸੁਣਿਓ, ਹੈ ਮੈਨੂੰ ਉਮਰ ਦੇ ਦੇ, ਹੈ ਮਿਲਾਦ ਵੇਲ ਫਰਾਈ ਗਨੇਜ਼ਰ ਲਿਆ। ਅੱਜ ਸੁਲਤਾਨੀ ਦੇ ਜੁਮਲੇ ਦਿਲ ਦੀ ਧਰਤੀ ਤੇ ਲੈ ਆਈ, ਹੈ ਕੋਈ ਰੋਮ ਚੋਂ ਆਇਆ ਹੈ, ਕੋਈ ਹਬਸ਼ਾ ਚੋਂ ਆਇਆ ਹੈ, ਕੋਈ ਸ਼ਾਮ ਚੋਂ ਆਇਆ ਹੈ। ਹੈ ਉਮਰ ਹੋਵੇ ਜਿਹਨੂੰ ਮੁਹੰਮਦ ਨੇ ਮੰਗ ਕੇ ਲਿਆ, ਇਹ ਜਨਾਬੀ ਉਮਰ ਸੁਣੀ ਸੁਣੀ, ਇਹ ਜਨਾਬੀ ਉਮਰ ਜਿਹਨੂੰ ਨਬੀ ਨੇ ਮੰਗ ਕੇ ਲਿਆ। ਹਬੀਬ ਪੂਰਾ ਲਿਆ, ਇੱਧਰ ਵੇਖੀ, ਮੇਰੇ ਨਬੀ ਨੇ ਦੁਆਵਾਂ ਮੰਗੀਆਂ, ਫਰਮਾਇਆ ਮੌਲਾ ਮੈਨੂੰ ਉਮਰ ਦੇ, ਫਰਮਾਇਆ ਮੌਲਾ ਮੈਨੂੰ ਉਮਰ ਦੇ ਦੇ। ਹਜ਼ਰਾ ਜੁਮਲੇ ਸੁਣਿਆ ਨੇ, ਜਦੋਂ ਜਨਾਬੀ ਉਮਰ ਆ ਰਹੇ ਨੇ, ਹਜ਼ਰਾ ਜੁਮਲੇ ਜ਼ਾਇਆ ਨਾ ਕਰਿਆ ਨੇ, ਮੇਰੇ ਨਬੀ ਹੁਜਰੇ ਚ ਮੁਬਾਰਕ ਚ ਤਸ਼ਰੀਫ ਫਰਮਾਣੇ, ਜਨਾਬੀ ਅਮੀਰੇ ਹਮਜ਼ਾ ਵੀ ਬੈਠੇ ਹੋਏ ਨੇ। ਇੱਕ ਸਹਾਬੀ ਦੌੜਦਾ ਆਇਆ, ਆਂਦਾ ਕਮਲੀ ਵਾਲਿਆ ਹਾਜੀ ਉਮਰ ਆ ਰਿਹਾ ਹੈ, ਹਾਜੀ ਉਮਰ ਨੇ ਹੱਥ ਵਿੱਚ ਤਲਵਾਰ ਫੜੀ ਹੋਈ ਹੈ, ਇੱਧਰ ਸੁਣੀ, ਹਾਜੀ ਉਮਰ ਆ ਰਿਹਾ ਹੈ। ਜਨਾਬੀ ਅਮੀਰੇ ਹਮਜ਼ਾ ਉੱਠ ਕੇ ਖਲੋ ਗਏ ਨੇ, ਫਰਮਾਇਆ ਸੋਹਣਿਆ ਅਗਰ ਉਮਰ ਦੀ ਨੀਅਤ ਠੀਕ ਨਾ ਹੋਈ, ਅੱਜ ਤਲਵਾਰ ਹਮਜ਼ਾ ਦੀ ਹੋਵੇਗੀ, ਅੱਜ ਸਿਰ ਉਮਰ ਦਾ ਹੋਵੇਗਾ। ਬਾਬਾ ਜੀ ਜੁਮਲੇ ਸੁਣਿਆ ਨੀ, ਮੇਰੇ ਨਬੀ ਨੇ ਫਰਮਾਇਆ ਚਾਚਾ ਬਹਿ ਜਾ, ਇੱਧਰ ਵੇਖੀ, ਫਰਮਾਇਆ ਚਾਚਾ ਨਾਨਾ ਹਾਜੀ ਉਮਰ ਨੀਅਤ ਪੈੜੀ ਲੈ ਕੇ ਨਹੀਂ ਆ ਰਿਹਾ, ਵੈਲਫੇਅਰ ਵਾਲਿਆ, ਹਾਜੀ ਉਮਰ ਪੂਰੀ ਨੀਅਤ ਨਾਲ ਨਹੀਂ ਆ ਰਿਹਾ, ਹਾਜੀ ਉਮਰ ਪੈੜੀ ਨੀਅਤ ਨਾਲ ਨਹੀਂ ਆ ਰਿਹਾ। ਹਜ਼ਰਾ ਜੁਮਲੇ ਸੁਣਿਆ ਨੀ, ਇੰਨੀ ਦੇਰ ਗੁਜ਼ਰੀ ਜਨਾਬੀ ਉਮਰ ਆ ਗਏ ਨੇ, ਜਨਾਬੀ ਅਮੀਰੇ ਹਮਜ਼ਾ ਤਲਵਾਰ ਲੈ ਕੇ ਖੜੇ ਹੋ ਗਏ ਨੇ, ਫਰਮਾਇਆ ਕੋਈ ਜੁਰਤ ਨਾ ਕਰੇ, ਮੇਰੇ ਮੁਹੰਮਦ ਨੇ
ਨੇੜੇ ਨਾ ਆਵੀਂ, ਉਮਰ ਮੇਰੇ ਮਹਿਬੂਬ ਦੇ ਨੇੜੇ ਨਾ ਆਵੀਂ। ਬਾਬਾ ਜੁਮਲੇ ਸੁਣਿਆ ਜੇ ਤੇਰੇ ਦਿਲ ਦੀ ਦੁਨੀਆ ਹਿੱਲ ਜਾਏਗੀ। ਜਨਾਬੀ ਉਮਰ ਨੇ ਹੱਥ ਬੰਨ ਲਏ ਨੇ, ਜਨਾਬੀ ਉਮਰ ਨੇ ਹੱਥ ਬੰਨ ਲਏ ਨੇ, ਹੱਥ ਬੰਨ ਕੇ ਆਉਂਦੇ ਨੇ ਅਮੀਰ ਹਮਜ਼ਾ। ਇੱਥੇ ਸੁਣੀ ਅਮੀਰ ਹਮਜ਼ਾ, ਅੱਜ ਮੈਂ ਬਦਲਾ ਲੈਣ ਨਹੀਂ ਆਇਆ, ਅੱਜ ਮੈਂ ਮੁਹੰਮਦ ਨੂੰ ਨੁਕਸਾਨ ਦੇਣ ਨਹੀਂ ਆਇਆ, ਅੱਜ ਤੇ ਮੈਂ ਮੁਹੰਮਦ ਦਾ ਕਲਮਾ ਪੜ੍ਹਨ ਆਇਆ, ਅੱਜ ਤੇ ਮੈਂ ਮੁਹੰਮਦ ਦਾ ਕਲਮਾ ਪੜ੍ਹਨ ਆਇਆ ਵਾਂ। ਹਜ਼ਰਾ ਜੁਮਲੇ ਸੁਣਿਆ ਰੇ, ਐ ਸਾਰਾ ਮੁਹੱਲਾ ਬੈਠਾ ਏ, ਮਿਲਾਦ ਵੈਲਫੇਅਰ ਸੁਸਾਇਟੀ ਬੈਠੀ ਆ। ਹਜ਼ਰਾ ਜੁਮਲੇ ਨਾ ਸੁਣੀ ਜਾਇਆ ਏ, ਜਨਾਬੀ ਉਮਰ ਆਏ ਨੇ ਆ ਕੇ ਹਾਥੀ ਬਣ ਕੇ ਅਰਜ ਕੀਤੀ ਏ, ਹਾਕਾ ਜੀ ਮੈਂ ਇੰਜ ਨਹੀਂ ਆਇਆ, ਹੈ ਅੱਜ ਕਲਮਾ ਪੜ੍ਹਨ ਆਇਆ। ਜਨਾਬੀ ਉਮਰ ਕਦਮਾ ਚ ਡਿੱਗ ਪਏ ਨੇ, ਮੈਤਲਾ ਸਾਹਿਬ ਕੈਸਾ ਮੰਜ਼ਰ ਆਉਣਾ ਏ, ਇੱਥੇ ਮੇਰੇ ਨਬੀ ਨੇ ਫਰਮਾਇਆ, ਮੇਰਾ ਮੁਹੰਮਦ ਫਰਮਾਂਦਾ ਹੈ ਤੁਮੇ ਯਾਰੋ ਮੁਬਾਰਕ ਹੋ ਉਮਰ ਬੇਨੇ। ਇੰਜ ਨਹੀਂ, ਇੰਜ ਨਹੀਂ, ਮਜ਼ਾ ਨਹੀਂ ਆਉਣਾ ਇੰਜ। ਇੱਕ ਵਾਰੀ ਸੱਜਾ ਹੱਥ ਬੁਲਾਉਂਦੀ ਕਰ, ਇੱਕ ਵਾਰੀ ਅਮੀਰ ਮੋਮਿਨੀਨ ਦੇ ਹੱਥ ਬੁਲਾਉਂਦੀ ਕਰ ਗਏ, ਜਿਵੇਂ ਹੁਸੈਨ ਹੁਸੈਨ ਕਰਦੇ ਹੋ, ਜਿਵੇਂ ਅਲੀ ਅਲੀ ਕਰਦੇ ਹੋ, ਹਿੰਜੀ ਉਮਰ ਉਮਰ ਵੀ ਕਰਨਾ ਹੈ ਤੁਮੇ ਯਾਰੋ ਮੁਬਾਰਕ ਹੋ ਉਮਰੇ ਬੇਨੇ। ਕਿਆ ਬਾਤ ਹੈ ਤੁਹਾਡੀ ਜਨਾਬ, ਕਿਆ ਬਾਤ ਹੈ। ਤੁਮੇ ਯਾਰੋ ਮੁਬਾਰਕ ਹੋ ਉਮਰੇ ਬੇਨੇ, ਖਦਾ ਬਾਇਆ ਉਮਰ ਬੇਨੇ, ਖਦਾ ਬਾਇਆ ਹਬੀਬ ਪੁਰਾ ਆਲਿਓ। ਤੁਮੇ ਯਾਰੋ ਮੁਬਾਰਕ ਹੋ ਉਮਰ ਬੇਨੇ, ਖਤਾ ਬਾਇਆ ਉਮਰ ਬੇਨੇ, ਖਤਾ ਬਾਇਆ ਵੋ ਆਇਆ ਹੈ ਨਾ ਜਾਣੇ ਕੋ, ਵੋ ਲੈ ਕੇ ਦੀਨੇ ਇਸਲਾਮ ਆਇਆ। ਇੱਧਰ ਬਾਬਾ ਜੁਮਲੇ ਸੁਣੀ, ਅੱਜ ਮਿਲਾਦ ਕਮੇਟੀ ਵੈਲਫੇਅਰ ਵਾਲਿਆ ਹੋਏ ਯਾਰ ਕਮੇਸ਼ਨ ਵਾਲਿਆ, ਜੁਮਲੇ ਸੁਣਿਆ ਨੇ ਵੋ ਆਇਆ ਨਾ ਜਾਣੇ ਕੋ, ਵੋ ਲੈ ਕੇ ਦੇ ਇਸਲਾਮ ਆਇਆ। ਤੁਮੇ ਯਾਰੋ ਮੁਬਾਰਕ ਹੋ ਉਮਰ ਬੇਨੇ, ਖਤਾ ਬਾਇਆ ਉਮਰ ਬੇਨੇ, ਖਤਾ ਬਾਇਆ। ਬਾਬਾ ਜੀ ਕੌਣ ਉਮਰ ਇਬਨੇ ਖਤਾਬ ਰਜ਼ੀ ਅੱਲਾਹ ਤਾਲਾ ਅਨਹੋ, ਜਿਹਨੂੰ ਨਬੀ ਨੇ ਮੰਗ ਕੇ ਲਿਆਏ। ਜਦੋਂ ਜਨਾਬੀ ਉਮਰ ਨੇ ਕਲਮਾ ਪੜ੍ਹ ਲਿਆ, ਹਬੀਬ ਪੂਰਾ ਆ ਲਿਆ, ਜੁਮਲੇ ਸੁਣਿਆ ਨੇ ਹੈ ਮੱਕੇ 'ਚ ਜਨਾਬੀ ਉਮਰ ਨੇ ਫਰਮਾਇਆ, ਫਰਮਾਇਆ ਕਿਹਦੀ ਜੁਰਤ ਹੈ ਅੱਜ ਜਿਹੜਾ ਮੇਰੇ ਨਬੀ ਨੂੰ ਡੱਕੇਗਾ, ਕਿਹਦੀ ਜੁਰਤ ਹੈ ਜਿਹੜਾ ਕੁਰਾਨ ਦੇ ਅਜ਼ਾਨ ਨੂੰ ਡੱਕੇਗਾ। ਅੱਜ ਅਜ਼ਾਨਾਂ ਵੀ ਆਮ ਹੋਣਗੀਆਂ, ਅੱਜ ਨਮਾਜ਼ਾਂ ਵੀ ਆਮ ਹੋਣਗੀਆਂ। ਹੋਏ ਜਨਾਬ
ਵੀ ਉਮਰ ਦੀ ਮਹਿਫਲ ਚ ਬਹਿਣ ਵਾਲਿਆ ਅੱਜ ਹਲ ਅਲੀ ਇਲਾਣੇ ਚਰਚੇ ਹੋ ਰਹੇ ਨੇ, ਹਾਜੀ ਪਤਾ ਲੱਗੇ ਉਮਰ ਆਇਆ ਹੈ, ਹਾਜੀ ਪਤਾ ਲੱਗੇ ਉਮਰ ਇਬਨੇ ਖਤਾਬ ਆਇਆ ਹੈ। ਹਜ਼ਰਾ ਜੁਮਲੇ ਜ਼ਾਇਆ ਨਾ ਕਰ ਜਾਇਆ ਰੇ, ਇਹ ਕੌਣ ਉਮਰ ਇਬਨੇ ਖਤਾਬ ਹੈ ਜਿਹਨੇ ਨਬੀ ਦੇ ਕਦਮ ਚੁੰਮ ਲਏ ਨੇ, ਜਿਹਨੇ ਨਬੀ ਦੇ ਹਾਥੀ ਚੁੰਮ ਲਏ ਨੇ, ਇਹ ਕੌਣ ਉਮਰ ਇਬਨੇ ਖਤਾਬ ਹੈ। ਬਾਬਾ ਜੀ 26 ਜ਼ਲਹਜ ਦੀ ਫਜਰ ਹੈ, ਜਨਾਬੇ ਉਮਰ ਮਸਜਿਦੇ ਨਬਵੀ 'ਚ ਆਏ ਨੇ, ਜਨਾਬੇ ਉਮਰ ਮੁਸੱਲਾ ਰਸੂਲ 'ਤੇ ਆਏ ਨੇ। ਹਾਂ ਮੈਂ ਜਨਾਬੇ ਉਮਰ ਦੀ ਸ਼ਹਾਦਤ ਦਾ ਮੰਜ਼ਰ ਸੁਣਾਵਾਂ। ਜਦੋਂ ਦਮਾਦੇ ਰਸੂਲ ਮੁਸੱਲਾ ਰਸੂਲ 'ਤੇ ਆਏ ਨੇ, ਮੈਨੂੰ ਇਮਾਨਦਾਰੀ ਨਾਲ ਦੱਸਿਆ ਰਹੇ ਇਹ ਕੈਸਾ ਮੰਜ਼ਰ ਹੋਵੇਗਾ, ਇਹ ਜਦੋਂ ਮੁਸੱਲਾ ਵੀ ਨਬੀ ਦਾ ਹੋਵੇਗਾ, ਯਾਰ ਵੀ ਨਬੀ ਦਾ ਹੋਵੇਗਾ। ਜਦੋਂ ਮੁਸੱਲਾ ਵੀ ਨਬੀ ਦਾ ਅਤੇ ਯਾਰ ਵੀ, ਮੁਸੱਲਾ ਵੀ ਨਬੀ ਦਾ ਅਤੇ ਯਾਰ ਵੀ। ਕੁਝ ਲੋਕ ਕਹਿੰਦੇ ਨੇ ਜੀ ਨਹੀਂ ਨਹੀਂ ਨਹੀਂ, ਇਹ ਜਾਣ ਬੁੱਝ ਕੇ ਖਲੋ ਗਏ ਸਨ। ਇਹ ਸੁਣਿਓ, ਮੈਂ ਕਿਹਾ ਨਹੀਂ ਚੱਲਿਆ, ਇੱਧਰ ਬਾਬਾ ਜੀ ਤਵੱਜੋ ਕਰਿਓ। ਬੰਦੇ ਦੀ ਕਿਸੇ ਬੰਦੇ ਨਾਲ ਲੱਗ ਨਾ ਹੋਵੇ, ਤੁਸੀਂ ਉਸ ਬੰਦੇ ਨੂੰ ਆਪਣੀ ਫੈਕਟਰੀ ਵੜਨ ਦਿਓਗੇ? ਬੋਲੋ ਤਾਂ ਸਹੀ। ਕਿਸੇ ਬੰਦੇ ਨਾਲ ਤੁਹਾਡੀ ਇੜਕ ਬਿੜਕ ਹੋਵੇ, ਕੋਈ ਬੰਦਾ ਚੰਗਾ ਨਾ ਹੋਵੇ, ਤੁਸੀਂ ਉਹਨੂੰ ਆਪਣੇ ਘਰ ਐਂਟਰੀ ਕਰਨ ਦਿਓਗੇ? ਮੈਂ ਕਿਹਾ ਚੱਲਿਆ, ਤੂੰ ਅਤੇ ਮੈਂ ਹੋਈਏ ਅਤੇ ਅਸੀਂ ਆਪਣੇ ਘਰ ਕਿਸੇ ਗੈਰ ਨੂੰ ਵੜਨ ਨਹੀਂ ਦਿੰਦੇ, ਆਪਣੀ ਫੈਕਟਰੀ ਕਿਸੇ ਦੁਸ਼ਮਣ ਨੂੰ ਵੜਨ ਨਹੀਂ ਦਿੰਦੇ, ਅਤੇ ਮੁਸੱਲਾ ਰਸੂਲ ਨੂੰ ਆਮ ਸਮਝੜਿਆ ਵੀ ਜਿਹੜਾ ਮਰਜ਼ੀ ਉੱਤੇ ਖਲੋ ਜਾਏ। ਫਰਮਾਇਆ ਨਹੀਂ, ਜਿਹੜਾ ਉਸ ਦਾ ਹੱਕਦਾਰ ਸੀ ਉਹ ਹੀ ਖਲੋਤਾ ਹੋਇਆ ਉੱਥੇ, ਜਿਹੜਾ ਹੱਕਦਾਰ ਸੀ ਮੁਸੱਲਾ ਇਮਾਮਤ ਦਾ। ਪਹਿਲੇ ਨੰਬਰ 'ਤੇ ਅਬੂ ਬਕਰ ਸਦੀਕ ਖੜੇ ਨੇ, ਉੱਚੀ ਬੋਲੇ ਇੱਕ ਵਾਰੀ ਜ਼ਰਾ ਸੁਭਾਨ ਅੱਲਾ। ਦੂਸਰੇ ਨੰਬਰ 'ਤੇ ਹਜ਼ਰਤ ਉਮਰ। ਹੁਣ ਗੱਲ ਤਵੱਜੋ ਨਾਲ ਸਮਾਪਤ ਕਰਿਓ, ਗੱਲ ਬੜੀ ਵੱਡੀ ਜੇ। 26 ਜ਼ਿਲਹਜ ਦਾ ਟਾਈਮ ਆਇਆ। ਬਾਬਾ ਜੀ ਉਹ ਬਹਿ ਜਾਓ ਯਾਰ, ਮੋਬਾਈਲ ਨਾਲ ਤੁਸੀਂ ਵੀ ਥੱਲੇ ਬਹਿ ਜਾਓ, ਡਿਸਟਰਬ ਨਾ ਕਰੋ ਯਾਰ, ਬਹਿ ਜਾ ਯਾਰ ਤੂੰ ਵੀ ਇਹਦੇ ਤਵੱਜੋ। ਉਹ ਬੱਚਿਆ ਤੂੰ ਵੀ ਛੱਡ ਯਾਰ, ਇਹਨੂੰ ਬਿਠਾ ਦਿਓ ਪੁੱਤਰ, ਬਹਿ ਜਾ ਤੂੰ ਵੀ, ਇਹ ਕੰਮ ਹੁੰਦੇ ਰਹਿਣੇ, ਕੋਈ ਗੱਲ ਸੁਣ ਲੈ ਪੁੱਤਰ, ਕੋਈ ਪੱਲੇ ਪੈ ਜਾਏਗੀ ਗੱਲ, ਇਹ ਤਾਂ ਆਉਣ ਜਾਣ ਦੀ ਚੀਜ਼ ਹੈ। ਜਿਹੜੀ ਗੱਲ ਮੈਂ ਦੇ ਰਿਹਾ ਉਹਦੇ ਵੱਲ ਤਵੱਜੋ ਕਰਿਓ। ਬਾਬਾ ਜੀ ਕੌਣ ਉਮਰ ਹੈ ਜਿਹਦੀ ਸ਼ਹਾਦਤ ਦਾ ਮਰਹਲਾ ਹੀ ਮੱਸੇ 'ਚ ਸ਼ੁਰੂ ਹੋਇਆ? ਹਾਏ ਹਾਏ ਹਾਏ, ਇੱਕ ਹਜ਼ਰਤ ਅਲੀ ਨੂੰ ਜ਼ਰਬ ਲੱਗੀ ਅਤੇ ਮੱਸੇ 'ਚ, ਅਤੇ ਇੱਕ ਹਜ਼ਰਤ ਉਮਰ ਨੂੰ ਜ਼ਰਬ ਲੱਗੀ ਅਤੇ ਮੱਸੇ 'ਚ। ਮਸੱਲਾ ਰਸੂਲ ਹੈ, 26 ਜ਼ਿਲਹਜ ਹਬੀਬਪੁਰਾ ਲਿਆ। ਜ਼ਰਾ ਕੰਨ ਦੀਆਂ ਖਿੜਕੀਆਂ ਖੋਲ੍ਹ ਕੇ ਇਸ ਨਿਕੰਮੇ ਜਿਹੇ ਮੌਲਵੀ ਦੀ ਗੱਲ ਦਿਲ ਦੀ ਤਖਤੀ 'ਤੇ ਲਿਖ ਕੇ ਲੈ ਜਾਈਂ। ਬਾਬਾ 36 ਲੱਖ ਮੁਰੱਬਾ ਮੀਲ 'ਤੇ ਹਕੂਮਤ ਕਰਨ ਵਾਲਾ ਉਮਰ, ਰੋਮ ਦਾ ਸਫੀਰ ਆਇਆ, ਰੋਮ ਦਾ, ਰੋਮ ਬੜੀ ਵੱਡੀ ਉਸ ਵੇਲੇ ਤਾਕਤ ਸੀ, ਹਕੂਮਤ ਸੀ, ਸਲਤਨਤ ਸੀ। ਉਹਨਾਂ ਵੇਖ ਕੇ ਉਹਨਾਂ ਕਿਹਾ ਵੀ ਉਮਰ ਵੇਖ ਕੇ ਤਾਂ ਆਓ, ਜਿਹੜਾ ਮੁਸਲਮਾਨਾਂ ਦਾ ਖਲੀਫਾ ਹੈ, ਐਵੇਂ ਸ਼ਹਿਰਾਂ ਦੇ ਸ਼ਹਿਰ ਫਤਿਹ ਕਰੀ ਜਾ ਰਿਹਾ, ਮੁਲਕਾਂ ਦੇ ਮੁਲਕ ਫਤਿਹ ਕਰੀ ਜਾ ਰਿਹਾ, ਸਲਤਨਤ ਫਤਿਹ ਕਰੀ ਜਾ ਰਿਹਾ, ਜਾ ਕੇ ਵੇਖੋ ਤਾਂ ਸਹੀ ਉਹਦੇ ਅੰਦਰ ਗੁਰ ਕੀ ਹੈ। ਆਏ ਹਾਏ ਹਾਏ, ਨਹੀਂ ਸਿਆਲਕੋਟ ਵਾਲੇ ਤੁਸੀਂ ਜ਼ੌਕ ਵਾਲੇ ਲੋਕ ਹੋ ਯਾਰ, ਆ ਸਾਰੀ ਦੁਨੀਆ ਨੇ ਵੀਡੀਓ ਵੇਖਣੀ, ਕੀ ਆਖਣਗੇ ਵੀ ਮੌਲਵੀ ਆਪਣੇ ਸ਼ਹਿਰ ਬਹਿ ਕੇ ਇਹਨਾਂ ਨਹੀਂ ਬੁਲਾ ਸਕਿਆ? ਇੱਕ ਵਾਰੀ ਗੱਜ ਕੇ ਬੋਲੋ ਸੁਭਾਨ ਅੱਲਾ। ਅੱਲਾ ਤੁਹਾਨੂੰ ਸਲਾਮਤ ਰੱਖੇ। ਮੈਂ ਉਮਰ ਪਿਆ ਪੜ੍ਹਨਾ, ਜੇ ਹੁਸੈਨ ਪੜ੍ਹਨਾ, ਠੰਡਿਆ ਨਾ ਪਿਆ ਜੇ ਜੁਮਲੇ ਸੁਣਿਆ ਜੇ। ਬਾਬਾ ਜੀ ਸਫੀਰ ਆ ਗਿਆ ਮਦੀਨੇ, ਸਹਾਬੀ ਨੂੰ ਟੱਕਰਿਆ, ਕਹਿਣ ਲੱਗਾ ਜੀ ਤੁਹਾਡਾ ਖਲੀਫਾ ਕੌਣ ਹੈ? ਉਹਨੇ ਕਿਹਾ ਜੀ ਮਸਜਿਦ ਨਬਵੀ ਦੇ ਕੋਲ ਖਜੂਰ ਦਾ ਦਰਖਤ ਹੈ, ਉੱਥੇ ਸਾਡਾ ਖਲੀਫਾ ਹੈ। ਇੱਧਰ ਤਵੱਜੋ ਫਰਮਾਇਆ ਜੇ, ਕੋਈ ਪ੍ਰੋਟੋਕੋਲ ਨਹੀਂ,
ਕੋਈ ਗਾਰਡ ਨਹੀਂ, ਕੋਈ ਸਿਪਾਹੀ ਨਹੀਂ, ਕੋਈ ਨੇਜ਼ਾਬਾਜ਼ ਨਹੀਂ, ਕੋਈ ਤੀਰਬਾਜ਼ ਨਹੀਂ, ਕੋਈ ਤਲਵਾਰ ਵਾਲਾ ਕੋਲ ਨਹੀਂ, ਕੋਈ ਹਿਫਾਜ਼ਤ ਵਾਲਾ ਨਹੀਂ। ਜਦੋਂ ਰੋਮ ਦਾ ਸਫੀਰ ਆਇਆ ਨਾ ਸਿਆਲਕੋਟ ਵਾਲਿਆ, ਜ਼ਰਾ ਜੁਮਲੇ ਸੁਣੀ, ਜਦੋਂ ਰੋਮ ਦਾ ਸਫੀਰ ਆਇਆ ਅਤੇ ਆ ਕੇ ਵੇਖਿਆ ਕਿ ਇੱਕ ਬੰਦਾ ਜਿਹਦੇ ਕੱਪੜਿਆਂ ਨੂੰ 12 ਪੇਵੰਦ ਲੱਗੇ ਨੇ, ਇਹ ਜ਼ਰਾ ਮੇਰੇ ਵੱਲ ਵੇਖਣਾ ਹੀ, ਤਾਂ ਫਿਰ ਤੈਨੂੰ ਮੈਂ ਉਮਰ ਦੀ ਸ਼ਾਨ ਦੱਸਾਂ। ਉਮਰ ਇਬਨੇ ਖਤਾਬ ਦੀ 12 ਪੇਵੰਦ ਲੱਗੇ ਨੇ, ਪਗੜੀ ਲਾਈ ਹੋਈ ਹੈ। ਬਾਬਾ ਜੀ ਇੱਧਰ ਤਵੱਜੋ ਫਰਮਾਇਓ, ਇੱਕ ਪੱਥਰ ਲੈ ਕੇ ਨਾ ਛੋਟਾ ਜਿਹਾ ਉਹਨੂੰ ਸਿਰ ਦਾ ਸਰਾਣਾ ਬਣਾਇਆ ਅਤੇ ਉੱਤੇ ਲੇਟਿਆ ਹੋਇਆ ਅਤੇ ਕੋਲ ਇੱਕ ਸਹਾਬੀ ਜਾ ਰਿਹਾ। ਸਫੀਰ ਪੁੱਛਣ ਲੱਗਾ, ਮੈਂ ਉਮਰ ਇਬਨੇ ਖਤਾਬ ਨੂੰ ਮਿਲਣਾ। ਕਿਹਨੂੰ ਮਿਲਣਾ? ਉਮਰ ਇਬਨੇ ਖਤਾਬ ਨੂੰ ਮਿਲਣਾ। ਜ਼ਰਾ ਜੁਮਲੇ ਸੁਣਿਆ ਜੇ, ਜਦੋਂ ਇੰਨੀ ਗੱਲ ਕੀਤੀ ਨਾ, ਅੱਛਾ ਉਮਰ ਨੂੰ ਮਿਲਣਾ, ਕਿੱਥੇ ਵੇ ਤੁਹਾਡਾ ਬਾਦਸ਼ਾਹ? ਆਏ ਹਾਏ ਹਾਏ, ਉਹ ਆਪਣੇ ਬਾਦਸ਼ਾਹਾਂ ਦੇ ਚੱਕਰ ਸੀ, ਕਿੱਥੇ ਵੇ ਤੁਹਾਡਾ ਬਾਦਸ਼ਾਹ? ਉਹਨੇ ਕਿਹਾ ਸਾਡਾ ਬਾਦਸ਼ਾਹ? ਉਹਨੇ ਕਿਹਾ ਉਹ ਸਾਹਮਣੇ, ਇੱਧਰ ਤਵੱਜੋ ਫਰਮਾਇਓ, ਉਹ ਸਾਹਮਣੇ ਇਹ ਜਿਹਨੇ ਪੱਥਰ ਦਾ ਸਰਾਣਾ ਬਣਾ ਕੇ ਲੇਟਿਆ ਹੋਇਆ ਨਾ, ਉਹ ਹੀ ਉਮਰ ਬਣੇ ਖਤਾਬ ਹੈ। ਬਾਬਾ ਜੀ ਇੱਧਰ ਤਵੱਜੋ ਫਰਮਾਇਆ ਜੀ, ਗੱਲ ਬੜੀ ਸੁਣਨ ਵਾਲੀ। ਕੋਲ ਆਇਆ, ਕੋਲ ਆ ਕੇ ਖਲੋ ਗਿਆ। ਆਪ ਫਰਮਾਨ ਲੱਗੇ, ਕਿੱਥੋਂ ਆਇਆ ਜੀ? ਉਹਨੇ ਕਿਹਾ ਤੁਸੀਂ ਬਾਦਸ਼ਾਹ ਹੋ? ਆਪ ਫਰਮਾਉਂਦੇ ਨੇ, ਨਹੀਂ ਅਸੀਂ ਬਾਦਸ਼ਾਹ ਨਹੀਂ, ਅਸੀਂ ਫਕੀਰ ਹਾਂ, ਅਸੀਂ ਮੁਹੰਮਦ ਦੇ ਦਰ ਦੇ। ਇੱਕ ਵਾਰੀ ਬੋਲੋ, ਅਸੀਂ ਮੁਹੰਮਦ ਦੇ ਦਰ ਦੇ, ਅਸੀਂ ਮੁਹੰਮਦ ਦੇ ਦਰ ਦੇ, ਅਸੀਂ ਮੁਹੰਮਦ ਦੇ ਦਰ ਦੇ। ਜਿਹੜਾ ਮੁਹੰਮਦ ਦੇ ਦਰ ਦਾ ਫਕੀਰ ਹੈ, ਹੱਥ ਬੁਲੰਦ ਕਰਕੇ ਆਖੇ, ਅਸੀਂ ਮੁਹੰਮਦ ਦੇ ਦਰ ਦੇ, ਅਸੀਂ ਮੁਸਤਫਾ ਦੇ ਦਰ ਦੇ। ਰੱਬੇ ਕਾਬਾ ਦੀ ਕਸਮ, ਅੱਜ ਅਸੀਂ ਅੱਜ ਵੀ ਹਜ਼ੂਰ ਦੇ ਮੰਗਦੇ ਹਾਂ, ਅਸੀਂ ਕੱਲ੍ਹ ਵੀ ਹਜ਼ੂਰ ਦੇ ਮੰਗਦੇ ਹਾਂ, ਹਜ਼ੂਰ ਅਤਾ ਕਰਦੇ ਪਏ। ਮੈਨੂੰ ਬੜੀ ਖੁਸ਼ੀ ਹੋਈ ਜਦੋਂ ਬਾਈਜਾਨ ਮੇਰੇ ਕੋਲ ਜੁਮਾ ਪੜਨ ਵਾਸਤੇ ਗਏ, ਜਨਾਬ ਮਹਿਤਲਾ ਸਾਹਿਬ ਵੀ ਨਾਲ, ਤੁਸੀਂ ਵੀ, ਅਤੇ ਉਹ ਮੈਨੂੰ ਦੱਸਣ ਲੱਗੇ ਵੀ ਅਸੀਂ ਰਫਾਏ ਆਮਾ ਦਾ ਕੰਮ ਵੀ ਵੈਲਫੇਅਰ ਨੇ ਸ਼ੁਰੂ ਕੀਤਾ, ਸ਼ਾਇਦ ਐਂਬੂਲੈਂਸ ਦਾ ਵੀ ਕੋਈ ਕੰਮ ਸ਼ੁਰੂ ਕੀਤਾ ਤੁਸੀਂ, ਅਤੇ ਨਾਲ ਦੂਸਰਾ ਵੀ। ਮੈਨੂੰ ਬੜੀ ਖੁਸ਼ੀ ਹੋਈ ਬਾਬਾ ਜੀ, ਜਿੱਥੇ ਸਾਰੇ ਲੋਕ ਇੱਕ ਦੂਜੇ ਨੂੰ ਦੁੱਖ ਦਿੰਦੇ ਪਏ ਨੇ, ਕੋਈ ਦੁੱਖ ਵੰਡਣ ਵਾਲਾ ਵੀ ਤਾਂ ਹੈ ਨਾ। ਆਏ ਹਾਏ ਹਾਏ, ਮਿਹਰਬਾਨੀ ਕਰਿਓ, ਕੋਈ ਆਸਾਨੀ ਚਾਹਣ ਵਾਲਾ ਵੀ ਤਾਂ ਹੈ ਨਾ। ਬਾਬਾ ਜੀ ਬਹਿ ਜਾ ਪੁੱਤਰ ਥੱਲੇ, ਇੱਥੇ ਬਹਿ ਜਾ, ਹੁਣ ਨਾ ਉੱਠੀ। ਇੱਧਰ ਤਵੱਜੋ ਫਰਮਾਇਆ ਜੇ, ਜਿੱਥੇ ਲੋਕ ਰਾਹ ਡੱਕਣ ਵਾਲੇ ਨੇ, ਉੱਥੇ ਕੋਈ ਰਾਹ ਦੇਣ ਵਾਲਾ ਵੀ ਤਾਂ ਅੱਲਾ ਨੇ ਪੈਦਾ ਕੀਤਾ। ਫਿਰ ਮੈਨੂੰ ਖਿਆਲ ਆਇਆ, ਮੈਂ ਆਖਿਆ ਸੁਲਤਾਨੀ, ਜਿੱਥੇ ਫਿਰੌਨ ਹੁੰਦਾ ਉੱਥੇ ਮੂਸਾ ਵੀ ਆਉਂਦਾ। ਆਏ ਹਾਏ, ਜਿੱਥੇ ਸ਼ੈਤਾਨ ਹੁੰਦਾ ਉੱਥੇ ਆਦਮ ਵੀ, ਅਤੇ ਜਿੱਥੇ ਅਬੂ ਜਹਿਲ ਹੋਵੇ ਉੱਥੇ ਮੁਹੰਮਦ ਵੀ। ਆਏ ਹਾਏ, ਉੱਥੇ ਮੁਹੰਮਦ ਵੀ। ਇਸੇ ਵਾਸਤੇ ਹਲਲ ਇਲਾਨ ਅੱਜ ਹਬੀਬ ਬੋਰਾ ਦੇ ਮੁਹੱਲੇ ਵਿੱਚ ਬਹਿ ਗਏ, ਹਲਲ ਇਲਾਨ ਸੁਲਤਾਨੀ ਕਹਿ ਰਿਹਾ, ਮੁਹੰਮਦ ਹਮਾਰੇ ਨਾ ਨਾ ਇੰਜ ਨਹੀਂ ਪੜਾਂਗੇ। ਇੱਕ ਵਾਰੀ ਸਾਰੇ ਸੱਜਾ ਹੱਥ ਬੁਲੰਦ ਕਰੋ, ਇੱਕ ਵਾਰੀ ਸਾਰੇ ਬੋਲ ਕੇ ਆਖੋ, ਮੁਹੰਮਦ ਹਮਾਰੇ। ਅੱਲਾ ਤੁਹਾਨੂੰ ਮਦੀਨੇ ਲੈ ਜਾਏ ਐਸੇ ਮਹੀਨੇ, ਇੱਕ ਵਾਰੀ ਹੱਥ ਬੁਲੰਦ ਕਰਕੇ, ਮੁਹੰਮਦ ਹਮਾਰੇ ਬੜੀ ਸ਼ਾਨ ਵਾਲੇ। ਇੰਜ ਨਹੀਂ ਸਿਆਲਕੋਟੀਓ, ਮੁਹੰਮਦ ਹਮਾ, ਕਿਆ ਬਾਤ ਯਾਰ ਤੁਹਾਡੀ, ਮੁਹੰਮਦ ਹਮਾਰੇ। ਉਹ ਵੇਖੋ ਗਲੀ ਚ ਖਲੋ ਕੇ ਮੁਹੰਮਦ ਨੌਕਰ ਹੱਥ ਚੁੱਕ ਚੁੱਕ ਕੇ ਕਹਿ ਰਹੇ ਨੇ, ਮੁਹੰਮਦ ਹਮਾਰੇ ਬੜੀ ਸ਼ਾਨ ਵਾਲੇ। ਇੱਕ ਵਾਰੀ ਮਦੀਨੇ ਦੇ ਨਾਂ ਤੇ ਸੱਜਾ ਹੱਥ ਬੁਲੰਦ ਕਰਕੇ, ਮੁਹੰਮਦ ਹਮਾਰੇ ਬੜੀ ਸ਼ਾਨ ਵਾਲੇ, ਮੁਹੰਮਦ ਹਮਾਰੇ ਬੜੀ ਸ਼ਾਨ ਵਾਲੇ। ਅਰਸਲਨਾ ਇਲਾ ਰਹਿਮਤਲ ਲਿਲ ਆਲਮੀਨ,
ਫੇਰ ਮੈਨੂੰ ਕਹਿਣਾ ਪੈਣਾ ਮੁਹੰਮਦ ਹਮਾਰੇ, ਜਿਹਦਾ ਸਦਕਾ ਖਾਈਏ ਉਹਦਾ ਸਦਕਾ ਗਾਈਏ, ਜਿਹਦਾ ਸਦਕਾ ਖਾਈਏ ਉਹਦੇ ਗੀਤ ਗਾਈਏ। ਅਸੀਂ ਕਿਸੇ ਚੇਅਰਮੈਨ ਦੇ ਨਾਰੇ ਨਹੀਂ ਮਾਰਦੇ, ਅਸੀਂ ਕਿਸੇ ਐਮਐਨਏ ਦੇ ਨਾਰੇ ਨਹੀਂ ਮਾਰਦੇ, ਅਸੀਂ ਉਸ ਨਬੀ ਦੇ ਨਾਰੇ ਮਾਰਨੇ ਆ ਜਿਹਨੇ ਕਬਰ ਵਿੱਚ ਵੀ ਆਉਣਾ ਹੈ, ਹਸ਼ਰ ਵਿੱਚ ਵੀ ਆਉਣਾ ਹੈ। ਮੁਹੰਮਦ ਹਮਾ, ਕਿਸੇ ਦਾ ਹੱਥ ਥੱਲੇ ਨਾ ਰਵੇ ਇੱਕ ਵਾਰੀ, ਗਲੀ ਵਿੱਚ ਬਹਿਣ ਵਾਲੀ ਅੰਦਰ ਬਹਿਣ ਵਾਲੇ ਵੇਖੋ ਤੇਰਾ ਮਜਮਾ ਕਿੱਦਾਂ ਮੁਹੱਬਤ ਬੜਾ ਮਜਮਾ ਹੈ, ਜਿਹੜਾ ਦੋ ਵੀ ਹੱਥ ਚੁੱਕ ਕੇ ਕਹਿ ਰਿਹਾ ਸੁਲਤਾਨੀ ਸਾਹਿਬ ਅਸੀਂ ਜਾਂਦੇ ਹਾਂ। ਮੁਹੰਮਦ ਹਮਾਰੇ ਬੜੀ ਸ਼ਾਨ ਵਾਲੇ, ਅੱਲਾ ਤੈਨੂੰ ਮਦੀਨੇ ਲੈ ਜਾਏ, ਅੱਲਾ ਤੈਨੂੰ ਕਰਬਲਾ ਲੈ ਜਾਏ, ਉੱਥੇ ਵੀ ਆਖੀਏ ਮੁਹੰਮਦ ਹਮਾਰੇ ਬੜੀ ਸ਼ਾਨ ਵਾਲੇ। ਮਿਹਰਬਾਨੀ ਜਨਾਬ, ਮੁਹੰਮਦ ਹਮਾਰੇ ਬੜੀ ਸ਼ਾਨ ਵਾਲੇ, ਜੇ ਇੰਜ ਨਹੀਂ ਪੜ੍ਹਨਾ ਆਉਂਦਾ ਤੇ ਇੰਜ ਕਹਿ ਲੈਂਦੇ ਹਾਂ, ਇੰਜ ਸਾਰੇ ਕਹਿ ਲੈਂਦੇ ਹਾਂ। ਆਖੀ ਸੋਹਣੇ ਨਾ ਹਵਾ ਨੀ, ਐ ਮਿਲ ਕੇ ਆਖਣਾ ਹੀ ਹੁਣ ਮੇਰੇ ਨਾਲ, ਆਖੀ ਸੋਹਣੇ ਨਾ ਹਵਾ ਨੀ, ਜੇ ਤੇਰਾ ਗੁਜ਼ਰ ਹੋਵੇ ਮੈਂ ਤੇ ਹੱਥ ਬਣ ਕੇ ਆਉਣਾ, ਇਹ ਹਬੀਬ ਪੂਰਾ ਦੀ ਹਵਾ ਏ, ਇੱਥੋਂ ਹੀ ਉੱਠਣਾ ਏ, ਇੱਥੋਂ ਇਮਾਮ ਸਾਹਿਬ ਜਾਵੀਂ, ਇਮਾਮ ਸਾਹਿਬ ਤੋਂ ਬਾਅਦ ਮੁਲਕ ਸ਼ਾਹ ਵਲੀ ਜਾਵੀਂ, ਤਵੱਜੋ, ਮੁਲਕ ਸ਼ਾਹ ਵਲੀ ਤੋਂ ਦਾਤਾ ਦਰਬਾਰ ਜਾਵੀਂ, ਉੱਥੋਂ ਬਾਬਾ ਫਰੀਦ ਜਾਵੀਂ, ਉੱਥੋਂ ਦਿੱਲੀ ਜਾਵੀਂ, ਉੱਥੋਂ ਮੋਇਨੁਦੀਨ ਦੇ ਦਰਬਾਰ ਜਾਵੀਂ, ਉੱਥੋਂ ਜਾਂਦਿਆਂ ਜਾਂਦਿਆਂ ਉੱਥੋਂ ਯਾਰਮੀ ਵਾਲੇ ਪੀਰ ਦੇ ਦਰਬਾਰ ਜਾਵੀਂ, ਉੱਥੋਂ ਗੋਸ ਪਿਆ ਦੇ ਸ਼ਹਿਰ ਜਾਵੀ, ਉੱਥੇ ਬਗਦਾਦ ਜਾਵੀ, ਇੱਥੇ ਸੁਣੀ, ਉੱਥੇ ਬਗਦਾਦ ਜਾਵੀ, ਬਗਦਾਦ ਵਾਲੇ ਨੂੰ ਸਿਆਲ ਕੋਟੀਆਂ ਦਾ ਸਲਾਮ ਆਖੀ, ਉੱਥੋਂ ਹੀ ਉੱਡਦੀਆਂ ਉੱਡਦੀਆਂ ਉੱਥੋਂ ਹੁਸੈਨ ਦੇ ਕਰਬਲਾ ਜਾਵੀ, ਜੀ ਜੀ ਜੀ, ਉੱਥੋਂ ਹੁਸੈਨ ਦੇ ਕਰਬਲਾ ਜਾਵੀ, ਕਰਬਲਾ ਤੂੰ ਨਜਫ ਜਾਵੀ, ਨਜਫ ਤੂੰ ਬਾਬਾ ਜੀ ਜੁਮਲੇ ਸੁਣਿਆ ਨੇ, ਜੰਨਤੁਲ ਬਕੀ ਜਾਵੀ, ਜੰਨਤੁਲ ਬਕੀ ਤੂੰ ਹੋ ਕੇ ਤੂੰ ਨਬੀ ਦੇ ਰੋਜ਼ੇ ਦਾ ਤਵਾਫ ਕਰਕੇ, ਬਾਬਾ ਜੀ ਤੂੰ ਮੁਹੰਮਦ ਦੇ ਰੋਜ਼ੇ ਦਾ ਤਵਾਫ ਹੀ ਕਰਕੇ, ਨਾਲੇ ਤਵਾਫ ਕਰਦਾ ਜਾਣਾ ਹੀ, ਨਾਲੇ ਆਖੀ ਕਮਲੀ ਵਾਲਿਆ ਅੱਜ ਸਿਆਲਕੋਟ ਹਬੀਬਪੁਰਾ ਅੰਦਰ ਅੱਜ ਤੇਰੇ ਆਸ਼ਿਕਾਂ ਨੇ ਮਹਿਫਲ ਸਜਾਈ ਆ, ਅੱਜ ਤੇਰੇ ਨੌਕਰ ਆ ਕੇ ਬੈਠੇ ਹੋਏ ਨੇ, ਅੱਜ ਗੁਲਾਮ ਆ ਕੇ ਬੈਠੇ ਹੋਏ ਨੇ, ਅੱਜ ਇੱਕ ਛੋਟਾ ਜਿਹਾ ਮੌਲਵੀ ਹੈ ਜਿਹੜਾ ਹੱਥ ਚੁੱਕ ਚੁੱਕ ਕੇ ਕਹਿ ਰਿਹਾ ਹੈ, ਤੇ ਨਾਲੇ ਬੰਦੇ ਵੀ ਆਉਂਦੇ ਸਨ, ਕੀ ਆਉਂਦੇ ਸਨ, ਆਖੀ ਸੋਹਣੇ ਨਾ ਹਵਾ ਨੀ, ਜੇ ਤੇਰਾ ਗੁਜ਼ਰ ਹੋਵੇ, ਆਖੀ ਸੋਹਣੇ ਨਾ ਹਵਾ ਨੀ, ਵਾਜੀ ਵਾ, ਆਖੀ ਸੋਹਣੇ ਨਾ ਹਵਾ ਨੀ, ਜੇ ਤੇਰਾ ਗੁਜ਼ਰ ਹੋਵੇ। ਅਗਲਾ ਮਿਸਰਾ ਸੁਣੀ, ਮੈਂ ਮਰ ਕੇ
ਵੀ ਨਹੀਂ ਮਰਦਾ ਮੈਂ ਮਰ ਗਏ ਓਏ ਮਿਲਾਦ ਕਮੇਟੀ ਵਾਲਿਓ ਅਸੀਂ ਮਰ ਗਏ ਵੀ ਨਹੀਂ ਮਰਦੇ ਜੇ ਤੇਰੀ ਨਜ਼ਰ ਹੋਵੇ ਅਸੀਂ ਮਰ ਗਏ ਵੀ ਨਹੀਂ ਮਰਦੇ ਜੇ ਤੇਰੀ ਨਜ਼ਰ ਸੋਹਣਿਆ ਅਗਰ ਤੇਰੀ ਨਜ਼ਰ ਹੋਵੇ ਤਾਂ ਸਾਨੂੰ ਕੁਝ ਨਹੀਂ ਆਉਂਦਾ ਕੋਈ ਆਉਂਦਾ ਜੇ ਉਹ ਪੁੱਤਰ ਇੱਧਰ ਹੋਵੋ ਉੱਥੇ ਹੋਵੋ ਸਾਰੇ ਇੱਧਰ ਮੇਰੇ ਵੱਲ ਤਵੱਜੋ ਕਰੋ ਯਾਰ ਜੇ ਨਬੀ ਪਾਕ ਦੀ ਨਜ਼ਰੇ ਕਰਮ ਹੋਵੇ ਤਾਂ ਬੇੜਾ ਡੁੱਬਦਾ ਵੀ ਹੋਵੇ ਤਾਂ ਤਰ ਜਾਂਦਾ ਅਸੀਂ ਲਾਹੌਰ ਗਏ ਅਗਲੇ ਦਿਨ ਚੌਧਰੀ ਸਾਹਿਬ ਜੁਮਲੇ ਸੁਣਿਓ ਬੰਦਾ ਫੈਕਟਰੀਆਂ ਦਾ ਮਾਲਕ ਦੋ ਫੈਕਟਰੀਆਂ ਨਾਂ ਨਹੀਂ ਲੈਣਾ ਜੁਮਲੇ ਸੁਣਿਓ ਕਹਿੰਦਾ ਕਾਰੀ ਸਾਹਿਬ ਫੈਕਟਰੀਆਂ ਸਨ ਅਤੇ ਚੰਗੀਆਂ ਚੱਲਦੀਆਂ ਪਈਆਂ ਕਾਰੀਗਰ ਵੀ ਬੜੇ ਅਤੇ ਗਾਹਕ ਵੀ ਬੜੇ ਅਤੇ ਚੰਦ ਸਾਲ ਗੁਜ਼ਰੇ ਅਤੇ ਜਿਵੇਂ ਪੈਸਾ ਆਉਣ ਡਿਆ ਸੀ ਨਾ ਪੈਸਾ ਆਉਣਾ ਰੁਕ ਗਿਆ ਇੰਝ ਜਿਵੇਂ ਕਿਸੇ ਬ੍ਰੇਕ ਨਹੀਂ ਲਾ ਛੱਡੀ ਇੱਧਰ ਤਵੱਜੋ ਕਰਿਓ ਅਤੇ ਜਦੋਂ ਇੰਝ ਦਾ ਕੰਮ ਹੋ ਜਾਏ ਨਾ ਹਬੀਬਪੁਰ ਆ ਲਿਓ ਅਤੇ ਫਿਰ ਲੋਕ ਪਤਾ ਕੀ ਆਉਂਦੇ ਨੇ ਲੱਗਦਾ ਸਾਨੂੰ ਕਿਸੇ ਤਵੀਜ਼ ਕਰ ਛੱਡੇ ਨੇ ਹੈ ਸਾਨੂੰ ਕਿਸੇ ਤਵੀਜ਼ ਕਰ ਛੱਡੇ ਸਾਨੂੰ ਕਿਸੇ ਕੁਝ ਕਰ ਛੱਡਿਆ ਰੱਬੇ ਕਾਬਾ ਦੀ ਕਸਮੇ ਬਾਬਾ ਜੁਮਲੇ ਸੁਣਿਓ ਜਦੋਂ ਇੰਨੀ ਗੱਲ ਕੀਤੀ ਨਾ ਮੈਂ ਕਿਹਾ ਫਿਰ ਚੌਧਰੀ ਸਾਹਿਬ ਆਂਦਾ ਮੈਨੂੰ ਵੀ ਕਿਸੇ ਆਖਿਆ ਵੀ ਚੌਧਰੀ ਜੀ ਤੁਹਾਡਾ ਕੰਮ ਕਿਸੇ ਬੰਨ ਛੜਿਆ ਕੀ ਕੀਤਾ ਕੰਮ ਕਿਸੇ ਬੰਨ ਛੜਿਆ ਹੁਣ ਕੰਮ ਟੁਰਨਾ ਕੋਈ ਨਹੀਂ ਆਂਦਾ ਮੈਂ ਜਿੰਨੇ ਵੀ ਫੋਨ ਕਰਾਂ ਕੋਈ ਅੱਗੋਂ ਰਿਸਪਾਂਸ ਨਾ ਆਵੇ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਕੋਈ ਲੈਣ ਨਹੀਂ ਕੋਈ ਦੇਣ ਨਹੀਂ ਇੰਝ ਜਿਵੇਂ ਕੰਮ ਠੱਪ ਹੀ ਹੋ ਗਿਆ ਕਹਿੰਦਾ ਮੇਰਾ ਯਾਰ ਸੀ ਸਿਆਲਕੋਟ ਵਾਲੇ ਜੁਮਲੇ ਸੁਣੀ ਉਹਨੇ ਮੈਨੂੰ ਲੈ ਗਿਆ ਇੱਕ ਬਾਬੇ ਕੋਲ ਕਹਿੰਦਾ ਬਾਬੇ ਹਰੀ ਤਵੀਜ਼ ਕਰਕੇ ਦੇਣਗੇ ਉਹ ਆਪਣੀ ਫੈਕਟਰੀ ਆ ਕੇ ਉਹਨੂੰ ਲਟਕਾਉਣਾ ਅਤੇ ਫਿਰ ਵੇਖੀ ਕੈਸਾ ਕੰਮ ਚੱਲਦਾ ਉਹਨੇ ਕਿਹਾ ਠੀਕ ਹੈ ਮੈਂ ਸੁਣੀਓ ਤੁਹਾਡਾ ਕੀਦਾ ਦੱਸਣ ਲੱਗਾ ਐਵੇਂ ਜਿਹੜਾ ਬੰਦਾ ਆਖੇ ਉਹਦੇ ਪਿੱਛੇ ਨਾ ਲੱਗ ਪਿਆ ਕਰੋ ਬੜੇ ਦੁਕਾਨਦਾਰ ਬੈਠੇ ਨੇ ਹੁਣ ਬਾਬੇ ਬੜੇ ਦੁਕਾਨਾਂ ਪਾ ਕੇ ਬੈਠੇ ਨੇ ਇਹ ਜੁਮਲੇ ਸੁਣਿਓ ਜਿਹੜਾ ਆਉਂਦਾ ਜੀ ਮੈਨੂੰ ਉਹ ਆਉਂਦਾ ਮੈਂ ਬਾਬੇ ਕੋਲ ਟੁਰ ਗਿਆ ਰਸ਼ ਬੜਾ ਬੀਬੀਆਂ ਵੀ ਮਰਦ ਵੀ ਬੈਠੇ ਉਸ ਬਾਬੇ ਕੋਲ ਜੁਮਲੇ ਸੁਣਿਓ ਅਤੇ ਮੇਰੇ ਯਾਰ ਨੇ ਕਿਹਾ ਵੀ ਇਹ ਚੌਧਰੀ ਸਾਹਿਬ ਨੇ ਤਾਂ ਕਾਰੋਬਾਰ ਨਹੀਂ ਚੱਲਦਾ ਪਿਆ ਬਾਬੇ ਨੇ ਆਖਿਆ ਵੀ 10,000 ਰੁਪਇਆ ਦੇ ਤੈਨੂੰ ਦੋ ਤਵੀਜ਼ ਦੇ ਨਾ ਇੱਕ ਆਪਣੇ ਗੱਲ 'ਚ ਪਾ ਲਈ ਅਤੇ ਇੱਕ ਫੈਕਟਰੀ ਦੇ ਮੇਨ ਦਰਵਾਜ਼ੇ ਅੱਗੇ ਲਟਕਾ ਛੱਡੀ ਅਤੇ ਕੰਮ ਖੁੱਲ੍ਹ ਜਾਏਗਾ ਕੰਮ ਇਨਸ਼ਾਅੱਲਾ ਬੜਾ ਅੱਛਾ ਜੀ ਉਹ 10,000 ਬਾਬੇ ਰਾਣ ਦਿੱਤਾ ਉਹਨੇ ਕਿਹਾ ਵਿਚਾਰੇ ਨੂੰ ਚਲੋ ਕੋਈ ਨਹੀਂ ਉਹ 10,000 ਦੇ ਕੇ ਆਇਆ ਤਵੀਜ਼ ਲਿਆਉਂਦਾ ਉਹ ਫੈਕਟਰੀ ਦੇ ਬੂਹੇ ਅੱਗੇ ਲਟਕਾਇਆ ਅਤੇ ਜਿਹੜਾ ਕੰਮ ਥੋੜ੍ਹਾ ਬਹੁਤ ਆਉਂਦਾ ਸੀ ਉਹ ਵੀ ਬੰਦ ਹੋ ਗਿਆ ਲਓ ਜੀ ਹੁਣ ਬਾਬੇ ਰਾਣ ਦੀ ਕਿੱਧਰ ਗਈ ਜੇ ਕਰਾਮਤ ਉਹ ਤਵੀਜ਼ ਕਰਾਇਆ ਅਤੇ ਉਹ ਵੀ ਖਤਮ ਹੋ ਗਿਆ ਹੁਣ ਜੁਮਲੇ ਸੁਣਿਓ ਬਾਬਾ ਜੀ ਮਾਂ ਪਿਓ ਘਰ ਭੁੱਖਾ ਮਰਦਾ ਹੋਵੇ ਅਤੇ ਪੀਰਾਂ ਨੂੰ 5,000 ਰੁਪਇਆ ਬੰਦਾ ਦੇ ਜਾਏ ਅਤੇ ਅੱਬੇ ਦੀ ਜੇਬ 'ਚ 100 ਰੁਪਇਆ ਵੀ ਨਾ ਹੋਵੇ ਇਹ ਗੱਲਾਂ ਸਾਰਿਆਂ ਨੂੰ ਚੰਗੀਆਂ ਨਹੀਂ ਲੱਗਣੀਆਂ ਇਹ ਸਾਰਿਆਂ ਨੂੰ ਚੰਗੀਆਂ ਨਹੀਂ ਜੇ ਲੱਗਣੀਆਂ ਗੱਲਾਂ ਪਰ ਹਕੀਕਤ ਏ ਇੱਧਰ ਜੁਮਲੇ ਸੁਣੋ ਮੈਂ ਹੱਕ ਅਤੇ ਸੱਚ ਦੀ ਦਾਵਤ ਦੇ ਰਿਹਾ ਮੈਂ ਦੀਨ ਇਸਲਾਮ ਦੀ ਦਾਵਤ ਦੇ ਰਿਹਾ ਉਹ ਬਾਬਾ ਜੀ ਬੜਾ ਪਰੇਸ਼ਾਨ ਉਹਨੇ ਮੈਨੂੰ ਫੋਨ ਕੀਤਾ ਆਹ ਗੱਲ ਸਮਝਿਓ ਮੈਨੂੰ ਫੋਨ ਕਰਕੇ ਕਹਿਣ ਲੱਗਾ ਮੌਲਵੀ ਜੀ ਮੈਂ ਤੁਹਾਡੀਆਂ ਤਕਰੀਰਾਂ ਸੁਣੀਆਂ ਨੇ ਅਤੇ ਮੈਂ ਦੁਆ ਕਰਵਾਉਣੀ ਹੈ ਕੀ ਕਰਵਾਉਣੀ ਹੈ ਦੁਆ ਕਰਵਾਉਣੀ ਮੈਂ ਕਿਹਾ ਹੋਇਆ ਕਿ ਉਹਨੇ ਸਾਰੀ ਕਹਾਣੀ ਮੈਨੂੰ ਸੁਣਾਈ ਅਤੇ ਮੈਂ ਕਿਹਾ ਜੀ ਅੱਲਾਹ ਤਾਲਾ ਬਿਹਤਰ ਕਰੇਗਾ ਦੁਆ ਕਰ ਦਿਆਂਗੇ ਅਤੇ ਮੈਨੂੰ ਕਹਿਣ ਲੱਗਾ ਤੁਸੀਂ ਕਿੰਨੇ ਲਵੋਗੇ ਤੁਸੀਂ ਦੁਆ ਕਰਨ ਦੇ ਉਹ ਜ਼ਿਆਦਾ ਡਰਿਆ ਸੀ ਉਦੋਂ ਤਾਂ ਉਹਨੇ ਕਿਹਾ ਕਿੰਨੇ ਲਵੋਗੇ ਮੈਂ ਕਿਹਾ ਜੀ ਅਸੀਂ ਲਵਾਂਗੇ 2 ਕਰੋੜ ਰੁਪਇਆ ਹੱਸਣ ਲੱਗ ਪਿਆ ਕਹਿੰਦਾ ਮਜ਼ਾਕ ਪਿਆ ਕਰਦੇ ਹੋ ਮੈਂ ਕਿਹਾ ਨਹੀਂ ਮੈਂ ਸੱਚ ਗਿਆ
ਮੈਂ ਕਿਹਾ ਦੇ ਦੇਗਾ 2 ਕਰੋੜ, ਆਂਦਾ 2 ਕਰੋੜ ਤਾਂ ਹੁਣ ਮੇਰੇ ਕੋਲ ਨਹੀਂ ਰਿਹਾ ਅਤੇ ਤੁਹਾਨੂੰ ਮੈਂ ਕਿੱਥੋਂ ਦਿਆਂਗਾ। ਮੈਂ ਕਿਹਾ ਜੇ ਨਹੀਂ ਨਾ ਦੇ ਸਕਦਾ ਤਾਂ ਚੁੱਪ ਕਰਕੇ ਬਹਿ ਜਾ, ਕਰਨਾ ਮੈਂ ਨਹੀਂ ਕਰਨਾ ਰੱਬ ਨੇ ਵੀ। ਕਿੰਨੇ ਕਰਨਾ? ਰੱਬ ਨੇ। ਇੱਕ ਗੱਲ ਉਹਨੂੰ ਦੱਸੀ ਸੀ ਤੁਹਾਨੂੰ, ਭਾਵੇਂ ਕਿਸੇ ਨੂੰ ਚੰਗੀ ਲੱਗੇ ਜਾਂ ਨਾ ਲੱਗੇ, ਇਸ਼ਕ ਦੀ ਗੱਲ ਉਹਨੂੰ ਦੱਸੀ ਸੀ, ਤੁਹਾਡੀ ਇਜਾਜ਼ਤ ਹੋਵੇ ਤਾਂ ਤੁਹਾਨੂੰ ਵੀ ਦੱਸ ਛੱਡਣਾ। ਇੱਕ ਵਾਰੀ ਬਾਹਰ ਵਾਲੇ ਵੀ ਬੋਲਿਆ ਜੀ ਸੁਭਾਨ ਅੱਲਾਹ। ਮੈਂ ਉਹਨੂੰ ਕਿਹਾ ਚੌਧਰੀ ਸਾਹਿਬ ਮੇਰੀ ਕੋਈ ਗੱਲ ਨਹੀਂ ਅਤੇ ਨਾ ਹੀ ਆਖਿਓ ਵੀ ਸੁਲਤਾਨੀ ਦੁਆ ਕੀਤੀ ਸੀ ਅਤੇ ਮੈਂ ਕੁਝ ਨਹੀਂ ਜੇ, ਮੈਂ ਭੈੜਾ ਜਿਹਾ ਬੰਦਾ ਵਾਂ, ਗੁਨਾਹਗਾਰ ਜਿਹਾ। ਤੁਸੀਂ ਇੰਜ ਕਰਨਾ, ਜਦੋਂ 11ਵੀਂ ਆਵੇ ਨਾ, ਜਿੰਨੀ ਵੀ ਤੋਫੀਕ ਹੈ ਨਾ ਆਪਣੀ ਫੈਕਟਰੀ ਦੇ ਅੰਦਰ, ਤੈਨੂੰ 100 ਦੀ ਤੋਫੀਕ ਹੈ, 500 ਦੀ ਤੋਫੀਕ ਹੈ, 1000 ਦੀ ਤੋਫੀਕ ਹੈ, 11ਵੀਂ ਦਾ ਖਤਮ ਤੂੰ ਦਵਾਈ ਜਾ ਅਤੇ ਕਰਮ ਮੁਸਤਫਾ ਕਰੀ ਜਾਣਗੇ। ਬਾਬਾ 1 ਮਹੀਨਾ, 2 ਮਹੀਨੇ, 4 ਮਹੀਨੇ, 5 ਮਹੀਨੇ, 6 ਮਹੀਨੇ, ਟਾਈਮ ਤਾਂ ਲੱਗਦਾ ਨਾ। ਫਿਰ ਬੰਦਾ ਇਹ ਆਖੇ ਵੀ 1 ਮਹੀਨੇ 'ਚ ਕੰਮ ਸੈੱਟ ਹੋ ਜਾਏ, ਉਂਝ ਤਾਂ ਨਹੀਂ ਹੁੰਦਾ। ਇੱਧਰ ਜੁਮਲੇ 6 ਮਹੀਨਿਆਂ ਤੋਂ ਬਾਅਦ ਉਹਨੇ ਮੈਨੂੰ ਫੋਨ ਕੀਤਾ ਅਤੇ ਆਂਦਾ ਜੀ ਲਾਹੌਰ ਆਓ। ਮੈਂ ਕਿਹਾ ਕੀ ਹੈ? ਆਂਦਾ ਜੀ ਤੁਹਾਡਾ ਹਦੀਆ ਦੇਣਾ। ਮੈਂ ਕਿਹਾ ਮੈਂ ਨਹੀਂ ਲੈਣਾ ਹਦੀਆ, ਤੂੰ ਗੱਲ ਕਰ ਕੀ ਹੋਇਆ? ਆਂਦਾ ਇੱਕ ਵਾਰੀ ਆਓ ਤਾਂ ਸਹੀ। ਅਸੀਂ ਲਾਹੌਰ ਗਏ ਬਾਬਾ ਜੀ, ਵੈਸੇ ਮਹਿਫਲ 'ਤੇ ਤੋਂ ਉਹਨੇ ਫੋਨ ਕੀਤਾ, ਟੁਰ ਗਏ ਅਤੇ ਰੇਲਾਂ ਫੇਲਾਂ ਹੋ ਗਈਆਂ। ਮੈਂ ਕਿਹਾ ਉਹ ਤਵੀਜ਼ ਲਾਇਆ ਕਿ ਕੋਈ ਨਹੀਂ? ਉਹ ਹੀ ਨਾ ਮੇਰੀਆਂ ਦੁਆਵਾਂ ਵੀ ਲਈ ਜਾਏ ਤਵੀਜ਼। ਬਾਬਾ ਜੀ ਵੇਖੋ, ਜਿਹੜਾ ਜਿਹਨੇ ਪਹਿਲਾਂ ਹੀ 10,000 ਜੇਬ 'ਚ ਪਾ ਲਿਆ, ਉਹਦੇ ਤਵੀਜ਼ ਨੇ ਕੀ ਅਸਰ ਕਰਨਾ? ਉਹਦੀ ਦੁਆ ਨੇ ਕੀ ਅਸਰ ਕਰਨਾ? ਰੱਬੇ ਕਾਬਾ ਦੀ ਇੱਜ਼ਤ ਦੀ ਕਸਮ ਉਠਾ ਗਿਆ ਨਾ, ਸੁਣੀਓ, ਤੁਸੀਂ ਸੁੰਨੀ ਮਾਵਾਂ ਦੇ ਦੁੱਧ ਪੀਤੇ ਨੇ, ਤੁਹਾਡੇ ਬਾਪ ਵੀ ਸੁੰਨੀ ਨੇ। ਰੱਬੇ ਕਾਬਾ ਦੀ ਕਸਮ ਹੈ, ਮੁਹੱਦਸ ਇਬਨੇ ਜੋਜ਼ੀ ਤੋਂ ਲੈ ਕੇ ਔਰ ਸ਼ੈਖ ਅਬਦੁਲ ਹੱਕ ਮੁਹੱਦਸੇ ਦੇਹਲਵੀ ਤੱਕ ਇਹਨਾਂ ਸਾਰੀਆਂ ਦੀਆਂ ਕਿਤਾਬਾਂ ਪੜ੍ਹ ਕੇ ਵੇਖ, ਇਹ ਵੀ ਗੌਸ ਪਾਕ ਦੀ 11ਵੀਂ ਦਵਾਉਂਦੇ ਰਹੇ ਨੇ, ਇਹ ਵੀ ਮੁਸਤਫਾ ਦੀ 12ਵੀਂ ਦਵਾਉਂਦੇ ਰਹੇ ਨੇ। ਬਾਬਾ ਜੀ ਜੁਮਲੇ ਸੁਣਿਆ ਜੇ? ਆਂਦਾ ਮੈਂ ਜਦੋਂ ਦੀ 11ਵੀਂ ਸ਼ੁਰੂ ਕੀਤੀ ਇਹਨਾਂ ਕਾਰੀ ਸਾਹਿਬ, ਅੱਲਾਹ ਦੀ ਕਸਮ ਮੈਨੂੰ ਪਤਾ ਹੀ ਨਹੀਂ ਲੱਗਦਾ ਪਿਆ, ਅੱਗੇ ਨਾਲ ਵੀ ਜ਼ਿਆਦਾ ਗਾਹਕ ਪਿਆਉਂਦੇ ਨੇ, ਅੱਗੇ ਨਾਲ ਵੀ ਜ਼ਿਆਦਾ ਕਰਮ ਪਿਆਉਂਦਾ। ਮੇਰਾ ਦਿਲ ਕਰਦਾ ਮੈਂ ਇੱਥੇ ਗੌਸ ਬਾਗ ਦਾ ਸ਼ੇਰ ਨਾ ਤੁਹਾਨੂੰ ਸੁਣਾ ਛੱਡਾਂ। ਇੰਜ ਨੇ ਜ਼ਰਾ ਮੁਹੱਬਤ ਨਾਲ ਹੱਥ ਚੁੱਕੇਗਾ, ਮੰਨਣ ਵਾਲਾ ਬੈਠਾ, ਵਲੀਆਂ ਨੂੰ ਹੁਣੇ ਪਤਾ ਲੱਗ ਜਾਣਾ ਕਿਹੜਾ ਕਿਹੜਾ ਮੰਨਣ ਵਾਲਾ ਬੈਠਾ ਹੈ। ਬਾਬਾ ਜੀ ਆਲ ਅਲੀ ਇਲਾਨ, ਅੱਜ ਸਿਆਲਕੋਟ ਦੇ ਮੁਹੱਲੇ ਹਬੀਬ ਪੂਰਾ ਅੰਦਰ ਬਹਿ ਗਏ, ਅੱਜ ਆਲ ਅਲੀ ਇਲਾਨ ਸੁਲਤਾਨੀ ਕਹਿ ਰਿਹਾ ਹੈ, ਯਾ ਗੌਸ ਪਾਕ ਅੱਜ ਕਰਮ ਕਰੋ, ਯਾ ਇੰਜ ਨਹੀਂ, ਇੰਜ ਨਹੀਂ, ਇੱਕ ਵਾਰੀ ਹੱਥ ਬੁਲੰਦ ਕਰਕੇ ਅੰਦਰ ਵਾਲੇ ਬਾਹਰ ਵਾਲੇ ਇੱਕ ਵਾਰੀ ਦਵਾਈ ਦੇ ਕੇ ਆਖਣਾ ਹੈ, ਯਾ ਗੌਸ ਪਾਕ ਅੱਜ ਕਰਮ ਕਰੋ, ਯਾ ਗੌਸ ਪਾਕ ਅੱਜ ਕਰਮ ਕਰੋ ਜੀ, ਯਾ ਗੌਸ ਪਾਕ ਅੱਜ ਕਰਮ ਕਰੋ ਜੀ, ਯਾ ਗੌਸ ਪਾਕ ਅੱਜ ਕਰਮ ਕਰੋ, ਅੱਜ ਕਰਮ ਕਮਾਉਣ ਦਾ ਮੇਲਾ ਹੈ, ਯਾ ਗੌਸ ਪਾਕ ਅੱਜ ਕਰਮ ਕਰੋ, ਯਾ ਗੌਸ ਪਾਕ ਇੱਧਰ ਵੇਖੀ, ਯਾ ਗੌਸ ਪਾਕ ਅੱਜ ਕਰਮ ਕਰੋ, ਮੀਰਾ ਮੀਰਾ ਬੋਲ, ਮੀਰਾ ਮੀਰਾ ਬੋਲ, ਇਸ਼ਕਲਾ ਬੋਲੇਗਾ ਦੂਸਰਾ ਨਹੀਂ ਬੋਲੇਗਾ, ਮੀਰਾ ਮੀਰਾ ਬੋਲ, 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 ਯਾ ਗੌਸ ਪਾਕ ਅੱਜ ਕਰਮ ਕਰੋ, ਯਾ ਗੌਸ ਪਾਕ ਅੱਜ ਕਰਮ ਕਰੋ ਜੀ, ਯਾ ਗੌਸ ਪਾਕ ਅੱਜ ਕਰਮ ਕਰੋ ਜੀ, ਯਾ ਗੌਸ ਪਾਕ ਅੱਜ ਇੱਧਰ ਦੇਖੀ, ਯਾ ਗੌਸ ਪਾਕ ਅੱਜ ਕਰਮ ਕਰੋ ਜੀ, ਯਾ ਗੌਸ ਪਾਕ ਅੱਜ ਕਰਮ ਕਰੋ ਜੀ, ਯਾ ਗੌਸ ਪਾਕ ਅੱਜ ਕਰਮ ਕਰੋ, ਮੀਰਾ ਮੀਰਾ ਬੋਲ, ਮੀਰਾ ਮੀਰਾ ਬੋਲ, ਮੀਰਾ ਮੀਰਾ ਬੋਲ, ਮੀਰਾ ਮੀਰਾ ਬੋਲ, ਅਸੀਂ ਨਬੀ ਦੇ ਯਾਰਾਂ ਨੂੰ ਮੰਨਣ ਵਾਲੇ 26 ਜ਼ਲਹਜ ਨੂੰ ਜ਼ਰਬ ਲੱਗ ਗਈ ਹੈ। ਹਜ਼ਰਾ ਜੁਮਲੇ ਸੁਣਿਆ ਨੇ, ਜਨਾਬੀ ਉਮਰ ਮਸਜਿਦ ਦੇ ਅੰਦਰ ਨੇ, ਇਸ ਜ਼ਾਲਮ ਅਬੂ ਲੋਲੋ ਨੇ ਇੰਜ ਖੰਜਰ ਮਾਰਿਆ ਵੇ,
ਜਨਾਬੀ ਉਮਰ ਨੇ ਜਨਾਬੇ ਪੇਣ ਚ ਖੰਜਰ ਲਗਾਏ, ਜਨਾਬੀ ਉਮਰ ਨਮਾਜ਼ ਨਹੀਂ ਛੱਡੀ, ਫਜਰ ਦੀ ਨਮਾਜ਼ ਮੁਕੰਮਲ ਹੋਈ। ਸਹਾਬਾ ਨੇ ਜਨਾਬੀ ਉਮਰ ਨੂੰ ਚੁਕਿਆ, ਹੁਜਰੇ ਮੁਬਾਰਕ ਚ ਲੈ ਕੇ ਆ ਗਏ ਨੇ। ਆ ਮੁਸਲਮਾਨ ਬਾਈਆਂ ਜੁਮਲੇ ਸੁਣਿਆ ਨੇ, ਜਦੋਂ ਸਹਾਬਾ ਨੇ ਦੁੱਧ ਪੇਸ਼ ਕੀਤਾ, ਜਨਾਬੀ ਉਮਰ ਦੁੱਧ ਪੀ ਰਹੇ ਨੇ। ਬਾਬਾ ਜੀ ਦੁੱਧ ਪਸਲੀਆਂ ਰਸਤੇ ਬੰਨੇ ਆ ਰਿਹਾ, ਦੁੱਧ ਰਗਾ ਰਸਤੇ ਬੰਨੇ ਆ ਰਿਹਾ। ਹਜ਼ਰਾ ਜੁਮਲੇ ਸੁਣਿਆ ਨੇ, ਜਨਾਬੀ ਉਮਰ ਦਾ ਆਖਰੀ ਵੇਲਾ ਆ ਗਿਆ, ਜਨਾਬੀ ਉਮਰ ਨੇ ਆਪਣੇ ਪੁੱਤਰ ਨੂੰ ਕੋਲ ਬੁਲਾ ਲਿਆ। ਵੇ ਆਓ ਜਨਾਬੀ ਉਮਰ ਦੀ ਸ਼ਹਾਦਤ ਸੁਣਨ ਵਾਲਿਓ, ਇੱਕ ਮੁਹਰਮ ਮੇਰੇ ਜਨਾਬੀ ਉਮਰ ਦੀ ਸ਼ਹਾਦਤ ਦਾ ਦਿਹਾੜਾ। ਜਨਾਬੀ ਉਮਰ ਕੌਣ ਉਮਰ? ਜਨਾਬੇ ਖਤਾਬ ਦਾ ਪੁੱਤਰ ਉਮਰ, ਉਮਰ ਇਬਨੇ ਖਤਾਬ ਉਮਰ। ਹਜ਼ਰਾ ਜੁਮਲੇ ਸੁਣਿਆ, ਜਦੋਂ ਆਖਰੀ ਵੇਲਾ ਆਇਆ, ਫਰਮਾਇਆ ਮੇਰਿਆ ਬੱਚਿਆ ਜੀ ਅੱਬੂ ਜੀ ਆਰਡਰ ਕਰਿਆ, ਫਰਮਾਇਆ ਜਾਓ ਅੰਮੀ ਆਇਸ਼ਾ ਦੇ ਕੋਲ ਜਾਓ, ਜਾ ਕੇ ਆਪਣੀ ਮਾਂ ਆਇਸ਼ਾ ਨੂੰ ਆਖਿਆ ਰੇ, ਮੇਰੀ ਅੰਮੀ ਆਇਸ਼ਾ ਨੂੰ ਆਖਿਆ ਰੇ, ਅੰਮੀ ਆਇਸ਼ਾ ਜੀ ਅਗਰ ਤੁਹਾਡੀ ਇਜਾਜ਼ਤ ਹੋਵੇ ਮੇਰਾ ਬਾਬਾ ਆਪਣੇ ਯਾਰਾਂ ਦੇ ਨਾਲ ਲੇਟਣਾ ਜਾ ਰਿਹਾ। ਹਾਏ 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 ਬਾਬਾ ਜੁਮਲੇ ਸੁਣਿਆ, ਜੇ ਤੇਰੀ ਰੂਹ ਨਾ ਕੰਬੀ ਤੇ ਗੱਲ ਕਰੀ। ਜਨਾਬੇ ਆਇਸ਼ਾ ਕੋਲ ਅਬਦੁੱਲਾ ਗਏ ਨੇ, ਹਰਜ ਕੀਤੀ ਅੰਮੀ ਜਾਨ ਮੇਰੇ ਬਾਬੇ ਦੀ ਆਖਰੀ ਖਾਸ਼, ਮੇਰੇ ਅੱਬਾ ਹਜ਼ੂਰ ਦੀ ਆਖਰੀ ਤਮੰਨਾ, ਹੋਏ ਮੇਰੀ ਕਬਰ ਨਬੀ ਦੇ ਹੁਜਰੇ 'ਚ ਬਣੇ, ਉਮਰ ਦਾ ਰੋਜ਼ਾ ਅਬੂ ਬਕਰ ਸਦੀਕ ਦੇ ਨਾਲ ਹੋਵੇ। ਜਨਾਬੇ ਆਇਸ਼ਾ ਸੁਣ ਕੇ ਰੋਣ ਲੱਗ ਪਈਆਂ ਨੇ, ਫਰਮਾਇਆ ਅਬਦੁੱਲਾ ਇਹ ਜਗ੍ਹਾ ਤੇ ਮੈਂ ਆਪਣੇ ਵਾਸਤੇ ਰੱਖੀ ਹੋਈ ਸੀ, ਮੈਂ ਆਖਿਆ ਮੈਂ ਆਪਣੇ ਬਾਬੇ ਦੇ ਨਾਲ ਲੇਟਾਂਗੀ, ਮੈਂ ਆਪਣੇ ਸ਼ੋਹਰ ਮੁਸਤਫਾ ਦੇ ਨਾਲ ਮੇਰੀ ਕਬਰ ਬਣੇਗੀ। ਫਰਮਾਇਆ ਅਬਦੁੱਲਾ ਮੈਂ ਆਪਣੇ ਤੋਂ ਜ਼ਿਆਦਾ ਉਮਰ ਨੂੰ ਤਰਜੀਹ ਦੇਣੀ ਆ, ਆਪਣੇ ਬਾਬੇ ਉਮਰ ਨੂੰ ਆਖਿਆ ਰੇ ਜਾਓ ਤੁਹਾਨੂੰ ਮੈਂ ਇਜਾਜ਼ਤ ਦੇਣੀ ਆ। ਬਾਬਾ ਜੁਮਲੇ ਸੁਣ ਜਾਇਆ ਰੇ, ਜਨਾਬੇ ਅਬਦੁੱਲਾ ਨੇ ਆ ਕੇ ਆਪਣੇ ਬਾਬੇ ਦੇ ਹੱਥ ਫੜ ਲਏ ਨੇ, ਹਰਜ਼ ਕੀਤੀ ਬਾਬਾ ਜਾਨੀ ਜਨਾਬੇ ਆਇਸ਼ਾ ਨੇ ਇਜਾਜ਼ਤ ਦੇ ਦਿੱਤੀ ਹੈ। ਮੁਸਲਮਾਨ ਬਾਈਓ ਜੁਮਲੇ ਜ਼ਾਇਆ ਨਾ ਕਰਿਆ ਰੇ, ਜਨਾਬੇ ਉਮਰ ਦੇ ਅਥਰੂ ਆ ਗਏ ਨੇ। ਅਬਦੁੱਲਾ ਆਉਂਦੇ ਨੇ, ਅੱਬਾ ਜੀ ਰੋਂਦੇ ਕਿਉਂ? ਫਰਮਾਇਆ ਪੁੱਤਰਾ ਅੱਜ ਮੇਰਾ ਯਾਰ ਅਬੂ ਬਕਰ ਕੋਈ ਨਹੀਂ, ਅੱਜ ਮੇਰਾ ਹਬੀਬ ਮੁਹੰਮਦ ਕੋਈ ਨਹੀਂ, ਅੱਜ ਮੇਰਾ ਯਾਰ ਵੀ ਕੋਈ ਨਹੀਂ, ਅੱਜ ਮੇਰਾ ਸੱਜਣ ਵੀ ਕੋਈ ਨਹੀਂ, ਅੱਜ ਮੈਨੂੰ ਸੀਨੇ ਲਾਉਣ ਵਾਲਾ ਵੀ ਕੋਈ ਨਹੀਂ, ਅੱਜ ਉਮਰ ਨੂੰ ਜੱਫਾ ਮਾਰਨ ਵਾਲਾ ਵੀ ਕੋਈ ਨਹੀਂ। ਹੋਏ ਵੈਲਫੇਅਰ ਸੁਸਾਇਟੀ ਵਾਲਿਆ ਜੁਮਲੇ ਸੁਣਿਆ ਨੇ, ਜਨਾਬੀ ਉਮਰ ਦੀ ਸ਼ਹਾਦਤ ਦਾ ਵੇਲਾ ਆਉਣ ਵਾਲਾ ਵੇ। ਹਜ਼ਰਾ ਜੁਮਲੇ ਸੁਣਿਆ ਨੇ, ਜਨਾਬੀ ਉਮਰ ਦਾ ਆਖਰੀ ਲਮਹਾ ਹੈ। ਜਦੋਂ ਜਨਾਬੀ ਉਮਰ ਦੀ ਸ਼ਹਾਦਤ ਹੋਈ ਹੈ, ਜਨਾਬ ਦਾ ਜਨਾਜ਼ਾ ਹੀ ਉਠਾਇਆ ਗਿਆ ਹੈ, ਜਨਾਬੇ ਮੁਸਤਫਾ ਦੇ ਹੁਜਰੇ ਦੇ ਸਾਹਮਣੇ ਆਇਆ ਵੇ। ਫਰਮਾਇਆ ਕਮਲੀ ਵਾਲੇ ਆ, ਇੱਕ ਯਾਰ ਅੰਦਰ ਇੱਕ ਯਾਰ ਬੰਨੇ। ਬਾਬਾ ਜੁਮਲੇ ਜ਼ਾਇਆ ਨਾ ਕਰੀ, ਇੱਕ ਯਾਰ ਅੰਦਰ ਇੱਕ ਯਾਰ ਬੰਨੇ। ਉਮਰ ਇਬਨੇ ਖਤਾਬ ਤੁਹਾਡੇ ਬੂਵੇ ਤੇ ਆਇਆ, ਉਮਰ ਇਬਨੇ ਖਤਾਬ ਤੁਹਾਡੇ ਦਰਵਾਜ਼ੇ ਤੇ ਆਇਆ, ਸੋਹਣਿਆ ਦਰਵਾਜ਼ਾ ਖੋਲੋ, ਹਾਜੀ ਉਮਰ ਆਇਆ ਜੇ, ਹਾਜੀ ਉਮਰ ਆਇਆ ਜੇ। ਓਏ ਸਿਆਲਕੋਟ ਦੇ ਰਹਿਣ ਵਾਲਿਓ, ਲੋਕੋ ਜੁਮਲੇ ਸੁਣਿਆ ਨੇ, ਦਰਵਾਜ਼ਾ ਖੁੱਲ ਗਿਆ, ਜਨਾਬੀ ਉਮਰ ਦੀ ਮਈਅਤ ਅੰਦਰ ਆਈ ਹੈ, ਨਬੀ ਪਾਕ ਦਾ ਰੋਜ਼ਾ ਹੈ, ਨਾਲ ਅਬੂ ਬਕਰ
صدیق دا روزہ ہے نال عمر فاروق دا روزہ ہے اج وی مسلمان جاندے نے اج وی ساری دنیا دے لوگ جاندے نے بابا جی سب نال پہلا نبی نو سلام آندے نے ادھر ویکھی سب نال پہلا محمد نو سلام آندے نے اس تو بعد ابو بکر صدیق نو سلام آندے نے اس تو بعد مولا عمر نو سلام آندے نے میں کہیا سڑدا اے تے سڑ جا مردا اے تے مر جا ایک بھائی مزار پہ دیندے نے محمد انہاں دا اے محمد دے نے ਇੱਥੇ ਜੁਮਲੇ ਸੁਣੀ ਜ਼ਰਾ ਮੁਹੰਮਦ ਦੇ ਨੇ ਇਹ ਨਬੀ ਦੇ ਯਾਰ ਨੇ ਇਹ ਮਜ਼ਾਰ ਦੇ ਵੀ ਯਾਰ ਇਹ ਗਾਰ ਦੇ ਵੀ ਯਾਰ ਕੌਣ ਉਮਰ ਇਬਨ ਖਤਾਬ ਹਜ਼ਰਾ ਜੁਮਲੇ ਸੁਣਿਆ ਰੇ ਇਹ ਨਬੀ ਦਾ ਓ ਗੁਲਾਮ ਇਹ ਨਬੀ ਦਾ ਓ ਗੁਲਾਮ ਜਿਹੜਾ ਇਮਾਮੇ ਹਸਨ ਨੂੰ ਕੰਧਿਆਂ ਤੇ ਝੁਕਦਾ ਰਿਹਾ ਵੇ ਆ ਮੈਂ ਸ਼ਾਨੀ ਅਹਿਲੇ ਬੈਤ ਦੀ ਗੱਲ ਸੁਣਾਵਾਂ ਤੇ ਮੁਕਾਵਾਂ ਇਹ ਉਹ ਉਮਰ ਇਬਨ ਖਤਾਬ ਜਿਹਨੇ ਹੁਸੈਨ ਨੂੰ ਸੀਨੇ ਲਾਇਆ ਰੇ ਜਿਹਨੇ ਹੁਸੈਨ ਨੂੰ ਕੰਧਿਆਂ ਤੇ ਉਠਾਇਆ ਏ ਉਹ ਉਮਰ ਇਬਨ ਖਤਾਬ ਜਿਹੜਾ ਆਪਣੇ ਪੁੱਤਰ ਨੂੰ ਆਂਦਾ ਪੁੱਤਰਾ ਜਾਲ ਖਾ ਕੇ ਲੈ ਕੇ ਆਰਾ ਅਸੀਂ ਆਲੇ ਨਬੀ ਦੇ ਨੌਕਰਾ ਅਸੀਂ ਸੈਯਦਾਂ ਦੇ ਗੁਲਾਮ ਅਸੀਂ ਹੁਸੈਨ ਇਬਨ ਅਲੀ ਦੇ ਨੌਕਰਾ ਅਸੀਂ ਅਲੀ ਦੇ ਬੱਚਿਆਂ ਦੇ ਗੁਲਾਮ ਅਸੀਂ ਅਲੀ ਦੇ ਬੱਚਿਆਂ ਦੇ ਨੌਕਰਾ ਹਜ਼ਰਾ ਜੁਮਲੇ ਸੁਣੀ ਤੇਰੇ ਦਿਲ ਦੀ ਦੁਨੀਆ ਹਿੱਲ ਜਾਏਗੀ ਇਹ ਕੌਣ ਉਮਰ ਇਬਨ ਖਤਾਬ ਇੱਧਰ ਵੇਖਿਓ ਬਾਬਾ ਜੀ ਜੁਮੇ ਦਾ ਟਾਈਮ ਹੈ ਮਿੰਬਰ ਤੇ ਜਨਾਬੀ ਉਮਰ ਬੈਠੀ ਹੋਏ ਨੇ ਮੈਂ ਤੁਹਾਨੂੰ ਮੁਹੱਬਤ ਦੱਸਾਂ ਅਹਿਲੇ ਬੈਤ ਤੇ ਸਹਾਬਾ ਦੀ ਮੁਹੱਬਤ ਕੀ ਹੈ ਹੁਸੈਨ ਦੀ ਤੇ ਮੌਲਾ ਉਮਰ ਦੀ ਮੁਹੱਬਤ ਕੀ ਹੈ ਮੇਰੇ ਨਬੀ ਦਾ ਮਿੰਬਰ ਹੋਵੇ ਜੁਮੇ ਦਾ ਦਿਹਾੜਾ ਹੋਵੇ ਉੱਤੇ ਖਿਤਾਬ ਕਰਨ ਵਾਲਾ ਉਮਰ ਇਬਨ ਖਤਾਬ ਹੋਵੇ ਥੋੜ੍ਹੀ ਦੇਰ ਗੁਜ਼ਰੀ ਹੁਸੈਨ ਆ ਗਏ ਹੁਸੈਨ ਪਾਕ ਜੁਮੇ ਦਾ ਦਿਨ ਜੁਮੇ ਦਾ ਮੇਰੇ ਹੁਸੈਨ ਆਏ ਨੇ ਮੇਰੇ ਹੁਸੈਨ ਨੇ ਸਾਹਮਣੇ ਖੜੇ ਹੋਏ ਨੇ ਫਰਮਾਇਆ ਉਮਰ ਜੀ ਥੱਲੇ ਆ ਜਾਓ ਆਏ ਹਾਏ ਉਮਰ ਜੀ ਥੱਲੇ ਆ ਜਾਓ ਉਮਰ ਜੀ ਥੱਲੇ ਆ ਜਾਓ ਹੁਣ ਸੁਣੀ ਸ਼ਾਨੇ ਹੁਸੈਨ ਉਮਰ ਜੀ ਥੱਲੇ ਆ ਜਾਓ ਮੌਲਾ ਉਮਰ ਨੇ ਗੁੱਸਾ ਨਹੀਂ ਕੀਤਾ ਆਪਣੇ ਤੂੜੀ ਨਹੀਂ ਪਾਈ ਮੌਲਾ ਉਮਰ ਜੁਮੇ ਦੇ ਖੁਤਬੇ 'ਚ ਥੱਲੇ ਆ ਕੇ ਸਿਆਲਕੋਟੀ ਉਹ ਜੁਮਲੇ ਸੁਣੀ ਮੌਲਾ ਉਮਰ ਥੱਲੇ ਆ ਗਏ ਨੇ ਹੁਸੈਨ ਫਰਮਾਉਂਦੇ ਨੇ ਉਮਰ ਜੀ ਜੀ ਆਕਾ ਹੁਸੈਨ ਜੀ ਇਹ ਮਿੰਬਰ ਤੁਹਾਡੇ ਨਾਨੇ ਦਾ ਹੈ ਜਾਂ ਮਿੰਬਰ ਮੇਰੇ ਨਾਨੇ ਦਾ ਹੈ ਜਨਾਬੇ ਉਮਰ ਨੇ ਪਗੜੀ ਲਾ ਲਈ ਹੈ ਬਾਬਾ ਜੁਮਲੇ ਸੁਣਿਓ ਜਨਾਬੇ ਉਮਰ ਨੇ ਪਗੜੀ ਲਾ ਲਈ ਹੈ ਆਪਣੇ ਸਿਰ ਦੇ ਵਾਲ ਫੜ ਲੈਣੇ ਜੁਮਲਾ ਸੁਣੀ ਆਪਣੇ ਸਿਰ ਦੇ ਵਾਲ ਫੜ ਲੈਣੇ ਫਰਮਾਇਆ ਹੁਸੈਨ ਤੁਸੀਂ ਮਿੰਬਰ ਦੀ ਗੱਲ ਕਰਦੇ ਹੋ ਇਹ ਹੁਸੈਨ ਜਿਹੜੇ ਉਮਰ ਦੇ ਸਿਰ ਦੇ ਵਾਲ ਨੇ ਇਹ ਵੀ ਤੇਰੇ ਨਾਨੇ ਮੁਹੰਮਦ ਦਾ ਸਦਕਾਰ ਇਹ ਵੀ ਤੇਰੇ ਨਾਨੇ ਮੁਹੰਮਦ ਦਾ ਸਦਕਾ ਸੁਣੀ ਇਹ ਵੀ ਤੇਰੇ ਨਾਨੇ ਮੁਹੰਮਦ ਦਾ ਸਦਕਾ ਫਿਰ ਮੈਨੂੰ ਕਹਿਣਾ ਪੈ ਗਿਆ ਇਹ ਦਿਲ ਵੀ ਹੁਸੈਨੀ ਹੈ ਇੰਜ ਨਹੀਂ ਡੰਡੀ ਨਹੀਂ ਮਾਰਨੀ ਇੱਕ ਵਾਰੀ ਹੱਥ ਬੁਲਾਦੀ ਕਰਕੇ ਹੁਸੈਨ ਦੇ ਨਾਂ ਦੇ ਕਰਬਲਾ ਦੇ ਸੈਯਦ ਦੇ ਨਾਂ ਦੇ ਇਹ ਦਿਲ ਵੀ ਹੁਸੈਨੀ ਹੈ ਇਹ ਜਾਂ ਵੀ ਹੁਸੈਨੀ ਹੁਸੈਨ ਵਾਲੇ ਇਹ ਦਿਲ ਵੀ ਹੁਸੈਨੀ ਕਿਆ ਬਾਤ ਹੈ ਤੇਰੀ ਕਿਆ ਬਾਤ ਹੈ ਅੰਦਰੂ ਪਿਆ ਸੁਣਨਾ ਇਹ ਦਿਲ ਵੀ ਹੁਸੈਨੀ ਹੈ ਮੁਹਰਮ ਦਾ ਮਹੀਨਾ ਮੁਹਰਮ ਦਾ ਕਿ
ਕਿੱਥੇ ਜਾ ਕੇ ਬੋਲੇਗਾ, ਇੱਥੇ ਨਹੀਂ ਬੋਲਣਾ। ਹਲਲ ਇਲਾਨ ਅੱਜ ਹਬੀਬਪੁਰਾ ਦੀਆਂ ਗਲੀਆਂ ਗਵਾਈ ਦੇਣ, ਅੱਜ ਹਬੀਬਪੁਰਾ ਦੀਆਂ ਹਵਾਵਾਂ ਤੇ ਫਜ਼ਾਵਾਂ ਗਵਾਈ ਦੇਣ। ਅੱਜ ਬਹਿ ਕੇ ਸਾਰੇ ਪਿਆਂਦੇ ਨੇ ਇਹ ਦਿਲ ਵੀ ਹੁਸੈਨੀ ਹੈ, ਬੋਲੋ ਬੋਲੋ ਯਾਰ ਸਾਰੇ ਬੋਲੋ, ਇਹ ਦਿਲ ਵੀ ਹੁਸੈਨੀ ਹੈ, ਇਹ ਜਾਂ ਵੀ ਹੁਸੈਨੀ ਹੈ, ਇਹ ਦਿਲ ਵੀ ਹੁਸੈਨੀ ਹੈ। ਹੁਸੈਨੀਅਤ ਅੱਧ ਚੁੱਕ ਕੇ ਆਖਣਾ, ਹੁਸੈਨੀਅਤ ਹੁਸੈਨੀਅਤ, ਇਹ ਦਿਲ ਵੀ ਹੁਸੈਨੀ ਹੈ, ਇਹ ਜਾਂ ਵੀ ਹੁਸੈਨੀ, ਸ਼ਰਮਾਣਾ ਨਹੀਂ ਚੱਕਣਾ ਨਹੀਂ, ਹੁਸੈਨ ਵਾਲਾ ਬੋਲੇ, ਇਹ ਦਿਲ ਵੀ ਹੁਸੈਨ ਹੈ, ਇਹ ਜਾਂ ਵੀ ਹੁਸੈਨੀ ਹੈ, ਅਲ ਹਮਦ ਕੇ ਆਪਣਾ ਤੋਂ ਇਮਾਂ ਵੀ ਹੁਸੈਨੀ ਹੈ, ਅਲ ਹਮਦ ਕੇ ਆਪਣਾ ਤੋਂ ਇਮਾਂ ਵੀ ਹੁਸੈਨ। ਇਹ ਦਿਲ ਵੀ ਹੁਸੈਨੀ ਹੈ, ਇਹ ਜਾਨ ਵੀ, ਉੱਚੀ ਬੋਲੋ, ਇਹ ਜਾਨ ਵੀ, ਦਿਲ ਵੀ ਹੁਸੈਨ ਪਾਕ ਦਾ ਅਤੇ ਜਾਨ ਵੀ। ਬਾਬਾ ਜਿਹੜਾ ਇਹਨਾਂ ਦਾ ਨਹੀਂ ਉਹ ਨਬੀ ਦਾ ਨਹੀਂ, ਕੋਈ ਬੰਦਾ ਆਖੇ ਨਾ। ਅੱਜ ਕੱਲ੍ਹ ਬੜੇ ਫਿਤਨੇ ਉੱਠੇ ਨੇ, ਅਗਲਿਆਂ ਯਜ਼ੀਦ ਨੂੰ, ਯਜ਼ੀਦ ਨੂੰ ਪਲੀਤ ਨੂੰ ਰਜ਼ੀ ਅੱਲਾਹੁ ਤਾਲਾ ਅਨਹੁ ਲਿਖ ਛੜਿਆ, ਅਗਲਿਆਂ ਯਜ਼ੀਦ ਨੂੰ ਆਖਿਆ ਕਿ ਯਜ਼ੀਦ ਹੱਕ ਤੇ ਵੇ ਬਾਬਾ ਜੀ, ਬੰਦਿਆਂ ਨੂੰ ਅਜੇ ਪੜ੍ਹਦੇ ਨਹੀਂ ਉੱਠੇ, ਪਤਾ ਨਹੀਂ ਲੱਗਾ, ਐਸੇ ਵੀ ਮੌਲਵੀ ਆ ਜੇ ਜਿਹਨਾਂ ਯਜ਼ੀਦ ਦੇ ਹੱਕ ਵਿੱਚ ਰੇਲੀਆਂ ਕੱਢੀਆਂ ਨੇ। ਜਿੱਥੇ ਹੱਕ ਹੋਵੇ ਉੱਥੇ ਬਾਤਲ ਵੀ। ਮੈਂ ਇੱਕ ਗੱਲ ਸੋਚੀ, ਮੈਂ ਕਿਹਾ ਸ਼ਹਿਜ਼ਾਦ ਸਾਹਿਬ ਚਲੋ ਇਹ ਤਾਂ ਗੱਲ ਵੰਡ ਹੋ ਗਈ ਹੈ। ਪਹਿਲੇ ਲੋਕ ਆਉਂਦੇ ਸਨ ਕਿ ਯਜ਼ੀਦੀ ਵੇਖੇ ਜੇ, ਇੱਧਰ ਤਵੱਜੋ ਫਰਮਾਇਓ, ਲੋਕ ਪੁੱਛਦੇ ਸਨ ਯਜ਼ੀਦੀ ਵੇਖੇ ਜੇ, ਅਤੇ ਅਸੀਂ ਆਉਂਦੇ ਸਾਂ, ਸਾਨੂੰ ਨਹੀਂ ਪਤਾ ਯਜ਼ੀਦੀ ਕੌਣ ਹੈ, ਨਜ਼ਰ ਨਹੀਂ ਸਨ ਨਾ ਹੁੰਦੇ, ਛੁੱਪੇ ਹੋਏ ਸਨ। ਚਲੋ ਹੁਣ ਇਹ ਸਿਆਲਕੋਟ ਵਾਲਿਓ, ਅੱਲਾ ਦਾ ਸ਼ੁਕਰ ਹੋ ਗਿਆ ਕਿ ਹੁਣ ਸਿੱਧੇ ਸਾਹਮਣੇ ਆ ਗਏ ਨੇ। ਬਾਬਾ ਮੇਰੀ ਗੱਲ ਸੁਣੋ, ਸਾਰੇ ਭਰਿਆ ਪੰਚਾਇਤ ਦੇ ਬੰਦੇ ਹੋ, ਸਿਆਣੇ ਬੰਦੇ ਬੈਠੇ ਹੋ, ਤੁਸੀਂ ਇਹ ਪ੍ਰੋਗਰਾਮ ਕਰਾਇਆ ਅਤੇ ਹੁਸੈਨ ਪਾਕ ਨਾਲ ਤੁਹਾਨੂੰ ਮੁਹੱਬਤ ਤਾਂ ਕਰਾਇਆ ਜੇ ਨਾ। ਉਹਨਾਂ ਦੇ ਲੰਗਰ ਖਾਂਦੇ, ਉਹਨਾਂ ਦੇ ਟੁਕੜਿਆਂ 'ਤੇ ਅਸੀਂ ਪਾਲਣੇ ਹਾਂ ਅਤੇ ਉਹਨਾਂ ਦਾ ਜ਼ਿਕਰ ਵੀ ਕਰਨੇ ਹਾਂ ਨਾ। ਉਹ ਅਸੀਂ ਬਾਬਾ ਜੀ ਯਜ਼ੀਦ ਦਾ ਤਾਂ ਕਦੀ ਕਿਸੇ ਜਲਸਾ ਨਹੀਂ ਕਰਾਇਆ, ਅਤੇ ਜਿਹੜਾ ਬੰਦਾ ਜਿਹਦੇ ਨਾਲ ਮੁਹੱਬਤ ਕਰੇ ਜਲਸਾ ਵੀ ਉਹਦਾ ਕਰਵਾਉਂਦਾ। ਉਹ ਸਮਝੇ ਨਹੀਂ ਹੋ ਤੁਸੀਂ, ਸੁਣੀਓ, ਜਿਹੜਾ ਜਿਹਦੇ ਨਾਲ ਮੁਹੱਬਤ ਕਰੇ ਉਹਦਾ ਹੀ ਜ਼ਿਕਰ, ਉਹਦਾ ਹੀ ਜ਼ਿਕਰ। ਅਗਲੇ ਦਿਨ ਅਸੀਂ ਇੱਕ ਜਗ੍ਹਾ 'ਤੇ ਗਏ, ਤਾਂ ਮੈਨੂੰ ਨਹੀਂ ਸੀ ਪਤਾ ਵੀ ਭਤੀਜਿਆਂ ਦੀ ਚਾਚਿਆਂ ਨਾਲ ਲੜਾਈ ਹੋਈ ਹੈ। ਉਹ ਮੈਂ ਉਹਨਾਂ ਅੱਗੇ ਉਹਨਾਂ ਦੇ ਚਾਚੇ ਦਾ ਨਾਂ ਲੈ ਲਿਆ, ਤਾਂ ਮੈਨੂੰ ਆਂਹਦੇ ਕਾਰੀ ਸਾਹਿਬ ਅੱਜ ਤੋਂ ਬਾਅਦ ਸਾਡੇ ਚਾਚੇ ਦਾ ਨਾਂ ਸਾਡੇ ਸਾਹਮਣੇ ਨਾ ਲਿਆ ਜੀ। ਮੈਂ ਕਿਹਾ ਕੀ ਹੋ ਗਿਆ ਤੁਹਾਡੇ ਸੱਗੇ ਚਾਚੇ ਨੇ? ਉਹ ਨਹੀਂ, ਸਾਡੇ ਸਾਹਮਣੇ ਨਾ ਲਿਆ। ਮੈਂ ਕਿਹਾ ਹੋਇਆ ਕੀ ਹੈ? ਸਾਡੀ ਲੜਾਈ ਹੋਈ ਹੈ। ਕੀ ਹੋਈ ਹੈ? ਲੜਾਈ ਹੋਈ ਹੈ ਹਬੀਬਪੁਰਾ ਵਾਲਿਆ, ਸਿਆਲਕੋਟ ਵਾਲਿਆ, ਮੈਨੂੰ ਇਮਾਨਦਾਰੀ ਨਾਲ ਦੱਸ, ਜਿਹਦੀ ਲੜਾਈ ਹੋਵੇ ਲੋਕ ਉਹਦਾ ਨਾਮ ਵੀ ਆਪਣੇ ਸਾਹਮਣੇ ਲੈਣਾ ਪਸੰਦ ਨਹੀਂ ਕਰਦੇ, ਲੋਕ ਉਹਦਾ ਨਾਮ ਵੀ ਲੈਣਾ ਪਸੰਦ ਨਹੀਂ ਕਰਦੇ।
ਲੋਕ ਦਾ ਜ਼ਿਕਰ ਕਰਾਉਣਾ ਵੀ ਪਸੰਦ ਨਹੀਂ ਕਰਦੇ, ਪਤਾ ਜੇ ਕਿਉਂ? ਉਹਦੇ ਨਾਲ ਲੜਾਈ ਹੋਈ ਹੈ। ਮੈਂ ਕਿਹਾ ਮੌਲਵੀਓ, ਇੱਕ ਤਾਂ ਗੱਲ ਸਾਹਮਣੇ ਆ ਗਈ ਹੈ, ਅੱਗੇ ਯਜ਼ੀਦ ਲੱਭਦੇ ਨਹੀਂ ਸਨ, ਹੁਣ ਤੁਸੀਂ ਯਜ਼ੀਦ ਦੇ ਨਾਂ ਦਾ ਜਲੂਸ ਕੱਢ ਕੇ ਦੱਸ ਛੱਡਿਆ ਸਾਡਾ ਅੱਬਾ ਯਜ਼ੀਦ ਹੈ, ਸਾਡਾ ਅੱਬਾ ਬਾਬਾ ਮੁਹੱਬਤ ਤੇ ਚ ਕੱਢਿਆ ਨੇ ਨਾ, ਨਹੀਂ ਤਾਂ ਗੈਰਤ ਵਾਲਾ ਮੁਸਲਮਾਨ ਸੋਚ ਵੀ ਨਹੀਂ ਸਕਦਾ ਕਿ ਹੁਸੈਨ ਦੇ ਮੁਕਾਬਲੇ 'ਤੇ ਜਿਹੜਾ ਬੰਦਾ ਆਵੇ ਅਤੇ ਤੁਸੀਂ ਉਹਦੇ ਜਲੂਸ ਕੱਢੋ, ਉਹਨੂੰ ਆਖੋ ਕਿ ਹੱਕ ਦੇਵੇ। ਉਹ ਮਰ ਕਿਉਂ ਨਹੀਂ ਗਿਆ ਮੌਲਵੀ? ਉਹਦਾ ਇਲਮ ਉਹਦੇ 'ਤੇ ਲਾਹਨਤ ਪਾਵੇਗਾ। ਬਾਬਾ ਜੀ ਪਤਾ ਕਿਉਂ? ਇਲਮ ਉਹ ਹੀ ਫਾਇਦਾ ਦਿੰਦਾ ਜਿਸ ਇਲਮ ਵਿੱਚ ਅਦਬ ਹੋਵੇ, ਜਿਸ ਇਲਮ ਵਿੱਚ। ਇੱਧਰ ਤਵੱਜੋ ਕਰਿਓ ਅਤੇ ਜੇ ਅਦਬ ਨਹੀਂ ਤਾਂ ਗੱਲ, ਇੱਧਰ ਤਵੱਜੋ ਕਰਿਓ। ਹਜ਼ਰਤ ਇਮਾਮ ਹੁਸੈਨ ਬੱਚੇ ਸਨ ਛੋਟੇ ਜਿਹੇ, ਅਤੇ ਨਬੀ ਪਾਕ ਨੇ, ਬਾਬਾ ਜੀ ਇੱਧਰ ਮੇਰੇ ਵੱਲ ਵੇਖਿਓ, ਹਜ਼ਰਤ ਇਮਾਮੇ ਹਸਨ ਨੂੰ ਸੱਜੇ ਮੋਢੇ 'ਤੇ ਅਤੇ ਇਮਾਮੇ ਹੁਸੈਨ ਨੂੰ ਖੱਬੇ ਮੋਢੇ 'ਤੇ ਬਿਠਾਇਆ, ਅਤੇ ਈਦ ਦਾ ਦਿਨ ਹੈ। ਬਹਿ ਜਾ ਉੱਥੇ, ਬਹਿ ਜਾ, ਆ ਜਾ ਇੱਥੇ, ਬਹਿ ਜਾ, ਉਹ ਨਾ ਉੱਠੀ, ਬਹਿ ਜਾ ਪੁੱਤਰ ਥੱਲੇ ਬਹਿ ਜਾ। ਉਹ ਯਾਰ ਬਹਿ ਜਾ, ਮੰਨ ਲੈ, ਕਿਹੋ ਜਿਹਾ ਬੰਦਾ ਉਹ ਤੇਰੇ ਪਿੱਛੇ ਸਾਰੇ ਐਲਨ ਮੰਨੀ ਕਿਸੇ ਦੀ, ਏਡਾ ਢੀਠ ਕਿਸੇ ਦੀ ਨਹੀਂ ਮੰਨੇਗਾ। ਹੈਲੋ, ਬਹਿ ਜਾ ਪੁੱਤਰ, ਬਹਿ ਜਾ, ਬਾਅਦ 'ਚ ਲੈ ਲਈ ਜੋ ਲੈ, ਮੇਰੇ ਕੋਲ ਵੀ ਲੈ ਲਈ, ਬਹਿ ਜਾ। ਇੱਧਰ ਤਵੱਜੋ ਫਰਮਾਇਓ ਜੀ, ਇਹ ਪਿੱਛੇ ਵੀ ਬਜ਼ੁਰਗ ਬਾਬੇ ਬੈਠੇ ਨੇ, ਉਹ ਵੀ ਵੇਖ ਰਹੇ ਨੇ। ਇੱਧਰ ਤਵੱਜੋ ਬਾਬਾ ਜੀ, ਬਚਪਨ ਦਾ ਆਲਮ ਹੈ ਅਤੇ ਨਾਨੇ ਨੇ ਨਾ ਦੋਵਾਂ ਪੁੱਤਰਾਂ ਨੂੰ ਮੋਢਿਆਂ 'ਤੇ ਚੁੱਕਿਆ ਹੋਇਆ, ਅੱਜ ਵੀ ਨਾਨੇ ਚੁੱਕਦੇ ਨੇ ਕਿ ਨਹੀਂ ਚੁੱਕਦੇ? ਮੁਹੱਬਤ ਨਾਲ ਨਵਾਸਿਆਂ ਨੂੰ ਚੁੱਕਦੇ ਨੇ ਨਾ, ਜਿਹੜਾ ਧੀ ਦਾ ਪੁੱਤਰ ਹੋਵੇ ਨਾ, ਉਹ ਪਿਓ ਨੂੰ ਬਹੁਤਾ ਸੋਹਣਾ ਲੱਗਦਾ, ਪੁੱਤਰ ਦੇ ਪੁੱਤਰ ਨਾਲ ਬਹੁਤਾ ਸੋਹਣਾ ਲੱਗਦਾ, ਉਹ ਨਵਾਸੇ ਹੁੰਦੇ ਨੇ ਨਾ ਬਾਬਾ ਜੀ। ਤਵੱਜੋ ਫਰਮਾਇਓ, ਸੱਜੇ ਮੋਢੇ 'ਤੇ ਇਮਾਮੇ ਹਸਨ ਨੇ, ਖੱਬੇ ਮੋਢੇ 'ਤੇ ਇਮਾਮੇ ਹੁਸੈਨ ਨੇ। ਈਦ ਦਾ ਦਿਨ ਨੇ, ਕਿਹੜਾ ਦਿਨ ਨੇ? ਮਿਹਰਬਾਨੀ ਜਨਾਬ, ਸੋਹਣਾ ਸੁਣਦੇ ਪਿਓ ਅਤੇ ਸੋਹਣੇ ਲੋਕ ਬੈਠੇ ਹੋ, ਇਹ ਹੀ ਸੂਰਤ ਆਲਿਆਂ ਜੀ ਸੁਣਨੇ ਦਾ ਹੱਕ ਹੈ। ਈਦ ਦਾ ਦਿਨ ਨਬੀ ਪਾਕ ਨੇ ਦੋਵਾਂ ਸ਼ਹਿਜ਼ਾਦਿਆਂ ਪੁਸ਼ਾਕਾਂ ਪਾਈਆਂ, ਹਜ਼ੂਰ ਮੋਢਿਆਂ 'ਤੇ ਚੁੱਕ ਕੇ ਈਦਗਾਹ ਦੀ ਤਰਫ ਜਾ ਰਹੇ, ਕਿੱਡਾ ਸੋਹਣਾ ਮੰਜ਼ਰ ਹੋਵੇਗਾ, ਸੁਬਹਾਨ ਅੱਲਾ, ਆਏ ਹਾਏ। ਉਹ ਲੋਕੋ, ਸਿਆਲਕੋਟ ਵਾਲਿਓ, ਕਿੱਡਾ ਸੋਹਣਾ ਮੰਜ਼ਰ ਹੋਵੇਗਾ, ਥੱਲੇ ਮੁਹੰਮਦ ਹੈ, ਇੱਕ ਪਾਸੇ ਹਸਨ ਹੈ, ਇੱਕ ਪਾਸੇ ਹੁਸੈਨ ਹੈ, ਆਏ ਹਾਏ। ਇੱਕ ਪਾਸੇ ਹਸਨ ਹੈ, ਇੱਕ ਪਾਸੇ ਹਸਨ ਹੈ, ਇੱਕ ਪਾਸੇ ਹੁਸੈਨ ਹੈ। ਇੱਧਰ ਜੁਮਲੇ ਸੁਣੋ, ਇੱਧਰ ਇਮਾਮੇ ਹਸਨ, ਇੱਧਰ ਇਮਾਮੇ ਹੁਸੈਨ, ਈਦ ਦਾ ਦਿਨ ਨੇ ਅਤੇ ਹਜ਼ੂਰ ਦੋਵਾਂ ਨਵਾਸਿਆਂ ਨੂੰ ਚੁੱਕ ਕੇ ਜਾ ਰਹੇ ਨੇ। ਹੁਣ ਜੁਮਲੇ ਸਮਾਤ ਫਰਮਾਇਓ ਅਤੇ ਹੁਸੈਨ ਹੁਸੈਨ ਕਰਨੀ, ਤੇਰਾ ਇਮਾਨ ਤਾਜ਼ਾ ਹੋ ਜਾਏਗਾ। ਬਾਬਾ ਜੀ, ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਨੇ ਕੰਧਿਆਂ 'ਤੇ ਇਮਾਮੇ ਹੁਸੈਨ ਨੂੰ ਚੁੱਕਿਆ, ਇੱਕ ਪਾਸੇ ਇਮਾਮੇ ਹਸਨ ਬੈਠੇ ਨੇ, ਇੱਕ ਪਾਸੇ ਇਮਾਮੇ ਹੁਸੈਨ ਬੈਠੇ ਨੇ। ਮੈਂ ਗੱਲ ਨੇੜੇ ਲੈ ਗਿਆ, ਜੁਮਲੇ ਸੁਣਿਆ ਰੇ। ਹਬੀਬਪੁਰਾ ਆਲੀਆ ਸਵਾਰੀ ਜਾ ਰਹੀ ਹੈ, ਸਵਾਰ ਉੱਤੇ ਬੈਠੇ ਹੋਏ ਨੇ ਐਸੇ ਆਲੀ ਕੋਠੀਓ, ਅੱਗੂ ਜਨਾਬੇ ਅਬੂ ਬਕਰ ਆ ਰਹੇ ਨੇ, ਅੱਗੂ ਜਨਾਬੇ ਸਦੀਕੇ ਅਕਬਰ ਆ ਰਹੇ ਨੇ। ਇੱਧਰ ਵੇਖੀ, ਅਬੂ ਬਕਰ ਨੇ ਵੇਖੀ ਆਏ, ਮੁਸਤਫਾ ਆ ਰਹੇ ਨੇ। ਇੱਕ ਪਾਸੇ ਇਮਾਮੇ ਹਸਨ ਨੇ, ਇੱਕ ਪਾਸੇ ਇਮਾਮੇ ਹੁਸੈਨ ਨੇ, ਜਨਾਬੀ ਅਬੂ ਬਕਰ ਨੇ ਹੱਥ ਬੰਨ ਲਏ ਨੇ, ਹੱਥ ਬੰਨ ਕੇ ਕਹਿਣ ਲੱਗੇ ਸੋਹਣਿਆ। ਇੱਧਰ ਸੁਣਿਓ, ਆਂਦਨੇ ਕਮਲੀ ਵਾਲਿਆ, ਇਹ ਸਵਾਰੀ ਕਿੱਡੀ ਸੋਹਣੀ ਹੈ, ਸੁਣੀ, ਇਹ ਸਵਾਰੀ ਕਿੱਡੀ ਸੋਹਣੀ ਹੈ, ਇਹ ਸਵਾਰੀ ਕਿੱਡੀ ਆਲਾ ਹੈ। ਹਜ਼ਰਾ ਜੁਮਲੇ ਸੁਣਿਆ ਨੇ, ਇੱਕ ਪਾਸੇ ਹਸਨ, ਇੱਕ ਪਾਸੇ ਹੁਸੈਨ, ਸਵਾਰੀ ਆਲਾ ਹੈ, ਸਵਾਰੀ ਮੁਹੰਮਦ, ਸਵਾਰੀ ਸਵਾ ਲੱਖ ਨਬੀਆਂ ਦਾ ਇਮਾਮ, ਸਵਾਰੀ ਸਵਾ ਲੱਖ ਨਬੀਆਂ ਦਾ ਸਰਦਾਰ, ਸਵਾਰੀ ਰਹਿਮਤੁਲ ਆਲਮੀਨ।
ਬਾਬਾ ਜੁਮਲੇ ਸੁਣਿਆ ਨੇ ਅਬੂ ਬਕਰ ਨੇ ਸੋਹਣਿਆ ਅੱਜ ਸਵਾਰੀ ਦੀ ਹੱਦ ਮੁੱਕ ਗਈ ਏ ਅੱਜ ਸਵਾਰੀ ਦੀ ਹੱਦ ਮੁੱਕ ਗਈ ਆ ਸੁਣੀ ਹੁਣ ਸਵਾਰੀ ਦੀ ਹੱਦ ਮੁੱਕ ਗਈ ਏ ਹਜ਼ੂਰ ਮੁਸਕਰਾ ਗਈਆਂ ਨੇ ਸਦੀਕ ਤੂੰ ਸਵਾਰੀ ਵੱਲ ਵੇ ਨਾ ਆਏ ਤੂੰ ਸਵਾਰੀ ਵੱਲ ਵੇ ਇੱਧਰ ਵੇਖੀ ਤੂੰ ਸਵਾਰੀ ਵੱਲ ਵੇਖ ਰਿਹਾ ਏ ਜ਼ਰਾ ਉੱਤੇ ਤੇ ਵੇਖਣਾ ਆਏ ਹਾਏ ਹਾਏ ਜਿਹਦਾ ਹੱਥ ਬੁਲੰਦ ਹੋ ਗਿਆ ਸਮਝੋ ਵੀ ਹਾਜ਼ਰੀ ਹੋ ਗਈ ਅਬੂ ਬਕਰ ਤੂੰ ਮੁਹੰਮਦ ਵੇਖ ਰਿਹਾ ਏ ਤੂੰ ਸਵਾਰੀ ਵੇਖ ਰਿਹਾ ਏ ਸਵਾਰੀ ਕਿੱਡੀ ਸੋਹਣੀ ਏ ਤੂੰ ਉੱਤੇ ਨਜ਼ਰ ਤੇ ਮਾਰ ਜੇ ਸਵਾਰੀ ਦੀ ਮਿਸਾਲ ਕੋਈ ਨਹੀਂ ਫਿਰ ਸਵਾਰਾਂ ਦੀ ਵੀ ਮਿਸਾਲ ਕੋਈ ਜੇ ਸਵਾਰੀ ਸੋਹਣੀ ਏ ਸੁਣ ਸੁਣ ਜੇ ਸਵਾਰੀ ਸੋਹਣੀ ਏ ਫਿਰ ਸਵਾਰ ਵੀ ਸੋਹਣੇ ਨੇ ਹੁਸੈਨ ਵੀ ਸੋਹਣਾ ਏ ਹਸਨ ਵੀ ਸੋਹਣਾ ਏ ਹੁਸੈਨ ਵੀ ਸੋਹਣਾ ਏ ਹਸਨ ਵੀ ਸੋਹਣਾ ਏ ਹੁਸੈਨ ਵੀ ਸੋਹਣਾ ਏ ਫਿਰ ਮੈਨੂੰ ਕਹਿਣਾ ਪਿਆ ਏ ਅਬੂ ਬਕਰ ਕਦੀ ਸਵਾਰੀ ਵੱਲ ਵੇਂਦੇ ਨੇ ਜੁਮਲਾ ਸੁਣੀ ਯਾਰ ਅਬੂ ਬਕਰ ਕਦੀ ਸਵਾਰੀ ਵੱਲ ਵੇਂਦੇ ਨੇ ਕਦੀ ਸਵਾਰ ਵੱਲ ਵੇਂਦੇ ਨੇ ਹੁਣ ਪਿੱਛੇ ਰਹਿ ਗਿਆ ਤੇ ਤੇਰਾ ਨਸੀਬ ਅਗਰ ਮਿਲ ਗਿਆ ਤੇ ਤੇਰਾ ਨਸੀਬ ਯਾਰੇ ਗਾਰ ਯਾਰੇ ਮਜ਼ਾਰ ਯਾਰੇ ਗਾਰ ਕਦੀ ਸਵਾਰੀ ਵੱਲ ਵੇਂਦੇ ਨੇ ਬਾਬਾ ਜੀ ਕਦੀ ਸਵਾਰੀ ਵੱਲ ਵੇਂਦੇ ਨੇ ਕਦੀ ਸਵਾਰਾਂ ਵੱਲ ਵੇਂਦੇ ਨੇ ਤੇ ਵੇਖ ਆਉਂਦੇ ਨੇ ਹੱਦ ਮੁੱਕ ਗਈ ਆਏ ਹਾਂ ਜਿਹੜਾ ਰਹਿ ਗਿਆ ਪਿੱਛੇ ਰਹਿ ਗਿਆ ਹੱਦ ਮੁੱਕ ਗਈ ਹਾਂ ਹਾਂ ਹੱਦ ਮੁੱਕ ਗਈ ਹਾਂ ਬੋਲੋ ਬੋਲੋ ਹੱਦ ਮੁੱਕ ਗਈ ਬੁਲੰਦੀਆਂ ਦੀ ਹੱਦ ਮੁੱਕ ਗਈ ਸੈਯਦਾਂ ਦੇ ਹੱਦ ਮੁੱਕ ਗਈ ਮਹਿਫਲ ਮੁੱਕ ਗਈ ਮਹਿਫਲ ਇੱਧਰ ਹੱਦ ਮੁੱਕ ਗਈ ਹੱਦ ਮੁੱਕ ਗਈ ਕਦੀ ਸਵਾਰ ਵੱਲ ਵੇਖ ਰਹੇ ਨੇ ਕਦੀ ਸਵਾਰਾਂ ਵੱਲ ਵੇਖ ਰਹੇ ਨੇ ਤੇ ਅਬੂ ਬਕਰ ਪਿਆਂਦੇ ਨੇ ਹੱਦ ਮੁੱਕ ਗਈ ਇੰਜ ਨਹੀਂ ਜਾ ਕੇ ਜ਼ਰਾ ਹੱਦ ਮੁੱਕ ਗਈ ਸਿਆਲਕੋਟੀਓ ਹੱਦ ਮੁੱਕ ਗਈ ਬੁਲੰਦੀਆਂ ਦੀ ਹੱਦ ਮੁੱਕ ਗਈ ਸੈਯਦਾਂ ਦੇ ਹੱਦ ਮੁੱਕ ਗਈ ਕੋਈ ਸੁਣੇ ਨਾ ਸੁਣੇ ਉਹਦੀ ਮਰਜ਼ੀ ਮੈਂ ਆਪਣਾ ਰਾਂਝਾ ਰਾਜ਼ੀ ਕਰ ਚੱਲਾਂ ਹੱਦ ਮੁੱਕ ਗਈ ਹੱਦ ਮੁੱਕ ਗਈ ਬੁਲੰਦੀਆਂ ਦੀ ਹੱਦ ਮੁੱਕ ਗਈ ਸੈਯਦਾਂ ਦੇ ਹੱਦ ਮੁੱਕ ਗਈ ਆ ਮੈਂ ਤੈਨੂੰ ਦੱਸਾਂ ਹੱਦ ਕਿਉਂ ਮੁੱਕੀ ਏ ਬਾਬਾ ਜੀ ਕਾਬੇ ਦੇ ਬੁੱਤ ਤੋੜਨ ਦੀ ਵਾਰੀ ਆਈ ਮੇਰੇ ਨਬੀ ਨੇ ਅਲੀ ਨੂੰ ਕੰਧਿਆਂ ਤੇ ਬਿਠਾ ਲਿਆ ਫਰਮਾਇਆ ਅਲੀ ਕਾਬੇ ਦੇ ਬੁੱਤ ਤਰੋੜ ਦੇਣੀ ਜਦੋਂ ਅਲੀ ਨੇ ਕਾਬੇ ਦੇ ਬੁੱਤ ਤਰੋੜੇ ਨੇ ਇੱਧਰ ਵੇਖੀ ਕਿਸੇ ਨੇ ਪੁੱਛਿਆ ਅਲੀ ਜਦੋਂ ਤੂੰ ਮੁਹੰਮਦ ਦੇ ਕੰਧਿਆਂ ਤੇ ਸਵਾਰ ਹੋਇਆ ਏ ਤੇਰਾ ਹੱਥ ਕਿੱਥੇ ਪਹੁੰਚਿਆ ਏ ਤੇਰਾ ਹੱਥ ਕਿੱਥੇ ਤੱਕ ਗਿਆ ਸੁਣੀ ਅਲੀ ਮੌਲਾ ਆਉਂਦੇ ਨੇ ਲੋਕੋ ਜਦੋਂ ਮੈਂ ਕਮਲੀ ਵਾਲੇ ਦੇ ਕੰਧਿਆਂ ਤੇ ਖਲੋ ਕੇ ਬੁੱਤ ਪਿਆ ਤੋੜਨਾ ਸਾ ਮੈਨੂੰ ਇੰਜ ਪਿਆ ਲੱਗਦਾ ਸੀ ਜਿਵੇਂ ਮੈਂ ਕਾਬੇ ਵਿੱਚ ਖਲੋ ਕੇ ਅੱਲਾ ਦੇ ਅਰਸ਼ ਨੂੰ ਹੱਥ ਪਾ ਲਿਆ ਜੀ ਜੀ ਜਿਹਨੂੰ ਠੰਡ ਪਈ ਉਹ ਬੋਲੇ ਜਿਹਦੇ ਗੱਲ ਦਿਲ ਤੇ ਵੱਜੀ ਉਹ ਬੋਲੇ ਤੂੰ ਕੀ ਜਾਣੇ ਹੁਸੈਨ ਕੌਣ ਹੈ ਇਹ ਉਹ ਹੁਸੈਨ ਇਹ ਨਾਰਾ ਜ਼ਰਾ ਤਰਤੀਬ ਨਾਲ ਇੱਕ ਲਾਓ ਹਾਂ ਕੋਈ ਬੰਦਾ ਕੋਈ ਨਾਰਾ ਲਾਉਣ ਜੋ ਗਿਆ ਨਹੀਂ ਤੇ ਮੈਂ ਹੀ ਲਾ ਛੱਡਣਾ ਯਾ
ਇਹ ਸਵਾਰ ਬੈਠੇ ਨੇ, ਕਿਸੇ ਨੂੰ ਪੀਰ ਉਂਝ ਕੁਰਸੀ ਦੇ ਕੋਲ ਬਿਠਾ ਛੱਡਣ ਅਤੇ ਉਹਦੀ ਆਕੜ ਨਹੀਂ ਪਾਈ ਜਾਂਦੀ, ਤਵੱਜੋ ਨਹੀਂ ਕੀਤੀ ਤੁਸੀਂ? ਬਾਬਾ ਜੀ ਸਾਰਾ ਜੀ ਮਜਮਾ ਲੱਗਾ ਅਤੇ ਮੈਂ ਉਹ ਕੋ ਬੰਦਾ ਬਾਹਰ ਪਿੱਛੇ ਖਲੋਤਾ ਹੋਵੇ ਜਿਹਨੂੰ ਅੰਦਰ ਵੀ ਜਗ੍ਹਾ ਨਾ ਮਿਲੀ ਹੋਵੇ ਅਤੇ ਬਾਹਰ ਵੀ ਨਾ ਮਿਲੀ ਹੋਵੇ, ਅਤੇ ਮੈਂ ਉਹਨੂੰ ਇਸ਼ਾਰਾ ਕਰਾਂ ਵੀ ਉਹ ਜਿਹੜਾ ਬਾਹਰ ਬੰਦਾ ਖਲੋਤਾ ਜ਼ਰਾ ਅੰਦਰ ਮੇਰੇ ਕੋਲ ਆਵੇ, ਉਹਦੀ ਇੱਜ਼ਤ ਹੋਵੇਗੀ ਕਿ ਨਹੀਂ ਹੋਵੇਗੀ? ਮੈਂ ਇੱਕ ਮਿਸਾਲ ਦੇ ਰਿਹਾ, ਇੱਧਰ ਤਵੱਜੋ, ਲੋਕਾਂ ਸਾਰਿਆਂ ਮੇਰੇ ਵੱਲ ਨਹੀਂ ਵੇਖਣਾ, ਤਵੱਜੋ ਕਰਨੀ ਜ਼ਰਾ ਮਿਹਰਬਾਨੀ, ਨੁਕਤਾ ਦੇਣ ਲਗਾ। ਜਦੋਂ ਮੈਂ ਕਿਸੇ ਨੂੰ ਇੰਝ ਇਸ਼ਾਰਾ ਕਰਨਾ ਨਾ, ਲੋਕਾਂ ਮੇਰੇ ਵੱਲ ਨਹੀਂ ਵੇਖਣਾ, ਲੋਕਾਂ ਇਸ਼ਾਰਾ ਕਰਨ ਵਾਲੇ ਵੱਲ ਨਹੀਂ ਵੇਖਣਾ, ਲੋਕਾਂ ਉਹਨੂੰ ਵੇਖਣਾ ਜਿਹਦੇ ਵੱਲ ਇਸ਼ਾਰਾ ਹੋ ਰਿਹਾ। ਕਰੋੜਾਂ ਦੀ ਗੱਲ ਹੈ, ਆਮ ਗੱਲ ਨਹੀਂ, ਮੌਲਵੀਆਂ ਵਾਲੀ ਗੱਲ ਨਹੀਂ। ਤਵੱਜੋ, ਜਿਹਦੇ ਵੱਲ ਇਸ਼ਾਰਾ ਹੋ ਰਿਹਾ ਲੋਕ ਉਹਨੂੰ ਵੇਖਣਗੇ, ਵੇਖਣਗੇ ਕਿ ਨਹੀਂ ਵੇਖਣਗੇ? ਇੱਧਰ ਵੇਖੋ, ਉਹਦੀ ਇੱਜ਼ਤ ਹੋਵੇਗੀ? ਹੋਵੇਗੀ ਨਾ? ਬਾਬਾ ਜੀ ਤਵੱਜੋ ਕਰੀ, ਜਿਹਦੇ ਬੂਹੇ 'ਤੇ ਜਬਰੀਲ ਨੌਕਰ ਬਣ ਕੇ ਆਵੇ, ਇੱਕ ਵਾਰੀ ਗੱਜ ਕੇ ਬੋਲ ਸੁਬਹਾਨ ਅੱਲਾ। ਜਿਹਦੇ ਬੂਹੇ 'ਤੇ ਜਬਰੀਲ ਨੌਕਰ ਬਣ ਕੇ ਆਵੇ, ਮਿਕਾਇਲ ਨੌਕਰ ਬਣ ਕੇ ਆਵੇ, ਜਦੋਂ ਹਜ਼ੂਰ ਨੇ ਕੰਧਿਆਂ 'ਤੇ ਚੁੱਕਿਆ ਹੋਣਾ, ਅਲੀ ਦਾ ਹੱਥ ਤਾਂ ਜੰਨਤ 'ਚ ਪਹੁੰਚ ਗਿਆ, ਅਲੀ ਦਾ ਹੱਥ ਜੰਨਤ 'ਚ ਪਹੁੰਚ ਗਿਆ, ਅਤੇ ਅਲੀ ਦੇ ਪੁੱਤਰਾਂ ਦਾ ਹੱਥ ਕਿੱਥੇ ਪਹੁੰਚਿਆ ਹੋਣਾ ਹੈ? ਆਏ ਹਾਏ ਹਾਏ, ਤਵੱਜੋ ਫਰਮਾ ਜੇ, ਗੱਲ ਬੜੀ ਵੱਡੀ ਹੈ। ਰੱਬੇ ਕਾਬਾ ਦੀ ਇੱਜ਼ਤ ਦੀ ਕਸਮ ਹੈ, ਇਹ ਨਬੀ ਨੂੰ ਬੜੇ ਪਿਆਰੇ ਜੇ, ਨਬੀ ਇਹਨਾਂ ਨਾਲ ਪਿਆਰ ਕੀਤਾ। ਮੇਰੇ ਨਬੀ ਨੇ ਫਰਮਾਇਆ, ਅਲ ਹੁਸੈਨ ਮਿੰਨੀ ਵਾ ਅਨਾ ਮਿਨ ਅਲ ਹੁਸੈਨ। ਮੈਂ ਤੈਨੂੰ ਕਰਬਲਾ ਦੀ ਇੱਕ ਗੱਲ ਸੁਣਾ ਕੇ ਇਜਾਜ਼ਤ ਚਾਹਾਂਗਾ। ਕਰੀਮ ਨਬੀ ਨੇ ਫਰਮਾਇਆ, ਹੁਸੈਨ ਮੇਰੇ ਵਿੱਚੋਂ ਹੈ ਅਤੇ ਮੈਂ ਐਂ ਜਣੇ ਉੱਚੀ ਬੋਲੋ, ਮੈਂ ਅਲ ਹੁਸੈਨ ਮਿੰਨੀ ਵਾ ਅਨਾ ਮਿਨ ਅਲ ਹੁਸੈਨ, ਹੁਸੈਨ ਮੇਰੇ ਵਿੱਚੋਂ ਹੈ ਅਤੇ ਮੈਂ ਹੁਸੈਨ ਵਿੱਚੋਂ ਹਾਂ। ਬਾਬਾ ਕੈਸੀ ਗੱਲ ਹੈ, ਖੂਨ ਵੀ ਇੱਕ ਹੈ ਅਤੇ ਗੁੜਤੀ ਵੀ ਇੱਕ ਹੈ। ਇਮਾਮ ਹੁਸੈਨ ਪਾਕ ਪੈਦਾ ਹੋਏ ਅਤੇ ਨਬੀ ਪਾਕ ਨੇ ਖੁਦ ਗੁੜਤੀ ਦਿੱਤੀ। ਅੱਜ ਲੋਕ ਕਹਿੰਦੇ ਨੇ ਪੀਰਾਂ ਕੋਲ ਗੁੜਤੀ ਦਵਾਉਣੀ ਹੈ, ਕਿਸੇ ਨਮਾਜ਼ੀ ਕੋਲ ਗੁੜਤੀ ਦਵਾਉਣੀ ਹੈ। ਮੈਂ ਕਿਹਾ ਉਹ ਕਿਉਂ? ਸਾਡਾ ਪੁੱਤਰ ਵੀ ਨਮਾਜ਼ੀ ਬਣੇਗਾ, ਸਾਡਾ ਪੁੱਤਰ ਵੀ ਨੇਕ ਬਣੇਗਾ। ਮੈਂ ਕਿਹਾ ਚੱਲਿਆ ਤੈਨੂੰ ਜਮਾਤ ਅਲੀ ਸ਼ਾਹ ਸਾਹਿਬ, ਤੈਨੂੰ ਅਲੀਪੁਰ ਦੇ ਪੀਰ ਗੁੜਤੀ ਦੇਣ ਅਤੇ ਤੂੰ ਨੇਕ ਬਣ ਜਾਣਾ ਅਤੇ ਤੂੰ ਆਲਾ ਬਣ ਜਾਣਾ, ਅਤੇ ਜਿਹਨੂੰ ਗੁੜਤੀ ਜ਼ਹਰਾ ਦੇ ਬਾਬੇ ਮੁਸਤਫਾ ਦਿੱਤੀ ਹੋਏਗੀ। ਆਏ ਹਾਏ ਹਾਏ ਜੀ ਕਿਬਲਾ, ਜਿਹਨੂੰ ਗੁੜਤੀ ਹੋਈ ਮੁਸਤਫਾ ਕਰੀਮ ਨੇ ਖੁਦ ਦਿੱਤੀ। ਇਮਾਮੇ ਹਸਨ ਨੂੰ ਗੁੜਤੀ ਦਿੱਤੀ, ਇਮਾਮੇ ਹੁਸੈਨ ਨੂੰ ਗੁੜਤੀ ਦਿੱਤੀ। ਹਬੀਬਪੁਰ ਵਾਲਿਆ, ਕੈਸਾ ਮੰਜ਼ਰ ਹੈ ਜ਼ਰਾ ਜੁਮਲੇ ਸੁਣਿਆ ਜੇ। ਜੁੰਮੇ ਦਾ ਦਿਨ ਹੋਵੇ ਅਤੇ ਨਬੀ ਮਿੰਬਰ 'ਤੇ ਆਉਣ ਅਤੇ ਹਸਨ ਹੁਸੈਨ ਆਪਣੀ ਮਾਂ ਦੇ ਹੁਜਰੇ 'ਚੋਂ ਆਉਂਦੇ ਹੋਣ, ਕਦੀ ਡਿੱਗਦੇ ਨੇ ਕਦੀ ਉੱਠਦੇ ਨੇ। ਇੱਧਰ ਜੁਮਲੇ ਸੁਣਿਓ, ਮੇਰੇ ਇਮਾਮ ਇਮਾਮੁਲ ਅੰਬੀਆ ਸੈਯਦੁਲ ਅੰਬੀਆ, ਮੇਰੇ ਨਬੀ ਨੇ ਖੁਤਬਾ ਛੱਡਿਆ ਜੁੰਮੇ ਦਾ, ਖੁਤਬਾ ਛੱਡ ਕੇ ਬਾਬਾ ਜੀ ਇੱਧਰ ਹਜ਼ਰਤ ਇਮਾਮੇ ਹਸਨ ਨੂੰ ਚੁੱਕਿਆ, ਹਜ਼ਰਤ ਇਮਾਮੇ ਹੁਸੈਨ ਨੂੰ ਚੁੱਕਿਆ, ਚੁੱਕ ਕੇ ਨਾ ਬਾਬਾ ਜੀ ਦੋਵਾਂ ਨੂੰ ਇੱਕ ਪਾਸੇ ਨੂੰ ਸੱਜੇ ਬਿਠਾ ਲਿਆ, ਇੱਕ ਨੂੰ ਖੱਬੇ ਬਿਠਾ ਲਿਆ। ਉੱਥੇ ਜੁੰਮੇ ਦੇ ਖੁਤਬੇ ਵਿੱਚ ਆਪਨੇ ਫਰਮਾਇਆ, ਲੋਗੋ ਮੈਂ ਇਹਨਾਂ ਨਾਲ ਮੁਹੱਬਤ ਕਰਨਾ, ਹਾਏ ਹਾਏ, ਅਤੇ ਇਹ ਮੇਰੇ ਨਾਲ ਮੁਹੱਬਤ ਕਰਦੇ ਨੇ, ਅਤੇ ਜਿਹੜੇ ਇਹਨਾਂ ਨਾਲ ਮੁਹੱਬਤ ਕਰਨਗੇ ਅੱਲਾਹ ਉਹਨਾਂ ਨਾਲ ਮੁਹੱਬਤ ਕਰੇਗਾ। ਮਿਹਰਬਾਨੀ ਜਨਾਬ, ਸੋਹਣਾ ਪੇ ਸੁਣਦੇ ਹੋ, ਸੋਹਣੇ ਲੋਕ ਬੈਠੇ ਹੋ, ਆਖਰੀ ਗੱਲ ਸੁਣਾਉਣ ਲਗਾ। ਬਾਬਾ ਜਦੋਂ ਵਾਰੀ ਆ ਗਈ ਨਾ ਕਰਬਲਾ ਦੀ, ਅਤੇ ਮੇਰੇ ਇਮਾਮ ਮਦੀਨਾ ਛੱਡ ਕੇ ਜਾ ਰਹੇ, ਬੜਾ ਔਖਾ ਮੰਜ਼ਰ ਹੁੰਦਾ ਬਾਬਾ ਜੀ ਮਦੀਨਾ ਛੱਡਣਾ। ਇਹ ਹਾਜੀ ਸਾਹਿਬ ਵੀ ਸਾਊਦੀ ਅਰਬ ਵਿੱਚ ਰਹਿੰਦੇ ਪਏ ਨੇ, ਇਹਨਾਂ ਨੂੰ ਪੁੱਛੋ। ਹਾਂ ਬਾਬਾ ਜੀ, ਮੈਂ ਵੀ ਅੱਲਾਹ ਦੇ ਫਜ਼ਲ ਨਾਲ ਅਤੇ ਮਦੀਨੇ ਵਾਲੇ ਦੇ ਕਰਮ ਨਾਲ ਦੋ ਵਾਰੀ ਗਿਆ ਬਾਬਾ ਜੀ। ਰੱਬੇ ਕਾਬਾ ਦੀ ਕਸਮ, ਮਦੀਨਾ ਛੱਡਣਾ ਬੜਾ ਔਖਾ ਜੀ,
ਬਹੁਤ ਔਖਾ ਜੇ ਇਹ ਗੱਲ ਜ਼ਾਇਆ ਨਾ ਕਰਿਓ, ਐਂਡ ਸੋਹਣਾ ਕਰੋਗੇ ਤਾਂ ਸੋਹਣਾ ਪ੍ਰੋਗਰਾਮ ਅਤੇ ਸੋਹਣੀ ਰਹਿਮਤ ਬਰਸੇਗੀ। ਜੁਮਲੇ ਸੁਣਿਆ ਜੇ ਬਾਬਾ ਜੀ, ਜਦੋਂ ਮੈਂ ਲਾਸਟ ਉਮਰਾ ਕਰਨ ਗਿਆ ਨਾ, ਸੁਣਾ ਦਿਆਂ ਗੱਲ ਮਦੀਨੇ ਦੀ, ਇਹ ਸੁਣਿਓ ਜੀ। ਅੱਲਾ ਤੁਹਾਡੇ ਨਸੀਬ ਬੱਚੇ ਕਰੇ, ਅੱਲਾ ਰਿਜ਼ਕ ਵਿੱਚ ਬਰਕਤ ਪਾਏ ਜਿੰਨੇ ਬੈਠੇ ਹੋ। ਬਾਬਾ ਜੀ, ਅਸੀਂ ਜਦੋਂ ਮਦੀਨੇ ਗਏ ਨਾ, ਤਾਂ ਮਦੀਨੇ ਤੋਂ ਵਾਪਸ ਮੱਕੇ ਸਾਡੀ ਬੱਸ ਜਾ ਰਹੀ ਹੈ, ਮੇਰੇ ਨਾਲ ਹੀ ਕੋਈ 80 ਸਾਲ ਦਾ ਬਾਬਾ ਬੈਠਾ ਸੀ ਨਾ, ਅਤੇ ਉਹ ਵੀ ਪਾਕਿਸਤਾਨ ਦਾ ਲੱਗਦਾ ਪਿਆ ਸੀ। ਅਤੇ ਉਹ ਜਿਉਂ ਹੀ ਗੱਡੀ ਟੁਰੀ ਨਾ ਜੀ ਸਾਹਿਬ, ਇੰਝ ਗੱਡੀ ਜਿਹੜੀ ਹੈ ਨਾ, ਉਹ ਇੱਕ ਚੱਕਰ ਲਾਉਂਦੀ ਹੈ ਮਸਜਿਦ ਨਬਵੀ ਦੇ ਗਿਰਦ। ਜਿਹੜੇ ਬੰਦੇ ਉਮਰਾ ਅੱਜ ਕਰਕੇ ਉਹਨਾਂ ਨੂੰ ਪਤਾ, ਉਹ ਇੱਕ ਚੱਕਰ ਲਾਉਂਦੀ ਫਿਰ ਆਪਣਾ ਰੂਟ ਫੜਦੀ ਹੈ। ਬਾਬਾ ਜੀ, ਜਿਉਂ ਹੀ ਗੱਡੀ ਸਟਾਰਟ ਹੋਈ ਨਾ, ਰੱਬੇ ਕਾਬਾ ਦੀ ਕਸਮੇ ਗੱਲ ਬੜੀ ਵੱਡੀ ਹੈ, ਜਿਉਂ ਹੀ ਗੱਡੀ ਸਟਾਰਟ ਹੋਈ, ਉਹ ਬਾਬਾ ਨਾਲ ਬੈਠਾ ਸੀ ਅਤੇ ਰੋ ਪਿਆ। ਮੈਂ ਕਿਹਾ ਬਾਬਾ ਕਿਉਂ ਰੋਇਆ? ਕਹਿੰਦਾ ਮੌਲਵੀ ਜੀ ਕਿੱਥੇ ਦਿਓ? ਮੈਂ ਕਿਹਾ ਪਾਕਿਸਤਾਨ ਦਾ। ਤੁਸੀਂ ਆਉਂਦਾ? ਮੈਂ ਵੀ ਪਾਕਿਸਤਾਨ ਦਾ। ਮੈਂ ਕਿਹਾ ਤੁਸੀਂ ਕਿੱਥੇ ਦਿਓ? ਆਉਂਦਾ ਮੈਂ ਫੈਸਲਾਬਾਦ ਦਾ, ਅਤੇ ਮੈਂ ਸਿਆਲਕੋਟ ਦਾ। ਮੈਂ ਕਿਹਾ ਬਾਬਾ ਰੋਇਆ ਕਿਉਂ? ਮੇਰੇ ਕੋਲ ਫੋਨ ਆਇਆ ਪਿੱਛੋਂ, ਕੋਈ ਫੋਤ ਹੋ ਗਈ। ਕਹਿੰਦਾ ਨਹੀਂ। ਕਹਿੰਦਾ ਮੌਲਵੀ, ਉਹ ਸਾਹਮਣੇ ਵੇਖ ਮਹਿਬੂਬ ਪਿਆ ਵੱਸਦਾ ਹੀ ਬਾਬੇ, ਉਹ ਇੰਝ ਵੀ ਮਹਿਫਲ ਮੁੱਕ ਜਾਣੀ ਹੈ, ਜਿਹਨਾਂ ਨਹੀਂ ਸੁਣਨਾ ਉਹਨਾਂ ਵੀ ਉੱਠ ਕੇ ਲੰਗਰ ਖਾ ਕੇ ਟੁਰ ਜਾਣਾ, ਪਰ ਜਿਹਦੇ ਅੰਦਰ ਗੱਲ ਟੁਰ ਗਈ ਉਹਦੀ ਮਹਿਫਲ ਕਬੂਲ ਹੋ ਗਈ। ਉਹ ਸਾਹਮਣੇ ਗੁੰਬਦ ਖਜ਼ਰਾ ਹੈ, ਸਾਹਮਣੇ ਰੋਜ਼ਾ ਪਿਆ ਵੱਸਦਾ, ਅਤੇ ਮੈਨੂੰ ਕਹਿੰਦਾ ਇੱਧਰ ਤਵੱਜੋ ਫਰਮਾਇਆ, ਜ਼ਰਾ ਤਸੱਵਰ ਕਰੀ ਗੁੰਬਦ ਖਜ਼ਰਾ ਦਾ। ਮੇਰੇ ਅੱਗੇ ਨਾ 80 ਸਾਲ ਦੇ ਬਾਬੇ ਨੇ ਹੱਥ ਬੰਨੇ। ਕਹਿੰਦਾ ਮੌਲਵੀ ਜੀ, ਰੋ ਕੇ ਇੱਕ ਦੁਆ ਤਾਂ ਕਰੋ। ਮੈਂ ਕਿਹਾ ਬਾਬਾ ਕਿਹੜੀ ਦੁਆ ਕਰਾਂ? ਕਹਿੰਦਾ ਰੋ ਕੇ ਇੱਕ ਵਾਰੀ ਆਖੋ, ਕਮਲੀ ਵਾਲਿਆ, ਇਹ ਬਾਬਾ ਪਾਕਿਸਤਾਨ ਨਹੀਂ ਜਾਣਾ ਚਾਹੁੰਦਾ, ਇਹਨੂੰ ਇੱਥੇ ਹੀ ਮੌਤ ਦੇ ਦੇ, ਆਏ ਹਾਏ, ਇਹਨੂੰ ਇੱਥੇ ਹੀ ਮੌਤ ਦੇ ਦੇ। ਬਾਬਾ ਜੀ, ਬਾਬਾ ਰੋਈ ਜਾ ਰਿਹਾ, ਰੋਈ ਜਾ ਰਿਹਾ, ਉਹਦੇ ਅਥਰੂ ਨਹੀਂ ਰੁਕ ਰਹੇ। ਰੱਬੇ ਕਾਬਾ ਦੀ ਕਸਮ, ਜੁਮਲੇ ਸੁਣਿਆ ਜੇ, ਬਾਬਾ ਮੇਰੀ ਵੀ ਨਜ਼ਰ ਗੁੰਬਦ ਖਜ਼ਰਾ ਤੇ ਪਈ ਹੈ, ਬਾਬਾ ਵੀ ਰੋ ਰਿਹਾ, ਮੈਂ ਵੀ ਰੋ ਰਿਹਾ। ਅੱਜ ਮਦੀਨੇ ਦੀ ਜੁਦਾਈ 1500 ਸਾਲ ਗੁਜ਼ਰ ਗਏ, ਅੱਜ ਵੀ ਮੌਲਵੀ ਰੋਂਦੇ ਨੇ, ਅੱਜ ਵੀ ਬਾਬੇ ਰੋਂਦੇ ਨੇ, ਅੱਜ ਵੀ ਹਾਜੀ ਰੋਂਦੇ ਨੇ, ਅੱਜ ਵੀ ਨਮਾਜ਼ੀ ਰੋਂਦੇ ਨੇ, ਜਦੋਂ ਮਦੀਨੇ ਦੀ ਜੁਦਾਈ ਵਿੱਚ ਰੋਂਦੇ ਨੇ, ਫਿਰ ਰੋ ਰੋ ਕੇ ਆਉਂਦੇ ਨੇ, ਸਦਾ ਵਸਦਾ ਹਮੇ ਤੇਰਾ ਖਵਾਰਾ ਯਾ ਰਸੂਲ ਅੱਲਾ, ਸਦਾ ਵਸਦਾ ਜਿੱਥੇ ਹੁੰਦਾ ਗਰੀਬਾਂ ਦਾ ਗੁਜ਼ਾਰਾ ਯਾ ਰਸੂਲ। ਆਖਰੀ ਗੱਲ ਤਕਰੀਰ ਮੁੱਕ ਗਈ, ਜੁਮਲੇ ਸੁਣਿਆ, ਬਾਬਾ ਜੀ ਕੌਣ ਹੁਸੈਨ, ਕੌਣ ਇਮਾਮੇ ਹੁਸੈਨ? ਇਦੋਂ ਕਰਬਲਾ ਦੀ ਜ਼ਮੀਨ ਦੇ ਮੇਰੇ ਇਮਾਮ ਦੇ ਖੈਮੇ ਲੱਗ ਗਏ ਨੇ, 2 ਮੁਹਰਮ ਨੂੰ ਖੈਮੇ ਲੱਗ ਗਏ ਨੇ ਬਾਬਾ ਜੀ, 7 ਮੁਹਰਮ ਨੂੰ ਪਾਣੀ ਬੰਦ ਹੋ ਗਿਆ, ਆਲੇ ਨਬੀ ਤੇ ਪਾਣੀ ਬੰਦ ਹੋ ਗਿਆ, ਹੋਏ ਆਲੇ ਰਸੂਲ ਤੇ ਪਾਣੀ ਬੰਦ ਹੋ ਗਿਆ, ਨਹਿਰੇ ਫਿਰਾ ਤੇ ਪਾਬੰਦੀਆਂ ਲੱਗ ਗਈਆਂ ਨੇ, ਨਹਿਰੇ ਫਿਰਾ ਤੇ ਸਿਪਾਹੀ ਖੜੇ ਹੋ ਗਏ ਨੇ। ਯਜ਼ੀਦੀ ਕਹਿਣ ਲੱਗੇ, ਹੁਸੈਨ ਪਾਣੀ ਨਹੀਂ ਮਿਲੇਗਾ, ਹੁਸੈਨ ਨਹਿਰੇ ਫਿਰਾ 'ਚ ਪਾਣੀ ਨਹੀਂ ਆਏਗਾ। ਮੇਰੇ ਇਮਾਮ ਨੇ ਫਰਮਾਇਆ, ਹੋਏ ਦੁਨੀਆਂ ਦਿਓ ਕੁਝ, ਹੋਏ ਦੁਨੀਆਂ ਦਿਓ ਲਾਣ ਦਿਓ,
ਖੇੜੇ ਪਾਣੀ ਦੀ ਗੱਲ ਕਰਦੇ ਹੋ, ਅਸੀਂ ਪਾਣੀ ਦਾ ਸਵਾਲ ਨਹੀਂ ਕਰਾਂਗੇ, ਅਸੀਂ ਪਾਣੀ ਦੀ ਇਲਤਜਾ ਨਹੀਂ ਕਰਾਂਗੇ, ਅਸੀਂ ਅਲੀ ਦਾ ਖੋਣ, ਅਸੀਂ ਮੁਹੰਮਦ ਦੀ ਆਲ, ਅਸੀਂ ਮੁਹੰਮਦ ਦੀ ਲੱਤੇ ਜਗਿਆਰਾ, ਅਲੀ ਕਾ ਘਰ ਵੀ ਕਿਆ ਘਰ ਹੈ, ਸੁਣਿਓ ਸਿਆਲਕੋਟ ਵਾਲਿਓ, ਅਲੀ ਕਾ ਘਰ ਵੀ ਕਿਆ ਘਰ ਹੈ, ਜਿਸ ਘਰ ਕਾ ਬੱਚਾ ਬੱਚਾ, ਅਰੇ ਜਿਸੇ ਦੇਖੋ ਵਹੀ ਸ਼ੇਰੇ ਖੁਦਾ ਮਾਲੂਮ ਹੋਤਾ ਹੈ, ਇਹੋ ਸ਼ਰਤ ਹੈ ਕਿ ਨਾਨੇ ਦਾ ਦੀਨ ਰਹਿ ਜਾਏ, ਆਏ ਹਾਏ, ਇਹੋ ਸ਼ਰਤ ਹੈ ਕਿ ਨਾਨੇ ਦਾ ਦੀਨ ਰਹਿ ਜਾਏ, ਬਾਬਾ ਜੀ ਇਹੋ ਸ਼ਰਤ ਹੈ ਕਿ ਨਾਨੇ ਦਾ ਦੀਨ ਰਹਿ ਜਾਏ, ਨਾਨੇ ਦੀ ਸ਼ਾਨ ਰਹਿ ਜਾਏ, ਨਾਨੇ ਦੀ ਆਨ ਰਹਿ ਜਾਏ, ਲੁੱਟੀ ਜਾਏ ਭਵੇਂ ਚੌਂਕ ਕੋ ਹੁਸੈਨ ਦੀਆਂ ਜੇ, ਪਰ ਨਾਨੇ ਦਾ ਜ਼ਿੰਦਾ ਇਸਲਾਮ ਰਹਿ ਜਾਏ। ਮੇਰੇ ਇਮਾਮ ਬਾਬਾ ਜੀ ਬਾਣੀ ਬੰਦ ਹੋ ਗਿਆ ਵੇ, ਹੁਣ ਨਵੀਂ ਮੁਹਰਮ ਆ ਗਈ ਹੈ, ਇਧਰੋਂ ਦਸਵੀਂ ਮੁਹਰਮ ਦਾ ਸੂਰਜ ਤਲੂ ਹੋਇਆ ਵੇ, ਮੇਰੇ ਇਮਾਮ ਕੁਰਾਨ ਪੜ੍ਹੀ ਜਾ ਰਹੇ ਨੇ ਸਾਰੀ ਰਾਤ, ਮੇਰੇ ਇਮਾਮ ਨੇ ਕੁਰਾਨ ਦੀਆਂ ਤਿਲਾਵਤਾਂ ਕੀਤੀਆਂ ਨੇ, ਉਧਰੋਂ ਫਜਰ ਦੀਆਂ ਅਜ਼ਾਨ ਦਾ ਵੇਲਾ ਹੋਇਆ, ਮੇਰੇ ਇਮਾਮ ਨੇ ਫਰਮਾਇਆ ਅਲੀ ਅਕਬਰ ਆਜਾ ਜੀ, ਬਾਬਾ ਹੁਸੈਨ ਆ ਡਰੋਏ, ਫਰਮਾਇਆ ਪੁੱਤਰਾ ਹਜ ਕਰਬਲਾ ਦੇ ਟਿੱਬੇ ਤੇ ਆਖਰੀ ਅਜ਼ਾਨ ਦੇ, ਮੁਸਲਮਾਨ ਬਾਈਓ ਅਲੀ ਅਕਬਰ ਅਜ਼ਾਨ ਦੇ ਰਹੇ ਨੇ, ਹੈਮੀਆਂ ਸਕੀਨਾ ਰੋ ਰਹੀਆਂ ਨੇ, ਸਈਦਾ ਜ਼ੈਨਬ ਰੋ ਰਹੀਆਂ ਨੇ, ਹੁਮੇ ਗੁਲਸੂਮ ਰੋ ਰਹੀਆਂ ਨੇ, ਸ਼ਹਿਰਬਾਨੋ ਰੋ ਰਹੀਆਂ ਨੇ, ਮੇਰੇ ਇਮਾਮ ਮੁਸੱਲੇ ਤੇ ਆ ਗਏ ਨੇ, ਮੇਰੇ ਇਮਾਮ ਨੇ ਫਜਰ ਦੀ ਜਮਾਤ ਕਰਾਈ ਹੈ, ਜਦੋਂ ਮੇਰੇ ਇਮਾਮ ਕੁਰਾਨ ਪੜ੍ਹਦੇ ਨੇ ਪਿੱਛੋਂ ਹੀ ਅਲੀ ਅਕਬਰ ਰੋਈ ਜਾ ਰਹੇ ਨੇ, ਗਾਜ਼ੀ ਅਬਾਸ ਰੋਈ ਜਾ ਰਹੇ ਨੇ, ਹੋਏ ਕਰਬਲਾ ਦੇ ਗਮ ਵਿੱਚ ਰੋਣ ਵਾਲਿਆਂ, ਹਜ਼ਰਾ ਜੁਮਲੇ ਸਮਾਧ ਕਰ ਜਾਇਆ ਰੇ, ਇਧਰੋਂ ਮੇਰੇ ਇਮਾਮ ਨੇ ਫਜਰ ਦੀ ਨਮਾਜ਼ ਅਦਾ ਫਰਮਾਈ ਹੈ, ਉਧਰੋਂ ਅਮਰ ਇਬਨੇ ਸਾਦ ਆਇਆ ਵੇ, ਕਹਿਣ ਲਗਾ ਇਮਾਮ ਦੋ ਗੱਲਾਂ ਨੇ, ਯਜ਼ੀਦ ਦੇ ਹੱਥ ਬਹਿਤ ਕਰੇਗਾ, ਨਹੀਂ ਤੇ ਜੰਗ ਵਾਸਤੇ ਤਿਆਰ ਹੋ ਜਾ। ਮੇਰੇ ਇਮਾਮ ਨੇ ਫਰਮਾਇਆ ਦੁਨੀਆ ਦੇ ਉੱਗਦਿਓ, ਅਸੀਂ ਯਜ਼ੀਦ ਦੀ ਬਹਿਤ ਨਹੀਂ ਕਰਾਂਗੇ, ਅਸੀਂ ਯਜ਼ੀਦ ਦੇ ਹੱਥ 'ਚ ਹੱਥ ਨਹੀਂ ਦੇਵਾਂਗੇ, ਅਸੀਂ ਕਮੀਨੇ ਨੂੰ ਤਸਲੀਮ ਨਹੀਂ ਕਰਾਂਗੇ। ਅਮਰ ਕਹਿਣ ਲਗਾ ਪੁੱਤਰ ਜ਼ਿਬਾ ਆਉਣਗੇ, ਅਮਰ ਕਹਿਣ ਲਗਾ ਧੀਆਂ ਰੁੱਲ ਜਾਣਗੀਆਂ, ਅਮਰ ਕਹਿਣ ਲਗਾ ਭਤੀਜੇ ਜ਼ਿਬਾ ਹੋ ਜਾਣਗੇ, ਰੱਬੇ ਕਾਬਾ ਦੀ ਕਸਮ ਹੈ ਬਾਬਾ ਜੁਮਲੇ ਸੁਣਿਆ ਨਹੀਂ। ਮੇਰੇ ਇਮਾਮ ਨੇ ਫਰਮਾਇਆ ਪੁੱਤਰ ਦੇ ਦਿਆਂਗਾ, ਪਰ ਨਾਨੇ ਦਾ ਕੁਰਾਨ ਬਚਾ ਲਵਾਂਗਾ, ਭਤੀਜੇ ਦੇ ਦਿਆਂਗਾ ਪਰ ਨਾਨੇ ਦੀ ਅਜ਼ਾਨ ਬਚਾ ਲਿਆਂਗਾ। ਬਾਬਾ ਜੀ ਜੁਮਲੇ ਸੁਣਿਆ ਨੇ, ਯੱਕੇ ਬਾਦ ਦੀਗਰੇ ਮਜ਼ਾਕ ਰਾਤ ਰਾਤੇ ਆ ਰਹੇ ਨੇ। ਮੇਰੇ ਇਮਾਮ ਨੇ ਫਰਮਾਇਆ ਨਾ ਨਾ, ਅਸੀਂ ਅਲੀ ਦਾ ਖੋਣਾ, ਅਸੀਂ ਜ਼ਹਰਾ ਬਤੌਲ ਦਾ ਖੋਣਾ, ਅਸੀਂ ਗੰਦਿਆਂ ਦੇ ਹੱਥ ਵਿੱਚ ਹੱਥ ਨਹੀਂ ਦਿਆਂਗੇ, ਅਸੀਂ ਪਲੀਤਾਂ ਦੇ ਹੱਥ ਵਿੱਚ ਹੱਥ ਨਹੀਂ ਦਿਆਂਗੇ। ਸਾਡੀ ਮਾਂ ਵੀ ਪਾਗੇ, ਸਾਡਾ ਬਾਬਾ ਅਲੀ ਵੀ ਪਾਗੇ, ਸਾਡਾ ਨਾਨਾ ਮੁਹੰਮਦ ਵੀ ਪਾਗੇ। ਹਜ਼ਰਾ ਜੰਗ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਨੇ, ਜਦੋਂ ਜੰਗ ਦੀਆਂ ਤਿਆਰੀਆਂ ਸ਼ੁਰੂ ਹੋਈਆਂ ਨੇ, ਇੱਧਰੋਂ ਜਨਾਬੇ ਹੁਰ ਦੀ ਹਾਵ ਆ ਰਹੀ ਹੈ, ਜਨਾਬੇ ਹੁਰ ਨੇ ਅੱਖਾਂ ਬੰਦ ਕੀਤੀਆਂ ਨੇ, ਹਾਵ ਵਿੱਚ ਵੇਖ ਰਹੇ ਨੇ ਜਿੱਧਰ ਯਜ਼ੀਦੀਆਂ ਦਾ ਲਸ਼ਕਰ ਬਣਿਆ ਹੋਇਆ ਵੇ, ਇੱਧਰ ਜਹੰਨਮ ਦੀ
ਦੀ ਅੱਗ ਵੀ ਬਲਦੀ ਏ। ਜਿੱਧਰ ਬਹੱਤਰ ਹੁਸੈਨ ਲੈ ਕੇ ਖੜਾ ਵੇ, ਇੱਧਰ ਮੁਹੰਮਦ ਖੜਾ ਵੇ, ਇੱਧਰ ਰੱਬ ਵੀ ਆਉਂਦਾ ਰਹੇ, ਇੱਧਰ ਮਦੀਨੇ ਵਾਲਾ ਵੀ ਆਉਂਦਾ ਰਹੇ, ਮਦੀਨੇ ਦੇ ਵਾਰਸ ਵੀ ਉੱਧਰ ਨੇ। ਹੋਰ ਨੇ ਖਾਬ ਵੇਖਿਆ ਉੱਠਿਆ ਏ, ਜਨਾਬੇ ਵਾਲਾ ਹੱਥ ਵਿੱਚ ਬੇੜੀਆਂ ਪਾ ਲਈਆਂ ਨੇ, ਖੜੀਆਂ ਪਾ ਕੇ ਮੇਰੇ ਇਮਾਮ ਦੇ ਖੈਮੇ ਦੇ ਸਾਹਮਣੇ ਆਇਆ ਵੇ। ਮੈਂ ਇੱਕੋ ਹੀ ਸ਼ਹਾਦਤ ਪੜ੍ਹ ਕੇ ਇਜਾਜ਼ਤ ਚਾਹਵਾਂ। ਜਨਾਬੇ ਹੋਰ ਨੇ ਹੱਥ ਬੰਨ ਲਏ ਨੇ, ਹੱਥ ਬੰਨ ਕੇ ਕਹਿਣ ਲੱਗੇ, ਇਮਾਮ ਅੱਜ ਹੋਰ ਆਇਆ ਵੇ, ਮੈਂ ਤੁਹਾਡਾ ਰਾਹ ਡੱਕਣ ਵਾਲਾ ਆਇਆ ਵਾਂ, ਮੈਂ ਤੁਹਾਡੇ ਕਰਬਲਾ 'ਚ ਖੈਮੇ ਲਵਾਉਣ ਵਾਲਾ ਆਇਆ ਵਾਂ। ਹੱਲਾ ਦੀ ਕਸਮ ਹਬੀਬਪੁਰਾ ਵਾਲਿਆ ਇੱਥੋਂ ਹੀ ਆ ਜਾਂਦੇ ਨੇ। ਕਹਿੰਦਾ ਆਕਾ ਹੁਸੈਨ, ਮੈਂ ਤੁਹਾਨੂੰ ਤੁਹਾਡੀ ਮਾਂ ਦਾ ਵਾਸਤਾ ਦੇਣਾ ਵਾਂ। ਆਕਾ ਹੁਸੈਨ, ਤੁਹਾਨੂੰ ਤੁਹਾਡੇ ਬਾਬੇ ਦਾ ਵਾਸਤਾ। ਆਕਾ ਹੁਸੈਨ, ਮੈਨੂੰ ਮਾਫ਼ ਕਰ ਦੇ ਯਾਰ। ਆਕਾ ਹੁਸੈਨ, ਬੜੀ ਵੱਡੀ ਗਲਤੀ ਹੋ ਗਈ ਹੈ। ਮੇਰੇ ਇਮਾਮ ਨੇ ਹੋਰ ਨੂੰ ਸੀਨੇ ਲਾ ਲਿਆ ਵੇ, ਫਰਮਾਇਆ ਹੋਰ ਅਸੀਂ ਸਖੀਆਂ ਦਾ ਖਾਨਦਾਨ, ਅਸੀਂ ਬਦਲੇ ਲੈਣ ਨਹੀਂ ਆਏ, ਅਸੀਂ ਬਦਲੇ ਲੈਣ ਨਹੀਂ ਆਏ, ਅਸੀਂ ਤੇ ਦੁਸ਼ਮਣਾਂ ਨੂੰ ਮਾਫ਼ੀਆਂ ਦੇਣ ਆਏ ਹਾਂ, ਅਸੀਂ ਤੇ ਦੁਸ਼ਮਣਾਂ ਨੂੰ ਆਪਣਾ ਬਣਾਉਣ ਆਇਆ। ਜਨਾਬੇ ਹੋਰ ਨੇ ਬਾਬਾ ਹੱਥ ਬੰਨ ਲਏ ਨੇ, ਅਰਜ਼ ਕੀਤੀ ਆਕਾ ਹੁਸੈਨ, ਮੈਨੂੰ ਇਜਾਜ਼ਤ ਦੇ ਯਾਰ। ਆਕਾ ਹੁਸੈਨ, ਸਭ ਨਾਲੋਂ ਪਹਿਲਾਂ ਮੈਂ ਜਾਵਾਂਗਾ। ਆਕਾ ਮੈਂ ਤੁਹਾਡਾ ਮੁਜਰਾ ਵਾਂ। ਆਕਾ ਮੈਂ ਤੁਹਾਡੇ ਖੈਮੇ ਲਵਾਏ ਨੇ। ਆਕਾ ਮੈਂ ਤੁਹਾਨੂੰ ਕਰਬਲਾ 'ਚ ਲੈ ਕੇ ਆਉਣ ਵਾਲਾ ਹਾਂ। ਮੇਰੇ ਇਮਾਮ ਨੇ ਇਜਾਜ਼ਤ ਫਰਮਾਈ ਹੈ, ਫਰਮਾਇਆ ਜਾ, ਹੋਰ ਕਰਬਲਾ ਦੀ ਜ਼ਮੀਨ ਤੈਨੂੰ ਉਡੀਕਦੀ ਪਈ ਹੈ। ਜਨਾਬੇ ਹੋਰ ਨੇ ਤਲਵਾਰ ਉਠਾਈ ਹੈ, ਯਜ਼ੀਦੀਆਂ ਦੇ ਲਸ਼ਕਰ 'ਚ ਘੁਸ ਗਏ ਨੇ। ਹੌਲੀ ਕਹਿਣ ਲੱਗਾ, ਜਮੋਏ ਹੋਰ ਕਿਵੇਂ ਆਇਆ ਏ? ਫਰਮਾਇਆ ਮੈਨੂੰ ਗੁਨਾਹ ਬੋਲਿਆ ਰੇ, ਮੇਰੇ ਸਾਹਮਣੇ ਯਜ਼ੀਦ ਦਾ ਨਾਂ ਨਾ ਲਿਆ ਰੇ। ਉਹਨੇ ਆਖਿਆ, ਹੋਰ ਤੂੰ ਸਾਡਾ ਆਵੇਂ? ਫਰਮਾਇਆ, ਉਹ ਕਮੀਨੀਓ ਖਮੋਸ਼ ਹੋ ਜਾ, ਅੱਗੇ ਮੈਂ ਤੁਹਾਡਾ ਸਾਂ, ਹੁਣ ਮੈਂ ਜ਼ਹਰਾ ਦੇ ਪੁੱਤਰ ਹੁਸੈਨ ਦਾ ਬਣ ਗਿਆ। ਅੱਗੇ ਮੈਂ ਤੁਹਾਡਾ ਸਾਂ ਅਤੇ ਹੁਣ ਕਿਦਾਂ ਵਾਂ? ਹੁਣ ਕਿਦਾਂ ਵਾਂ? ਹੁਸੈਨ ਇਬਨ ਅਲੀ ਦਾ। ਬਾਬਾ ਜੁਮਲੇ ਸੁਣਿਓ ਜੇ। ਉਹਨੇ ਕਿਹਾ, ਵੇਖ ਲੈ ਬਾਈ, ਹੋਰ ਘਾਟੇ ਦਾ ਸੌਦਾ ਕਰ ਲੇ। ਬਾਬਾ ਜੀ ਜੁਮਲੇ ਸੁਣਿਓ, ਆਖਰੀ ਦੋ ਮਿੰਟ ਰਹਿ ਗਏ ਜੇ। ਹੋਰ ਕਹਿਣ ਲੱਗਾ, ਘਾਟੇ ਦਾ ਸੌਦਾ? ਉਹਨੇ ਕਿਹਾ, ਆਹੋ। ਉਹਨੇ ਕਿਹਾ, ਉਹ ਕਿਵੇਂ? ਉਹਨੇ ਕਿਹਾ, ਇੱਕ ਪਾਸੇ ਵੇਖ ਹਜ਼ਾਰਾਂ ਨੇ ਅਤੇ ਇੱਕ ਪਾਸੇ 72 ਨੇ, ਅਤੇ 72 ਵੀ ਪੂਰੇ ਜਵਾਨ ਨਹੀਂ, ਅਤੇ ਤੂੰ ਕਿਹਨਾਂ ਦਾ ਸਾਥ ਦੇਣਾ ਪਿਆ ਜਿੰਨਾ ਐਵੇਂ ਦੋ ਚੌਂ ਘੰਟਿਆਂ ਦੇ ਵਿੱਚ ਜੰਗ ਮੁੱਕ ਜਾਣੀ ਹੈ, ਅਤੇ ਤੂੰ ਕਿਹਦੇ ਨਾਲ ਬਖਲੋ ਗਿਆ? ਇੱਧਰ ਪੈਸਾ ਵੀ ਆ, ਇੱਧਰ ਦੌਲਤ ਵੀ ਆ, ਇੱਧਰ ਹਕੂਮਤ ਵੀ ਆ। ਜਿਹੜਾ ਹੋਰ ਨੇ ਜੁਮਲਾ ਬੋਲਿਆ ਮੇਰੇ ਸੀਨੇ 'ਤੇ ਲਿਖਿਆ ਹੋਇਆ ਸਿਆਲਕੋਟੀਓ, ਹੋਰ ਦੋ ਵੀ ਹੱਥ ਬੁਲੰਦ ਕਰਕੇ ਆਉਂਦਾ, ਉਹ ਸ਼ਿਮਰ ਆਉਂਦਾ, ਹਾਂ ਹੋਰ ਆਉਂਦਾ, ਹਕੂਮਤ ਵੀ ਹੈ, ਆਉਂਦਾ ਹਕੂਮਤ ਵੀ ਹੈ, ਮਾਲ ਵੀ ਆ, ਮਾਲ ਵੀ ਹੈ, ਫੌਜ ਵੀ ਹੈ, ਫੌਜ ਵੀ, ਅਸਲਾ ਵੀ ਹੈ, ਅਸਲਾ ਵੀ ਹੈ, ਪਾਣੀ ਵੀ ਹੈ, ਪਾਣੀ ਵੀ ਹੈ। ਉਹਨੇ ਕਿਹਾ, ਸਾਰਾ ਕੁਝ ਆਉਂਦਿਆਂ ਤੁਸੀਂ ਫਿਰ ਵੀ ਪਲੀਤ ਹੋ, ਉਹਦੇ ਕੋਲ ਅੱਲਾ ਹੈ, ਉਹ ਫਿਰ ਵੀ ਪਾ ਕੇ, ਤੁਹਾਡੇ ਕੋਲ ਸਾਰਾ ਕੁਛ ਹੈ, ਤੁਸੀਂ ਫਿਰ ਵੀ ਆ ਰਹੇ ਹੋ, ਉਹਦੇ ਵੱਲ ਅੱਲਾ ਕੌਣ ਹੈ ਜੀ? ਅਤੇ ਜਿਹਦੇ ਵੱਲ ਅੱਲਾ ਹੋਵੇ ਉਹ ਹਰਦਾ? ਉਹ ਹਰਦਾ ਨਹੀਂ, ਰੱਬੇ ਕਾਬਾ ਦੀ ਇੱਜ਼ਤ ਦੀ ਕਸਮ ਹੈ। ਬਾਬਾ ਹੋਰ ਨੇ ਫਰਮਾਇਆ, ਜੰਗ ਕਰੋ ਇਹ ਜ਼ਾਲਮੋ, ਜਿਹਨੇ ਮਾਂ ਦਾ ਦੁੱਧ ਪੀਤਾ ਹੋਰ ਦੇ ਸਾਹਮਣੇ ਆਵੇ। ਇੱਕ ਆਇਆ ਮੂਲੀ ਗਾਜਰ ਦੀ ਤਰ੍ਹਾਂ ਕੱਟ ਕੇ ਪਰਾਂ ਸੁੱਟ ਛੱਡਿਆ, ਦੂਸਰਾ ਆਇਆ ਵਾਸਲੇ ਜਹਨਮ, ਤੀਸਰਾ ਆਇਆ ਵਾਸਲੇ ਜਹਨਮ। ਸ਼ਿਮਰ ਕਹਿਣ ਲੱਗਾ, ਇਹ ਤਾਂ ਕੀ ਹੋਰ ਕੀ ਕਰਦਾ ਪਿਆ? ਇਕੱਲਿਆਂ ਇੱਕ ਬੰਦਾ ਸੋਵਾਂ ਦਾ ਮੁਕਾਬਲਾ ਕਰਨ ਵਾਲਾ ਹੋਰ ਸੀ, ਹੁਸੈਨ ਸਾਹਮਣੇ ਪੇ ਵੇਖ ਰਹੇ ਨੇ। ਬਾਬਾ ਕੈਸਾ ਮੰਜ਼ਰ ਹੋਵੇਗਾ ਜਦੋਂ ਹੋਰ ਤਲਵਾਰ ਚਲਾਉਂਦਾ ਆਉਣਾ, ਇੱਕ ਵਾਰੀ ਯਜ਼ੀਦੀਆਂ ਨੂੰ ਵੇਂਦਾ ਆਉਣਾ, ਇੱਕ ਵਾਰੀ ਹੁਸੈਨ ਵੱਲ ਵੇਂਦਾ ਆਉਣਾ, ਇੱਕ ਵਾਰੀ ਯਜ਼ੀਦੀਆਂ ਨੂੰ ਵੇਂਦਾ ਆਉਣਾ ਅਤੇ ਇੱਕ ਵਾਰੀ ਹੁਸੈਨ ਨੂੰ ਵੇਂਦਾ ਆਉਣਾ। ਰੱਬੇ ਕਾਬਾ ਦੀ ਇੱਜ਼ਤ ਦੀ ਕਸਮ ਹੈ ਬਾਬਾ, ਜਦੋਂ ਤੀਰਾਂ ਦੀਆਂ ਬਾਰਿਸ਼ਾਂ ਹੋਈਆਂ ਨਾ, ਹੋਰ ਜ਼ਮੀਨ 'ਤੇ ਆਇਆ,
ਇੱਧਰ ਜੁਮਲੇ ਸੁਣਿਆ ਜੇ, ਤੇ ਸ਼ਿਮਰ ਉੱਤੇ ਆ ਕੇ ਖਲੋ ਕੇ ਕਹਿਣ ਲੱਗਾ, ਹੋਰ ਤੈਨੂੰ ਸਮਝਾਇਆ ਸੀ ਤੂੰ ਬਾਜ਼ ਨਹੀਂ ਆਇਆ, ਹੁਣ ਦੱਸ ਅਸੀਂ ਠੀਕ ਹਾਂ ਜਾਂ ਜਿਨ੍ਹਾਂ ਵੱਲ ਗਏ ਹਾਂ ਉਹ ਠੀਕ ਨੇ। ਆਏ ਹਾਏ ਹਾਏ ਬਾਬਾ, ਜੁਮਲੇ ਸੁਣਿਆ ਜੇ। ਜਨਾਬੇ ਹੋਰ ਹੱਥ ਬੁਲੰਦ ਕਰਕੇ ਕਹਿਣ ਲੱਗੇ, ਸ਼ਿਮਰ ਤੇਰੇ ਤੇ ਕੱਲ ਵੀ ਲਾਨਤ, ਤੇਰੇ ਤੇ ਅੱਜ ਵੀ ਲਾਨਤ। ਮੈਂ ਤੈਨੂੰ ਦੱਸਾਂ, ਮੈਂ ਤੈਨੂੰ ਦੱਸਾਂ ਹੁਸੈਨ ਕੌਣ ਹੈ। ਆਖਣ ਲੱਗਾ ਦੱਸ ਹੁਸੈਨ ਕੌਣ ਹੈ। ਆਖਣ ਲੱਗਾ ਤੂੰ ਮੇਰੇ ਜਿਸਮ ਦੇ ਟੁਕੜੇ ਕਰ, ਮੇਰੀ ਜਾਨ ਦੇ ਟੁਕੜੇ ਕਰ, ਮੇਰੇ ਜਿਸਮ ਦੇ ਟੁਕੜੇ ਕਰ, ਮੇਰਾ ਖੂਨ ਬਹਾ ਦੇ। ਹਰ ਖੂਨ ਦੇ ਕਤਰੇ ਵਿੱਚੋਂ ਇੱਕੋ ਹੀ ਆਵਾਜ਼ ਆਏਗੀ, ਹਰ ਖੂਨ ਦੇ ਕਤਰੇ ਵਿੱਚੋਂ ਇੱਕੋ ਹੀ ਆਵਾਜ਼ ਆਏਗੀ, ਹਰ ਖੂਨ ਦੇ ਕਤਰੇ ਵਿੱਚੋਂ ਇੱਕੋ ਹੀ ਆਵਾਜ਼ ਆਏਗੀ। ਆਖਣ ਲੱਗਾ ਕਿਹੜੀ? ਬਾਬਾ ਜੀ ਹੋਰ ਦੱਸ ਗਿਆ ਕਾਇਨਾਤ ਵਾਲਿਆਂ ਨੂੰ ਇਹੋ ਪੈਗਾਮ ਦੇ ਗਿਆ, ਤੇ ਇਹੋ ਹੀ ਗੱਲ ਦੱਸ ਗਿਆ, ਅਜ਼ਮਤ ਆਲੇ ਨਬੀ। ਪੜ ਦਈਏ ਸ਼ੇਰ ਕੇ ਛੱਡ ਦਈਏ, ਪੜ ਦਈਏ ਕੇ ਛੱਡ ਦਈਏ, ਹੱਥ ਬੁਲੰਦ ਕਰਕੇ, ਅਜ਼ਮਤ ਆਲੇ ਨਬੀ ਭੁੱਲ ਨਾ ਜਾਣਾ ਲੋਕੋ, ਅਜ਼ਮਤ ਆਲੇ ਨਬੀ, ਅਜ਼ਮਤ ਆਲੇ ਨਬੀ, ਆਲੇ ਨਬੀ। ਅਜ਼ਮਤ ਆ, ਹੱਥ ਬੁਲੰਦ ਕਰਕੇ ਇੱਕ ਵਾਰੀ ਪੜ੍ਹ ਤੇ ਛੱਡੀਏ, ਅਜ਼ਮਤ ਆ ਲੈ ਨਬੀ ਭੁੱਲ ਨਾ ਜਾਣਾ ਲੋ, ਅਜ਼ਮਤ ਆ ਲੈ ਨਬੀ ਭੁੱਲ ਨਾ ਜਾਣਾ ਲੋ, ਦੇਖਣਾ ਗਏ ਰਿਕੀ ਬਾਤਾਂ, ਦੇਖਣਾ ਗਏ ਰਿਕੀ ਬਾਤਾਂ, ਮਿਹਨਿਆ ਨਾ ਲਾਗਾ ਆਲੇ ਨਬੀ ਨਾਲ ਪਿਆਰ, ਉਲਾਦੇ ਅਲੀ ਨਾਲ ਪਿਆਰ। ਕਤਲੇ ਹੁਸੈਨ ਅਸਲ ਮੇਂ, ਬੋਲੋ ਹਾਂ, ਕਤਲੇ ਹੁਸੈਨ ਅਸਲ ਮੇਂ, ਮਰ ਗਏ ਯਜ਼ੀਦ ਹੈਂ, ਇਸਲਾਮ ਜ਼ਿੰਦਾ ਹੋਤਾ ਹੈ ਹਰ ਕਰਬਲਾ ਕੇ ਬਾਅਦ। ਜੋ ਮੈਂ ਹਾਜ਼ਰੀ ਪੇਸ਼ ਕੀਤੀ, ਜੋ ਤੁਸਾਂ ਲੋਕਾਂ ਨੇ ਸੁਣਾ ਸੁਣਿਆ, ਅੱਲਾ ਪਾਕ ਮੇਰਾ ਪੜ੍ਹਨਾ, ਤੁਹਾਡਾ ਸੁਣਨਾ ਆਪਣੀ ਪਾਕ ਬਾਰਗਾਹ ਦੇ ਅੰਦਰ ਕਬੂਲ ਫਰਮਾਏ। ਜ਼ਿੰਦਗੀ ਰਹੀ ਤਾਂ ਮੌਕੇ ਮਿਲੇ ਤਾਂ ਫਿਰ ਗੱਲਾਂ ਕਰਾਂਗੇ। ਕਿ ਮੁਹੰਮਦ ਸੇ ਵਫਾ ਤੂੰ ਨੇ ਤੋ ਹਮ ਤੇਰੇ ਹੈਂ, ਇਹ ਜਹਾਂ ਚੀਜ਼ ਹੈ ਕਿਆ ਲੋਹੋ ਕਲਮ ਤੇਰੇ ਹੈਂ। ਦੁਆ ਮੰਗਣੀ ਹੈ ਕੀ ਕਰਨਾ ਜੀ? ਦੁਆ ਕਰ ਲਓ ਜੀ। ਅੱਲਾਹੁਮ ਸੱਲੀ ਅਲਾ ਮੁਹੰਮਦ। ربنا ظلمنا انفسنا وان لم تغفر لنا وترحمنا لنكونن من الخاسرين। پروردگارا سونی محفل ہوئی میلاد ویلفیئر آرگنائزیشن شالیاں نے بڑا سونا پروگرام کیتا انتظام کیتا میرے اللہ انہاں دا انتظام کرنا محفل سجانا اپنی پاک بارگاہ دے اندر قبول فرمائی جس جس بندے نے تعاون کیتا حصہ پایا میرے اللہ صاحب دا تعاون کرنا حصہ پانا قبول فرمائی ਬਾਨੀਆਂ ਨੇ ਮਹਿਫਲ ਦੇ ਰਿਜ਼ਕ ਅੰਦਰ, ਮਾਲ ਅੰਦਰ, ਜਾਨ ਅੰਦਰ, ਔਲਾਦ ਅੰਦਰ, ਇੱਜ਼ਤ ਅੰਦਰ ਬਰਕਤਾਂ ਅਤਾ ਫਰਮਾਈ। ਕਰੀਮ ਅੱਲਾ ਇਸ ਮਹਿਫਲ ਵਿੱਚ ਜਿੰਨੇ ਆਏ ਨੇ, ਕੋਈ ਬਿਮਾਰ ਆਇਆ ਸਿਹਤ ਅਤਾ ਫਰਮਾਈ, ਕੋਈ ਪਰੇਸ਼ਾਨ ਆਇਆ ਪਰੇਸ਼ਾਨੀਆਂ ਦੂਰ ਫਰਮਾਈ ਮੇਰੇ ਅੱਲਾ, ਕੋਈ ਕਿਸੇ ਟੈਨਸ਼ਨ ਵਿੱਚ ਉਹਦੀ ਟੈਨਸ਼ਨ ਦੂਰ ਫਰਮਾਈ, ਜਿਹਦਾ ਰੋਜ਼ਗਾਰ ਕੋਈ ਨਹੀਂ ਮੇਰੇ ਅੱਲਾ, ਜ਼ਿਕਰ ਹੁਸੈਨ ਦਾ ਸਦਕਾ ਉਹਨਾਂ ਨੂੰ ਅੱਛਾ ਰੋਜ਼ਗਾਰ ਅਤਾ ਫਰਮਾਈ ਮੇਰੇ ਅੱਲਾ, ਜਿਹੜਾ ਕੋਈ ਬੇਔਲਾਦ ਆਇਆ ਉਸ ਨੂੰ ਔਲਾਦ ਨਰੀਨਾ ਅਤਾ ਫਰਮਾਈ ਮੇਰੇ ਅੱਲਾ, ਇਹ ਵਿਹੜਾ ਵੱਸਦਾ ਰਹੇ,
ਇਹ ਲੋਕ ਵੱਸਦੇ ਰਹਿਣ, ਜਿੱਥੋਂ ਜਿੱਥੋਂ ਕੋਈ ਆਇਆ ਇਸ ਮਹਿਫਲ ਵਿੱਚ ਖਾਲੀ ਨਾ ਜਾਵੇ, ਜੋ ਜੋ ਮੁਰਾਦਾਂ ਲੈ ਕੇ ਆਏ ਨੇ, ਜੋ ਜੋ ਨੀਜ਼ਤਾਂ ਲੈ ਕੇ ਬੈਠੇ ਨੇ, ਮੇਰੇ ਅੱਲਾਹ ਸਭ ਦੀਆਂ ਮੁਰਾਦਾਂ ਪੂਰੀਆਂ ਫਰਮਾਈ, ਸਭ ਦੀਆਂ ਨੀਜ਼ਤਾਂ ਪੂਰੀਆਂ ਫਰਮਾਈ, ਮੇਰੇ ਅੱਲਾਹ ਸਾਨੂੰ ਸਾਰਿਆਂ ਨੂੰ ਮਦੀਨਾ ਪਾਕ ਦੀ ਹਾਜ਼ਰੀ ਨਸੀਬ ਫਰਮਾਈ, ਮੇਰੇ ਅੱਲਾਹ ਸਾਨੂੰ ਸਾਰਿਆਂ ਨੂੰ ਮੱਕਾ ਪਾਕ ਦੀ ਹਾਜ਼ਰੀ ਨਸੀਬ ਫਰਮਾਈ, ਮੇਰੇ ਅੱਲਾਹ ਸਾਨੂੰ ਸਾਰਿਆਂ ਨੂੰ ਆਲੇ ਨਬੀ ਦੀ ਮੁਹੱਬਤ ਅਤਾ ਫਰਮਾਈ, ਅਸਹਾਬੇ ਨਬੀ ਦੀ ਮੁਹੱਬਤ ਅਤਾ ਫਰਮਾਈ, ਮੇਰੇ ਅੱਲਾਹ ਜੇ ਕੋਈ ਮਹਿਫਲ ਵਿੱਚ ਕੋਈ ਕਮੀ ਪੇਸ਼ੀ ਰਹਿ ਗਈ ਆਪਣੇ ਹਬੀਬ ਦੇ ਸਦਕੇ ਮਾਫ਼ੀ ਅਤਾ ਫਰਮਾਈ, ਮੇਰੇ ਅੱਲਾਹ ਮਾਫ਼ੀ ਅਤਾ ਫਰਮਾਈ, ਮੇਰੇ ਅੱਲਾਹ ਮਾਫ਼ੀ ਅਤਾ ਫਰਮਾਈ, ਮੇਰੇ ਅੱਲਾਹ ਸਾਡੇ ਰਿਜ਼ਕ ਦੇ ਅੰਦਰ ਦਿਨ ਦੁੱਗਣਾ ਰਾਤ ਚੁਗਣੀ ਬਰਕਤ ਅਤਾ ਫਰਮਾਈ, ਕਰਬਲਾ ਦੇ ਵਾਰਸਾਂ ਦਾ ਸਦਕਾ ਇਹ ਅਗਲੇ ਸਾਲ ਇਸ ਤੋਂ ਵੱਡਾ ਪ੍ਰੋਗਰਾਮ ਕਰਨ, ਇਹ ਲੰਗਰ ਵੀ ਵਧੇ ਅਤੇ ਲੋਕ ਵੀ ਵਧਣ, ਅਤੇ ਹਜ਼ਰਤ ਇਮਾਮ ਹੁਸੈਨ ਦਾ ਫਜ਼ਲ ਅਤੇ ਕਰਮ ਵੀ ਵੱਧਦਾ ਜਾਏਗਾ ਇਨਸ਼ਾਅੱਲਾ। ਅੱਲਾਹ ਸਦਾ ਸਲਾਮਤੀ ਰੱਖੇ, ਅੱਲਾਹ ਸਦਾ ਮਿਹਰਬਾਨੀਆਂ ਸਾਰਿਆਂ 'ਤੇ ਰੱਖੇ। ਸੱਲੱਲਾਹੁ ਤਾਲਾ ਅਲਾ ਰਸੂਲੀ ਖੈਰੀ ਹਲਕੀ ਮੁਹੰਮਦ ਵਾਲਾ ਅਲੀ ਵਸਹਾਬੀ ਅਜਮਾਈਨ ਬਿਰਹਿਮਤਿਕ ਯਾ